ਇਹ ਰਾਜੇ ਵਰਡਿੰਗ ਨੂੰ ਕਹਿ ਰਿਹਾ ਚੁੱਪ ਕਰ ਚੁੱਪ ਕਰ ਪਰ ਸਚੌਥੇ ਵੀ ਤਾਂ ਕਰੇਗਾ ਬਿਲਕੁਲ ਉਹਦਾ ਪਰਪਸ ਹੈ ਫਾਈਲਾਂ ਦੀ ਵੀ ਗੱਲ ਕਰ ਰਿਹਾ ਸੀ ਕੋਈ ਇਹ ਸੀਐਮ ਹੈ ਕਿ ਬਲੈਕਮੈਲਰ ਹੈ ਤੁਸੀਂ ਕਾਰਵਾਈ ਕਰੋ ਤੁਹਾਡਾ ਫਰਜ ਹੈ ਤੁਹਾਡੀ ਡਿਊਟੀ ਹੈ ਤੁਹਾਨੂੰ ਇਸ ਵਾਸਤੇ ਸੀ ਸੀਐਮ ਚੁਣਿਆ ਜਾਂ ਮਤਲਬ ਐਮਐਲਏ ਬਣਾਇਆ ਸੀਗਾ ਤੇ ਤੁਸੀਂ ਮਤਲਬ ਉਹ ਦੋਸਤੋਂ ਉੱਪਰ ਚਲੇ ਗਏ ਦੂਜੇ ਕੋਈ ਇਹ ਤਾਂ ਨਹੀਂ ਕਹਿੰਦੇ ਸੀ ਇਹ ਕੈਮਰੇ ਦੇ ਸਾਹਮਣੇ ਜੇ ਕਾਰਵਾਈ ਨਹੀਂ ਕਰਤੀ ਤਾਂ ਫਾਈਲ ਲਬਲੀ ਧਮਕੀਆਂ ਤਾਂ ਨਹੀਂ ਸਾਹਮਣੇ ਲੋਕਾਂ ਦੇ ਸਾਹਮਣੇ ਦਿੰਦੇ ਜੇ ਦਿੰਦੇ ਆ ਤੰਦਰਵਾੜ ਕੇ ਦਿੰਦੇ ਆ ਇਹ ਤਾਂ ਸ਼ਰਮ ਆਪਣੀ ਆ ਗਈ ਕੌਰੈਂਸ ਦਾ ਇੰਟਰਵਿਊ ਹੋਇਆ ਉਹ ਸਿਸਟਮ ਨੇ ਕਰਾਇਆ ਹੈ ਹੋਰ ਹੋ ਹੀ ਨਹੀਂ ਸਕਦਾ ਐਵੇਂ ਪੋਸੀਬਲ ਹੀ ਨਹੀਂ ਹੈਗਾ ਇਹ ਤਾਂ ਹੁਣ ਮੈਂ ਵੀ 6 ਮਹੀਨੇ ਜਾਇਆ ਮੈਨੂੰ ਪਤਾ ਹੈ ਠੀਕ ਹੈ ਕੋਈ ਆਡੀਓ ਵੀਡੀਓ ਬਾਹਰ ਕਿਵੇਂ ਆ ਸਕਦੀ ਹੁੰਦੀ ਹੈ ਕੋਈ ਕਿਵੇਂ ਤੁਸੀਂ ਇੰਟਰਵਿਊ ਪੂਰੀ ਦੀ ਪੂਰੀ ਜ਼ਿਲ੍ਹੇ ਚ ਕਰਵਾ ਸਕਦੇ ਹੋ ਇਹ ਪੋਸੀਬਲ ਹੀ ਨਹੀਂ ਹੈਗਾ ਜੁੜਿਆ ਹੋਇਆ ਕਿ ਡਰੱਗ ਦਾ ਆਉਣਾ ਤੇ ਫਿਰ ਗੈਂਗਸਟਰ ਵਾਲਾ ਦਾ ਉੱਪਰ ਨਾ ਇਹ ਕਨੈਕਟਡ ਹੈ ਜਿਵੇਂ ਗੱਡੀ ਵਿੱਚ ਤੇਲ ਪੈਂਦਾ ਇਹ ਇੰਨਾ ਕਨੈਕਟਡ ਹੈ ਮਰ ਇਸ ਗਵਰਨਮੈਂਟ ਦੀ ਆਪਣੇ ਐਡਮਿਨਿਸਟ੍ਰੇਸ਼ਨ ਤੇ ਕੋਈ پکڑ ਨਹੀਂ ਨਾ ਸਿਵਲ ਤੇ ਨਾ ਪੁਲਿਸ 100% ਦੇ ਲਈ ਕੋਈ پکڑ ਨਹੀਂ ਕੋਈ ਹੀ پکڑਣੀ ਪਕੜ ਹੋਵੇ ਮਤਲਬ ਐਮ ਐਲ ਏ ਵੀ ਐਸ ਐਸ ਪੀ ਸੁਣਦੇ ਨਹੀਂ ਤੁਸੀਂ ਕਹਿੰਦੇ ਮੈਂ ਮੈਨੂੰ ਡਰਗ ਦੇ ਆ ਜਾਂਦੇ ਆਪਾਂ ਬਾਕੀ ਛੱਡੋ ਜੇ پکڑ ਹੁੰਦੀ ਤੇ ਡਰਗ ਦਾ ਤੰਦਾ ਬੰਦ ਕਰਾਉਣਾ ਜੀ ਚਾਹੁੰਦੇ ਹੋਣ ਤਾਂ ਇਹ ਕਿ ਉਹਨਾ ਬੰਦ ਹੁੰਦਾ ਕਿ ਕਰਾਈਟਰੀਆ ਬਖ ਬਖ ਕਿਉਂ ਹੈ ਠੀਕ ਹੈ ਕੁਝ ਲੋਕਾਂ ਨੂੰ ਪ੍ਰਸ਼ਾਸਨ ਜਿਹੜਾ ਹੈਗਾ ਪ੍ਰੋਟੈਕਸ਼ਨ ਦੇ ਰਿਹਾ ਹੈ ਕੋਨੂੰ ਆਪਸ ਚ ਪਤਾ ਤਾਂ ਲੱਗਦਾ ਰਹਿੰਦਾ ਹੋਗਾ ਵੀ ਅੱਜ ਯਾਰ ਆਹ ਫਲਾਨੇ ਐਸਐਸਪੀ ਨੇ ਆਹ ਕੀਤਾ ਸੀ ਇੱਥੇ ਆਹ ਗਲਤ ਇੱਥੇ ਉਸ ਦੌਰ ਦੀਆਂ ਸਾਰੀਆਂ ਬਰੀਕੀਆਂ ਨੂੰ ਜਾਣਦੇ ਤਾਂ ਹੈਗੇ ਹੋਣਗੇ ਉਹ ਤਾਂ ਉਹ ਤਾਂ ਸਾਰੇ ਲੋਕ ਜਮੈਂ ਬਲੰਦਰ ਸਿੰਘ ਕੱਲਾ ਨਹੀਂ ਜਾਣਦਾ ਉਹ ਬਹੁਤ ਲੋਕ ਜਾਣਦੇ ਉਹ 19-19 ਬੰਦਿਆਂ ਦੇ ਇਕੱਠੇ ਐਂਕਾਊਂਟਰ ਹੁੰਦੇ ਸੀ 19 ਬੰਦਿਆਂ ਦੇ ਐਂਕਾਊਂਟਰ ਹੁੰਦੇ ਹੁੰਦੇ ਠੀਕ ਹੈ ਹੁਣ ਕੰਪੀਟੀਸ਼ਨ ਸੀ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਨੇ 19 ਬਾਰੇ ਦੂਜੇ ਨੇ 12 ਮਾਰਨੇ ਇਹਨੇ 12 ਮਾਰੇ ਤੇ 15 ਮਾਰੇ ਉਦੋਂ ਸ਼ਿਕਾਰ ਚੱਲਦਾ ਸੀਗਾ ਲੋਕਾਂ ਨੂੰ ਭੁਲੇਖਾ ਤੋ ਉਹਨੂੰ ਭੁਲੇਖਾ ਨਵਜੋਤ ਸਿੰਘ ਸਿੱਧੂ ਬਾਰੇ ਵੀ ਕਰਪਸ਼ਨ ਨਹੀਂ ਕਰਦਾ ਇਹ ਝੂਠ ਨਹੀਂ ਬੋਲਦਾ ਇਹ ਕੈਰੈਕਟਰ ਦਾ ਬੰਦਾ ਹੈ ਇਹਨਾਂ ਚ ਕੋਈ ਵੀ ਕੁਆਲਿਟੀ ਨਹੀਂ ਉਹ ਤਾਂ ਮੇਰੇ ਵਿੱਚ ਸਿਰੇ ਦੇ ਕਰਪਟ ਨੇ ਫਾਈਲ ਬਣੀ ਹੋਈ ਹੈ ਨਵਜੋਤ ਸਿੰਘ ਸਿੱਧੂ ਦੀ ਵਿਜੀਲੈਂਸ ਸੀ ਜਿਹੜੀ ਸੋਨੀਆ ਗਾਂਧੀ ਕੋਲੇ ਵੀ ਹੈਗੀ ਹੈ ਜਿਹੜੀ ਪ੍ਰਤਾਪ ਬਾਜਵੇ ਕੋਲੇ ਵੀ ਹੈਗੀ ਹੈ ਜਿਹੜੀ ਕੈਪਟਨ ਰਮਿੰਦਰ ਸਿੰਘ ਕੋਲੇ ਵੀ ਹੈਗੀ ਹੈ ਕ੍ਰਾਈਮ ਨੂੰ ਰੋਕਣ ਖਾਤਰ এনকাউন্টার ਜਾਂ ਫਿਰ ਸਿੱਧੇ ਤੌਰ ਤੇ ਕਿਸੇ ਨੂੰ ਅਸੈਸੀਨੇਟ ਕਰ ਦੇਣਾ ਅਸੈਸੀਨੇਸ਼ਨ ਸ਼ਬਦ ਦੇ ਇਸ ਕਰਕੇ ਵਰਤਿਆ ਕਿਉਂਕਿ ਵੱਡੇ এনকাউন্টার ਦੇਸ਼ ਦੇ ਵਿੱਚ ਫੇਕ ਸਾਬਤ ਹੁੰਦੇ ਆਏ ਆ ਤਾਂ ਉਹ ਅਸੈਸੀਨੇਸ਼ਨ ਹੀ ਹੋ ਜਾਂਦੀ ਹੈ ਇਹ ਕਿੱਥੋਂ ਤੱਕ ਠੀਕ ਹੈ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਕ੍ਰਾਈਮ ਰੇਟ ਕਿੱਥੇ ਖੜਦਾ ਹੈ ਔਰ ਇਹਨੂੰ ਇੱਕ ਸਿਸਟਮ ਵਾਲਾ ਬੰਦਾ ਬਿੱਤਰ ਤਰੀਕੇ ਦੇ ਨਾਲ ਸਮਝਾ ਸਕਦਾ ਜਿਹੜਾ ਉਸ ਸਿਸਟਮ ਚ ਰਿਹਾ ਹੋਵੇ ਅਸੀਂ ਦੌਰ ਦੇਖਿਆ 84 ਤੋਂ ਲੈ ਕੇ 96 97 ਤੱਕ ਦਾ ਜਿੱਥੇ ਹਜ਼ਾਰਾਂ ਨੌਜਵਾਨ ਮਾਰ ਦਿੱਤੇ ਗਏ ਅੱਜ ਉਹਦੀ ਚਰਚਾ ਹੈ ਜਿੱਥੇਦਾਰ ਕੌਕੇ ਵਰਗਾ ਵੱਡਾ ਬੰਦਾ ਇਸ ਤਰੀਕੇ ਨਾਲ ਮਾਰ ਦਿੱਤਾ ਜਾਂਦਾ ਹੈ ਗੱਲ ਬਲਵਿੰਦਰ ਸਿੱਖੋਂ ਸਾਹਿਬ ਦੇ ਨਾਲ ਕਰਾਂਗੇ ਸਿੱਖੋਂ ਸਾਹਿਬ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਬਕਰ ਸਾਹਿਬ ਸਿੱਖੋਂ ਸਾਹਿਬ ਤੁਹਾਡਾ opinion encounters ਨੂੰ ਲੈ ਕੇ ਕੀ ਹੈ ਜਦੋਂ ਤੁਸੀਂ ਆਪ ਪੁਲਿਸ ਮੁਲਾਜ਼ਮ ਰਹੇ ਹੋ ਔਰ ਤੁਸੀਂ ਇਹਨੂੰ ਬਹੁਤ ਡੁੰਗਾਈ ਦੇ ਵਿੱਚ ਦੇਖਿਆ ਹੋਣਾ ਸਿਸਟਮ ਨੂੰ ਤੁਸੀਂ ਜ਼ਿਕਰ ਕੀਤਾ ਕਾਲੇ ਦੌਰ ਦਾ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਵੀ 90 ਦੇ ਵਿੱਚ ਜੁਆਇਨ ਕੀਤਾ ਸੀ ਤਾਂ ਇਹ ਚੀਜ਼ਾਂ ਦੇ ਵਿਟਨਸ ਤਾਂ ਹੈਗੀਆਂ ਬਹੁਤ ਕੁਝ ਹੋਰ ਹੋਇਆ ਸੀਗਾ ਠੀਕ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੇ ਆਪਾਂ ਗੱਲ ਕਰੀਏ ਜੇ ਤਾਂ ਅੱਜ ਤੱਕ ਕਰੇ ਕਿਸੇ ਪੋਲੀਟਿਕਲ ਬੰਦੇ ਨੇ ਭਾਵੇਂ ਉਹ ਬੀਨ ਸਿੰਘ ਦਾ ਟਾਈਮ ਸੀਗਾ ਉਸ ਤੋਂ ਬਾਅਦ ਚੀਫ ਮਿਨਿਸਟਰ ਬਦਲੇ ਗਏ ਆ ਹਮ ਅੱਜ ਤੱਕ ਇਸ ਤਰ੍ਹਾਂ ਦੀ ਅਸੈਸੀਨੇਸ਼ਨ ਦਾ ਜਿਹੜਾ ਦਾਵਾ ਜਾਂ ਇਸ ਤਰ੍ਹਾਂ ਦਾ ਕੋਈ ਜਿਹੜਾ ਐਲਾਨ ਹੈ ਉਹ ਕਿਸੇ ਪੋਲੀਟਿਕਲ ਬੰਦੇ ਨੇ ਨਹੀਂ ਕੀਤਾ ਸੀਗਾ ਤੁਸਾਨੂੰ ਨੂੰ ਯਾਦ ਹੋਵੇ ਤਾਂ ਸ਼ਹਿਰ ਮਹੀਨਾ ਡੇਢ ਮਹੀਨਾ ਦੋ ਮਹੀਨੇ ਪਹਿਲਾਂ ਦੀਆਂ ਅਖਬਾਰਾਂ ਦੇ ਵਿੱਚ ਇੱਕ ਐਡਵਰਟਾਈਜ਼ਮੈਂਟ ਲੱਗੀ ਸੀਗੀ ਡੀ ਜੀ ਬ੍ਰਿਸ਼ਟੁਰ ਭਗਵੰਤ ਮਾਨ ਦੀ ਇਹ ਚ ਕਿਹਾ ਗਿਆ ਸੀ ਕਿ ਆਉਣ ਵਾਲੇ ਦਿਨਾਂ ਚ ਅਸੈਸੀਨੇਟ ਕਰਾਂਗੇ ਲਫਜ਼ ਵਰਤਿਆ ਗਿਆ ਸੀਗਾ ਤੋਂ ਇਹ ਇਹ ਜੀ ਗੱਲ ਆ ਜਿਹੜੀਆਂ ਹਰਨ ਨਹੀਂ ਜਾਣਕ ਜਿਹੜੀਆਂ ਹੈਗੀਆਂ ਪਰੇਸ਼ਾਨੀ ਤਾਂ ਹੈ ਹੀ ਹੈ ਵੀ ਪੋਲੀਟਿਕਲ ਸਿਸਟਮ ਦੇ ਵੱਲੋਂ ਉਹ ਜਿਹੜੇ ਇਹ ਨਵੇਂ ਮੀਲ ਪੱਥਰ ਗੱਡ ਰਹੇ ਆ ਇਹ ਹੈਰਾਨੀ ਦੀ ਗੱਲ ਹੈ ਪਹਿਲੀ ਗੱਲ ਤਾਂ ਇੱਥੇ ਆਈਏ ਇਨਕਾਊਂਟਰ ਤਾਂ ਜਿਹੜੀ ਗੱਲ ਆ ਉਹ ਤਾਂ ਕਰ ਲੈਣੇ ਬਾਅਦ ਵਿੱਚ ਇਨਕਾਊਂਟਰ ਜਿਹੜੇ ਹੈਗੇ ਕਦੇ ਵੀ ਕਿਸੇ ਨੂੰ ਕਿਲਿੰਗ ਜਿਹੜੀ ਹੈਗੀ ਉਹਨੂੰ ਕਿਵੇਂ ਜਾਇਜ਼ ਠਰਾਇਆ ਜਾ ਤੁਸੀਂ ਜਾਇਜ਼ ਨਹੀਂ ਠਰਾਉਂਦੇ ਕਿਵੇਂ ਠਰਾਇਆ ਜਾ ਸਕਦਾ ਹਾਂ ਜੇ ਉਹ ਹਾਲਾਤ ਇਹ ਜੇ ਬਣ ਗਏ ਹੋਣ ਉਹ ਡਿਫ ਪੁਰਾਣੇ ਦੌਰ ਤੋਂ ਲੈ ਕੇ ਅੱਜ ਤੱਕ ਦੇ ਵਿੱਚ ਜਿੰਨੇ ਵੀ ਇੰਕਾਊਂਟਰ ਇਸ ਤਰ੍ਹਾਂ ਦੇ ਹੋਏ ਆ ਉਹਦੇ ਵਿੱਚ ਜਿਹੜਾ ਹੈਗਾ 99% ਜਿਹੜਾ ਹੈਗਾ ਵਨ ਸਾਈਡਡ ਹੈਗੀ ਆ ਲੋਕ ਸੈਲੀਬ੍ਰੇਟ ਕਰਦੇ ਆ ਨਾ ਲੋਕ ਤਾੜੀਆਂ ਮਾਰਦੇ ਆ ਖੁਸ਼ ਹੁੰਦੇ ਆ ਨਹੀਂ ਲੋਕ ਜਾਲੀ ਤਾੜੀਆਂ ਮਾਰਦੇ ਜਿਹੜੇ ਹੈਗੇ ਆ ਉਹ ਇੱਕ ਡਿਫਰੈਂਟ ਕਲਾਸ ਹੈਗੀ ਆ ਅਦਰਵਾਈਜ਼ ਆਮ ਲੋਕ ਜਿਹੜੇ ਹੈਗੇ ਆ ਉਹ ਬਿਲਕੁਲ ਇਹ ਬੱਚੇ ਜਿਹੜੇ ਹੈਗੇ ਕਿਸੇ ਦੇ ਘਰਾਂ ਦੇ ਤਾਂ ਚਰਾਗ ਹੈਗੇ ਨਾ ਭਾਵੇਂ ਅੱਜ ਸਾਰਸ਼ਾ ਦੇ ਤਹਿਤ ਕੁਝ ਹਾਲਾਤ ਇਹੋ ਜਿਹੇ ਬਣ ਗਏ ਕਿ ਉਹਨੂੰ ਗੈਂਗਸਟਰ ਦੇ ਸਿਸਟਮ 'ਚ ਜਾਣਾ ਪਿਆ ਗੈਂਗਸਟਰ ਆਇਆ ਕਿੱਥੋਂ ਹੈ ਗੈਂਗਸਟਰ ਲੱਭ ਪਿਛਲੇ 10-15 ਸ ਹੂੰ ਸਮੇਂ ਦੀ ਜਰੂਰਤ ਹੈਗੀ ਹੈ ਡਰੱਗ ਦਾ ਧੰਦਾ ਜਦੋਂ ਆਇਆ ਇਹ ਸਿੰਥੈਟਿਕ ਦਾ ਤਾਂ ਉਹਦੀ ਦੇਖਰੇਖ ਵਾਸਤੇ ਜਿਹੜੀ ਇੱਕ ਟੀਮ ਸੁਪਰਵਾਈਜ਼ਨ ਦੀ ਲੋੜ ਸੀਗੀ ਉਹਦੇ ਵਾਸਤੇ ਜਿਹੜਾ ਇਹ ਜਿਹੜਾ ਇਸ ਸੀਜ਼ਨ ਨੂੰ ਜਿਹੜਾ ਇਹਨਾਂ ਨੇ ਕ੍ਰੀਏਟ ਕਰਕੇ ਨੈਚੁਰਲੀ ਪੋਲੀਟिकल ਸਿਸਟਮ ਦਾ ਰੋਲ ਇਚ ਵੱਡਾ ਹੋ ਗਿਆ ਇਹ ਜੁੜਿਆ ਹੋਇਆ ਕਿ ਡਰੱਗ ਦਾ ਆਉਣਾ ਤੇ ਫਿਰ ਗੈਂਗਸਟਰ ਵਾਲ ਦਾ ਉੱਪਰ ਨਾ ਬਿਲਕੁਲ ਜਿਵੇਂ ਕਨੈਕਟਡ ਹੈ ਜਿਵੇਂ ਗੱਡੀ ਵਿੱਚ ਤੇਲ ਪੈਂਦਾ ਇਹ ਇੰਨਾ ਕਨੈਕਟਡ ਹੈ ਇਹ ਇੰਨਾ ਕਨੈਕਟਡ ਹੈ ਕਿਉਂਕਿ ਕਿਹਨੇ ਕਰਨਾ ਤੁਸੀਂ ਮੈਂ ਜਾਂ ਕੋਈ ਹੋਰ ਆਮ ਲੋਕ ਇਹਦੇ ਵਿੱਚ ਹੋਣਗੇ ਉਹ ਲੋਕ ਇਸ ਧੰਦੇ ਵਿੱਚ ਵੜਨਗੇ ਜਿਹੜੇ ਘਰਾਂ ਤੋਂ ਬਾ ਜਿਹਨੂੰ ਮੌਤ ਦਾ ਡਰ ਨਹੀਂ ਹੈ ਜਾਂ ਜੇਲ੍ਹ ਜਾਂਦਾ ਡਰ ਨਹੀਂ ਹੈ ਉਹੋ ਬੰਦੇ ਹੋਣਗੇ ਨਾ ਪਰ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੇ ਉਹ ਡਰਗ ਨੈਕਸਸ ਚ ਇਨਵੋਲਡ ਹੈ ਗੈਂਗਸਟਰ ਤੇ ਤੁਸੀਂ ਕਹਿ ਰਹੇ ਉਹਦੀ ਉਪਜ ਹੈ ਫਿਰ ਇਹਨਾਂ ਦੇ ਆਪ ਦੇ ਘਰ ਤਾਂ ਕੋਈ ਬਹੁਤ ਭਰੇ ਨਹੀਂ ਹੈ ਮੈਂ ਬਾਈ ਨੇਮ ਵੀ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਦੇਖੋ ਸਰਾਵਾਂ ਵਾਲਾ ਵਿੱਕੀ ਗੌਂਡਰ ਮਾਰਿਆ ਤਾਂ ਅੱਜ ਉਹਦੇ ਪਰਿਵਾਰ ਦੇ ਹਾਲ ਦੇਖੋ ਉਹਨਾਂ ਦੇ ਘਰੇ ਰੋਟੀ ਵੀ ਨਹੀਂ ਪਕਦੀ ਮੈਂ ਦੱਸਦਾ ਤੁਹਾਨੂੰ ਮੇਰਾ ਤਾਂ ਜਵਾਬ ਸੁਣੋ ਤੁਸੀਂ ਇਹ ਉਹ ਜਿਹੜੀ ਦਿਖਾਈ ਦੇਂਦੀ ਫੌਜ ਹੈ ਤੁਹਾਡੇ ਸਾਹਮਣੇ ਜਿਹੜੀ ਨੂੰ ਆਪਾਂ ਗੈਂਗਸਟਰ ਕਿਹਾ ਜਾਂਦਾ ਇਹ ਤਾਂ ਜਿਵੇਂ ਇੱਕ ਚਤਰਾਚ ਦੀ ਗੇਮ ਖੇਡਦੇ ਆ ਅਗਲੇ ਪਾਸੇ ਪ ਮਗਲੀ ਟੀਮ ਦਾ ਪਿੱਛੇ ਰਾਜਾ ਵਜੀਰ ਹਾਥੀ ਕੋੜੇ ਦਾ ਮਗਰ ਹੈ ਨਾ ਅੱਗੇ ਤਾਂ ਪਿਆਦੇ ਹੈ ਇਹ ਜਿਹੜੇ ਟਾਈਮ ਜਿਹੜੀਆਂ ਐਸੋਸੀਏਸ਼ਨ ਦੀਆਂ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਇਹ ਉਹ ਸ਼ੂਟਰ ਨੇ ਜਿਨ੍ਹਾਂ ਨੂੰ ਕੋਈ ਲਿਮਟਿਡ ਪੇਡ 1 ਲੱਖ 2 ਲੱਖ 5 ਲੱਖ ਤੇ 3 ਲੱਖ ਦੇ ਕੇ ਜਿਹੜਾ ਇਹ ਵਰਦਾਤਾ ਕਰਾਈਆਂ ਜਾਂਦੀਆਂ ਇਹਨਾਂ ਵੀ ਇਹ ਬੰਦੇ ਤਾਂ ਇਹਨੇ ਲਿਮਟਿਡ ਨਹੀਂ ਸੀ ਨਾ ਜਿਹੜੇ ਨਾਮੀ ਸ਼ੇਰਾ ਖੁੱਬਨ ਸੀਗਾ ਵਿੱਕੀ ਗੌਂਡਰ ਸੀਗਾ ਹੁਣ ਲਾਰੈਂਸ ਬੈਠਾ ਅੰਦਰ ਆਪਰੇਟ ਕਰ ਰਿਹਾ ਹੈ ਲੱਕੀ ਪਟਿਆਲ ਨੇ ਹੁਣੇ ਬੰਟੀ ਬੈਂਸ ਨੂੰ ਧਮਕੀ ਦਿੱਤੀ ਇਹ ਲੋਕ ਤਾਂ 2 4 5 ਲੱਖ ਵਾਲੇ ਨਹੀਂ ਇਹ ਤਾਂ ਕਰੋੜਾਂ ਦੀ ਗੱਲ ਕਰਨ ਵਾਲੇ ਇਹ ਫਿਰ ਮੈਂ ਹਰ ਵਾਰ ਕੇ ਇਹਨਾਂ ਨੂੰ ਕਈ ਵਾਰੀ ਮੈਨੂੰ ਇਹ ਗੱਲ ਜਦੋਂ ਮੈਂ ਕਰਦਾ ਨਾ ਤਾਂ ਇਹ ਕਿਹਾ ਜਾਂਦਾ ਕਿ ਤੇ ਮੈਂ ਗੈਂਗਸਟਰਾਂ ਦੀ ਕੋਈ ਫੇਵਰ ਵਿੱਚ ਗੱਲ ਕਰਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਕ ਮਾਫੀਆ ਹੈਗਾ ਜਿਵੇਂ ਡਰੱਗ ਮਾਫੀਆ ਹੈਗਾ ਐਵੇਂ ਦੀ ਐਵੇਂ ਇੱਕ ਵੱਡਾ ਮਾਫੀਆ ਉਹ ਹੈ ਕਿ ਜਿਹੜਾ ਫਰੋਤੀਆਂ ਦੀ ਜਿਹੜੀ ਹੈਗੀ ਕਿ ਇੰਟਰਨੈਸ਼ਨਲ ਕਾਰੋਬਾਰ ਹੈ ਜਿਹੜਾ ਉਹਦਾ ਉਹਨੂੰ ਕਰਦਾ ਠੀਕ ਹੈ ਇਹ ਉਸ ਦਾ ਪਾਰਟ ਹੈਗਾ ਇਹਨੂੰ ਕਦੇ ਡੀਪਲੀ ਕਿਸੇ ਨੇ ਸਟੱਡੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਇਹ ਆਹ ਇਹ ਪੈਸਾ ਆਪ ਨਹੀਂ ਵਰਤ ਰੇ ਇਹ ਅੱਗੇ ਜਾ ਰਿਹਾ ਕਿ ਇਹਨਾਂ ਦੇ ਨਾਮਾਂ ਤੇ ਪੈਸਾ ਇਕੱਠ ਕਿਛੇ ਮਹੀਨੇ ਜਾਇਆ ਮੈਨੂੰ ਪਤਾ ਹੈ ਠੀਕ ਹੈ ਕੋਈ ਆਡੀਓ ਵੀਡੀਓ ਬਾਹਰ ਕਿਵੇਂ ਆ ਸਕਦੀ ਹੁੰਦੀ ਹੈ ਕੋਈ ਕਿਵੇਂ ਤੁਸੀਂ ਇੰਟਰਵਿਊ ਪੂਰੀ ਦੀ ਪੂਰੀ ਜ਼ਿਲ੍ਹਾ ਚ ਕਰਵਾ ਸਕਦੇ ਹੋ ਇਹ ਪੋਸੀਬਲ ਹੀ ਨਹੀਂ ਹੈਗਾ ਟੈਲੀਫੋਨ ਤੱਕ ਦੀ ਜਿਹੜੀ ਹੈਗੀ ਹੈ ਹਰ ਚੀਜ਼ ਦੇ ਨਿਗਰਾਨੀ ਦੇ ਵਿੱਚ ਹੈਗੀ ਹੈ ਤੇ ਕਿਵੇਂ ਇਹ ਚੀਜ਼ਾਂ ਪੋਸੀਬਲ ਹੈ ਜਿੰਨਾ ਚਿਰ ਸਿਸਟਮ ਇਹ ਕਰਾਉਣਾ ਚਾਹੁੰਦਾ ਹੋਵੇ ਤੇ ਸਿਸਟਮ ਕਿਉਂ ਕਰਾਉਣਾ ਚਾਹੁੰਦਾ ਇਹਨਾਂ ਨੂੰ ਵੱਡਿਆ ਕਰਨ ਵਾਸਤੇ ਮੈਂ ਕਿਉਂ ਵਾਰ-ਵਾਰ ਇਹਨਾਂ ਬਾਰੇ ਇਹ ਕਹਿਣਾ ਹੁੰਦਾ ਕਿ ਇਹਨਾਂ ਨੂੰ ਦਿਖਾਈ ਦਿੱਤਾ ਜਾ ਰਿਹਾ ਲੋਕਾਂ ਨੂੰ ਖੁਸ਼ੀ ਹੁੰਦੀ ਕੋਈ ਨਿਕਲ ਠੀਕ ਹੈ ਲਾਰੈਂਸ ਦਾ ਇੰਟਰਵਿਊ ਹੋਇਆ ਉਸ ਸਿਸਟਮ ਨੇ ਕਰਾਇਆ ਹੈ ਹੋਰ ਹੋ ਹੀ ਨਹੀਂ ਸਕਦਾ ਐਵੇਂ ਪੋਸੀਬਲ ਹੀ ਨਹੀਂ ਹੈ ਕਹ ਦਿੱਤਾ ਉਹਨੇ ਉਹਨੂੰ ਆ ਕਹ ਦਿੱਤਾ ਇਹਨੇ ਉਹਨਾਂ ਦਾ ਉਮਰਵਾ ਦਿੱਤਾ ਇਹ ਸਾਰੀ ਦੀ ਸਾਰੀ ਹਾਈਪ ਇੱਕ ਪੂਰੇ ਦਾ ਪੂਰਾ ਜਿਹੜਾ ਸੈੱਲ ਹੈਗਾ ਜਿਹੜਾ ਮਤਲਬ ਇਹਦਾ ਜਿਹੜਾ মিডিਆ ਦਾ ਜਿਹੜਾ ਭਾਵੇਂ ਉਹ ਕਿਸੇ ਫੋਰਸਿਸ ਦਾ ਹੈਗਾ ਬਹੁਤ ਕੁਝ ਚੀਜ਼ਾਂ ਚੱਲਦੀਆਂ ਨੇ ਵਿੱਚ ਮੈਂ ਬਹੁਤੀ ਡੀਪ ਡੀਪ ਡਿਟੇਲ ਵਿੱਚ ਕਈ ਚੀਜ਼ਾਂ ਆਪਾਂ ਡਿਸਕਸ ਨਹੀਂ ਕਰ ਸਕਦੇ ਪਰ ਇਹ ਨੈਕਸਸ ਜਿਹੜਾ ਹੈਗਾ ਜਿੰਨਾ ਪ੍ਰੋਸੈਸ ਜਾਂਦਾ ਤੁਸੀਂ ਧਮਕੀਆਂ ਦੇਖਦੇ ਹੋ ਇਹਦੇ ਤੇ ਆਮ ਤੌਰ ਤੇ ਇਹਨੇ ਗੈਂਗ ਨੇ ਉਹਨੂੰ ਧਮਕੀ ਦਿੱਤੀਆਂ ਉਹ ਤੇ ਲੱਗਿਆ ਹੋਇਆ ਹੁੰਦਾ ਸਾਰਾ ਬਗੈਦਾ ਵਿੱਚ ਲਿਖਿਆ ਹੋਇਆ ਹੁੰਦਾ ਕਿਸੇ ਨਾ ਕਿਸੇ ਦੇ ਨਾਮ ਤੋਂ ਇਹ ਸਾਰਾ ਜਿਹੜਾ ਹੈਗਾ ਆਈਟੀ ਸੈੱਲ ਇੱਕ ਫਾਈਬ ਜਿਹੜਾ ਨਾ ਸਾਈਬਰ ਸੈੱਲ ਹੈ ਉਹਨਾਂ ਦੀਆਂ ਜਿਹੜੀਆਂ ਖੇਡਾਂ ਸਾਰੀਆਂ ਉਹ ਬੰਦੇ ਮਾਰ ਵੀ ਤਾਂ ਦਿੰਦੇ ਆ ਆਪਾਂ ਦੇਖਿਆ ਮੋਗੇ ਕਿਲਿੰਗ ਹੋਈ ਤਰਨਤਾਰਨ ਕਪੜਾ ਵਪਾਰੀ ਦੀ ਕਿਲਿੰਗ ਹੁੰਦੀ ਆ ਹੋਰ ਬਹੁਤ ਸਾਰੀਆਂ ਕਿਲਿੰਗਸ ਹੋਈਆਂ ਬਹੁਤ ਜੜੀਆਂ ਉੱਪਰਲੇ ਲੈਵਲ ਦੀ ਇਹ ਬਿਲਕੁਲ ਆਥੀ ਦੇ ਬਾਹਰਲੇ ਦਾੰਦਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਹੂੰ ਜਿਹੜੀ ਅਸਲ ਫਰੋਤੀਆਂ ਵੱਡੀਆਂ ਹੋਈਆਂ ਉਹ ਪਤਾ ਹੀ ਨਹੀਂ ਲੱਗਦੀਆਂ ਉਹ ਤਾਂ ਪਤਾ ਹੀ ਨਹੀਂ ਲੱਗਦੀਆਂ ਮੰਨ ਲਓ ਕਿਸੇ ਵੱਡੇ ਇੰਡਸਟਰੀਲਿਸਟ ਨੂੰ ਤੰਗ ਕੀਤਾ ਉਹਦੇ ਤੋਂ 10-20 ਕਰੋੜ ਜੇ ਲਿਆ ਤੋ ਸ਼ਾਂਤ ਚੁੱਪ ਰਹਿ ਗਏ ਉੱਥੇ ਉਹ ਮਾਫੀਆ ਉੱਥੇ ਹੈ ਉਹ ਉੱਥੇ ਹੈ ਇਹ 2 4 5 10 ਲੱਖ ਵਾਲਾ ਥੱਲੇਡੇ ਲੈਵਲ ਦਾ ਉਹ ਮਾਫੀਆ ਕੁਝ ਇਹਨਾਂ ਦੇ ਵਿੱਚੋਂ ਆਪਣੇ ਤੌਰ ਤੇ ਜਿਹਨੂੰ ਕਰੋੜਾਂ ਬਾਹਰ ਨਿਕਲੇ ਹੋਏ ਨੌਜਵਾਨ ਹੈਗੇ ਆ ਉਹ ਆਪਣੇ ਤੌਰ ਤੇ ਵੀ ਕਰਨਗੇ ਨਾ ਜੇ ਕੋਲ ਵੈਪਨ ਵੀ ਆ ਗਿਆ ਕਰ ਤੋਂ ਬਾਅਦ ਵੀ ਉਹਦਾ ਸਿਸਟਮ ਹੋ ਗਿਆ ਤੇ ਫਿਰ ਸੋਚ ਕੇ ਕੁਝ ਚੀਜ਼ਾਂ ਆਪਣੇ ਆਪ ਹੀ ਹੋ ਜਾਂਦੀਆਂ ਉਹ ਇਹ ਉਹਦਾ ਪਾਰਟ ਹੈਗਾ ਪਰ ਅਸਲੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਜਿਹੜੀ ਕਾਂਸਪੀਰੇਸੀ ਹੈ ਜਾਂ ਇਹਦਾ ਮਤਲਬ ਉਪਰ ਜਿਹੜੀ ਹੈਗੀ ਇਹਦਾ ਮਤਲਬ ਨਹੀਂ ਕਿੱਥੇ ਹੈਗੀ ਨਹੀਂ ਇਹਦੀ ਬਹੁਤ ਡੀਪ ਰੂਟਡ ਹੈ ਸਾਰੇ ਸਿਸਟਮ ਦੀ ਡਰੈਗਨ ਅਵਿਰਦੀ ਹੋਈ ਹੈ ਜਿਹੜਾ ਇਹ ਫਰੋਤੀਆਂ ਦਾ ਤਾਂ ਹੈ ਇਹਦੇ ਨਾਲ ਵੀ ਇਹ ਜਿਹੜੀ ਪੂਰੀ ਸਿਸਟਮ ਵਾਪਸੀ ਦਾ ਰਾਹ ਦਿੰਦਾ ਹੈ ਉਨੇ ਹੀ ਵਾਪਸ ਹੀ ਦਾ ਰਾ ਸਿਸਟਮ ਨੂੰ ਦੇਣਾ ਚਾਹੀਦਾ ਸਾਡੀ ਹੋਰ ਕੀ ਸਟਰਗਲ ਹੈਗੀ ਕਾਲੇ ਧਨੌਲੇ ਦੇ ਐਗਜ਼ਾਮਪਲ ਤੋਂ ਜਾਨਣਾ ਚਾਹਨਾ ਤੁਹਾਡੇ ਨਾਲ ਨੇੜਤਾ ਹੋਈ ਤੁਸੀਂ ਬਹੁਤ ਸਾਰੀਆਂ ਇੰਟਰਵਿਊ ਚ ਹੁਣ ਜ਼ਿਕਰ ਵੀ ਕੀਤਾ ਮੈਂ ਸੁਣ ਰਿਹਾ ਸੀਗਾ ਉਹ ਚਾਹੁੰਦਾ ਸੀ ਵਾਪਸ ਆਣਾ ਜਾਂ ਉਹ ਆ ਗਿਆ ਸੀ ਵਾਪਸ ਪਹਿਲੀ ਗੱਲ ਤਾਂ ਕੋਣ ਨਹੀਂ ਚਾਹੁੰਦਾ ਜ਼ਿੰਦਗੀ ਕਿਹਨੂੰ ਨਹੀਂ ਪਿਆਰੀ ਇੱਕ ਜਨਰਲ ਗੱਲ ਹੈ ਕਿ ਕੋਣ ਨਹੀਂ ਚਾਹੁੰਦਾ ਕੋਈ ਵੀ ਜਿਹੜੇ ਹੁਣ ਬਾਕੀ ਨਿਕਲੇ ਹੋਏ ਬਾਹਰ ਗਿਆ ਉਹ ਕੜਾ ਨਹੀਂ ਚਾਹੁੰਦੇ ਹੋਣਗੇ ਘਰੇ ਕੋਣ ਨਹੀਂ ਜਿਹੜੋ ਘਰੋਂ ਬਾਹਰ ਹੋ ਗਈ ਫਿਰ ਪਤਾ ਲੱਗਦਾ ਘਰੋਂ ਬਾਹਰ ਰਹਿਣ ਦੀ ਪੀੜ ਕੀ ਹੈ ਤੇ ਕਾਲੇ ਧਨੌਲੇ ਦਾ ਘਰੇ ਬੈਠਾ ਸੀਗਾ ਇਹਨ ਅੰਮ੍ਰਿਤਸਰ ਦੇ ਵਿੱਚ ਹੋਇਆ ਹੋਰ ਵੀ ਹੋਏ ਠੀਕ ਹੈ ਜਦੋਂ ਇਹਨਾਂ ਨੇ ਲੁਧਿਆਣੇ ਹੋਇਆ ਦੋ ਤਿੰਨ ਲਗਾਤਾਰ ਹੁੰਦੇ ਜਦੋਂ ਇਸ ਚੀਫ ਮਿਨਿਸਟਰ ਨੇ ਅਸੈਸੀਨੇਸ਼ਨ ਦਾ ਐਲਾਨ ਕੀਤਾ ਇੱਕ ਤਰੀਕੇ ਨਾਲ ਮਤਲਬ ਪਰਮਿਟ ਕਰ ਦਿੰਦਾ ਇਹਨਾਂ ਨੇ ਮਤਲਬ ਸਿਸਟਮ ਨੂੰ ਵੀ ਤੁਸੀਂ ਖੁੱਲ ਕੇ ਖੇਡੋ ਆਪਣਾ ਉਹਦੇ ਸਿਸਟਮ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਦੇਖੋ ਜਿੱਥੇ ਜ਼ਰੂਰਤ ਹੈ ਉੱਥੇ ਤਾਂ ਕੋਈ ਹੱਲ ਹੀ ਨਹੀਂ ਜੇ ਕੋਈ ਤੁਹਾਡੇ ਸਾਹਮਣੇ ਤੇ ਫੈਰਿੰਗ ਕਰ ਰਿਹਾ ਹੋਵੇ ਤਾਂ ਉਹ ਤੁਹਾਡੇ ਕੋਲ ਹੱਲ ਵੀ ਕੀ ਹੈਗਾ ਪਰ ਉਹ ਸਿਚੁਏਸ਼ਨ ਵਾਸਤੇ ਤੁਸੀਂ ਫੋਰਸ ਹੋ ਤੁਸੀਂ ਕੋਪਰੇਟ ਹੋ ਤੁਸੀਂ ਸਾਡੇ ਕੋਲ ਬਹੁਤ ਵੱਡਾ ਮਤਲਬ ਇੱਕ ਰਤਾਮ ਚਾਮ ਹੈ ਜਿਹਦੇ ਨਾਲ ਅਸੀਂ ਸਭ ਜੀ ਕਰ ਸਕਦੇ ਉੱਥੋਂ ਤੱਕ ਜਾਣ ਦੀ ਤਾਂ ਲੋੜ ਹੀ ਨਹੀਂ ਹੈਗੀ ਤਾਂ ਇਹਨਾਂ ਚੀਜ਼ਾਂ ਤੋਂ ਅਵਾਇਡ ਕੀਤਾ ਜਾਣਾ ਹੁੰਦਾ ਤਾਂ ਉਹ ਕੀਤਾ ਜਾ ਸਕਦਾ ਸੀਗਾ ਤਾਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਮੇਰੇ ਵੀ ਸਿਸਟਮ ਤੋਂ ਕਈ ਚੀਜ਼ਾਂ ਬਾਹਰ ਹੈ ਕਿ ਇਹ ਕਿੰਜ ਕਿਉਂ ਹੈ ਇਹਦੇ ਪਿੱਛੇ ਕਿਹੜਾ ਮਤਲਬ ਡੀਪ ਰੂਟਡ ਕਾਂਸਪੀਰੇਸੀ ਹੈ ਕਿ ਮੁੰਡਿਆਂ ਨੂੰ ਮਾਰੇ ਹੀ ਜਾਵੇ ਕੋਈ ਜ਼ਰੂਰਤ ਹੈ ਨਹੀਂ ਅਰੈਸਟ ਕਰਕੇ ਤੁਸੀਂ ਜਿਲ੍ਹਾ ਜਾ ਕੇ ਵੀ ਤਾਂ ਕੁਝ ਲੋਕ ਬੈਠੇ ਹੀ ਹੈ ਬਿਸ਼ਨੋਈ ਹੋ ਰਹੀ ਜਾਂ ਹੋਰ ਤੁਸੀਂ ਨਾਮ ਲੈ ਕੇ ਬੈਠੇ ਹੀ ਹੈ ਤੇ ਫਿਰ ਜਿਹੜੇ ਬਾਹਰਲੇ ਬੈਠੇ ਲੋਕ ਹੈ ਇਹ ਜਿਹੜੀ ਗੈਂਗਵਾਰ ਜਿਹੜੀ ਹੈਗੀ ਆ ਆਪਸ ਦੇ ਵਿੱਚ ਤੋਂ ਇਸ ਤਰ੍ਹਾਂ ਦੇ ਇੰਟਰਸਟ ਬਣਦੇ ਤਾਂ ਫਿਰ ਗੈਂਗਵਾਰਾਂ ਜਿਹੜੀਆਂ ਹੁੰਦੀਆਂ ਦੇਖੋ ਈਗੋਇਜ਼ਮ ਵੀ ਇੱਥੇ ਹੈਗਾ ਜੇ ਆਪਾਂ ਆਪਣੇ ਏਰੀਆ ਦਾ ਹੀ ਲਾ ਲਈਏ ਤੇ ਇੱਥੇ ਤੁਸੀਂ ਕਾਲੇ ਤਨੌਲੇ ਦਾ ਨਾਮ ਲਿਆ ਉਸ ਤੋਂ ਪਹਿਲਾਂ ਇੱਕ ਲੱਖੀ ਕਾਲਾ ਬੋਲਾ ਉਹਦਾ ਮਰਡਰ ਹੋਇਆ ਹੋਇਆ ਸੀ ਇੱਕ ਅਰਸ਼ਦੀ ਪਾਉ ਜੇਲ੍ਹ ਦੇ ਵਿੱਚ ਹੈਗਾ ਬਿੱਟੂ ਮਹਿਲਕਲਾਂ ਤੋਂ ਠੀਕ ਹੈ ਇਹ ਲੱਖੀ ਹੋਰੀ ਵੀ ਇਸ ਏਰੀਆ ਦੇ ਵਿੱਚ ਹੀ ਆਪਰੇਟ ਕਰਦੇ ਸੀ ਸਾਰੇ ਪਹਿਲਾਂ ਘਟੇ ਹੂੰ ਤਾਂ ਅੱਜ ਜਿਹੜੀ ਧਿਆਨ ਨਾਲ ਦੇਈਏ ਮੈਂ ਨਾਮ ਲੈਣੇ ਪੈਂਦੇ ਕਿਉਂਕਿ ਫਿਰ ਕਈ ਵਾਰੀ ਗਰਜ ਹੁੰਦਾ ਵੀ ਕਿਉਂ ਤੁਸੀਂ ਕਰਦੇ ਹੋ ਵੀ ਕ੍ਰਾਈਟੇਰੀਆ ਠੀਕ ਹੈ ਕੁਝ ਲੋਕਾਂ ਨੂੰ ਪ੍ਰਸ਼ਾਸਨ ਜਿਹੜਾ ਹੈਗਾ ਪ੍ਰੋਟੈਕਸ਼ਨ ਦੇ ਰਿਹਾ ਕੁਝ ਜਿਹੜੇ ਘਰੇ ਬੈਠੇ ਹੈਗੇ ਆ ਆਪਰੇਟ ਕਰਨ ਵਾਲਿਆਂ ਨੂੰ ਮੈਂ ਆਪਰੇਟ ਕਰਨ ਵਾਲਿਆਂ ਨੂੰ ਨਹੀਂ ਕਹਿ ਰਿਹਾ ਜਿਹਦੀ ਬੈਕਗ੍ਰਾਉਂਡ ਹੈ ਇਹਦਾ ਨਾਮ ਹੀ ਲੈ ਲੈਂਦੇ ਆ ਪੱਕੀ ਦਿੱਕਤ ਹੈਗੀ ਆ ਇਹਨਾਂ ਕੋਲ ਪ੍ਰੋਟੈਕਸ਼ਨ ਹੈਗੀ ਹੈ ਨਾ ਮੈਂ ਅੱਗੇ ਵੀ ਪੁੱਛਿਆ ਸੀ ਵੀ ਕਿਹੜਾ ਕਰਾਈਟੇਰੀਆ ਹੈਗਾ ਬਲਵਿੰਦਰ ਸਿੰਘ ਕੋਲ ਤਾਂ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ ਠੀਕ ਹੈ ਜਿਹਨੂੰ ਕਿ ਤੁਸੀਂ ਇੱਕ ਇੰਟਰਵਿਊ 'ਚ ਇਹ ਵੀ ਕਿਹਾ ਦੋ ਚਾਰ ਦਿਨ ਪਹਿਲਾਂ ਕਿ ਮੈਨੂੰ ਤਾਂ ਇਹ ਲੱਗਦਾ ਮੇਰਾ ਸਿੱਧੂ ਮੂਸੇ ਵਾਲਾ ਹਾਲ ਹੋ ਜਾਊਗਾ ਮੈਂ ਬੜੀ ਵਾਰੀ ਕਿਹਾ ਕਿਉਂ ਨਹੀਂ ਹੋਊਗਾ ਤੇ ਬਾਦੀ ਗੱਲਾਂ ਜਿਹੜਾ ਇੰਨਾ ਇੰਨਾ ਐਕਸਪੋਜ਼ ਕਰ ਰਹੇ ਆ ਸਿਸਟਮ ਨੂੰ ਤੇ ਆਫਟਰ ਆਲ ਕਿੰਨੀ ਦੇਰ ਤੱਕ ਇਹ ਚੀਜ਼ਾਂ ਜਿਹੜੀਆਂ ਬਰਦਾਸ਼ਤ ਤੋਂ ਅੰਦਰ ਹੈਗੀਆਂ ਇਹ ਤਾਂ ਰੱਬ ਜਾਣਦਾ ਮੈਂ ਕਿਉਂਕਿ ਆਪਣੀ ਇੱਕ ਤਾਂ ਏਜ ਦੇ ਹਿਸਾਬ ਨਾਲ ਮੈਂ ਸੋਚਦਾ ਵੀ ਲਾਈਫ ਮੇਰੀ ਜਿੱਥੇ ਆਈ ਹੋਈ ਹੈ ਤੇ ਜੇ ਮੈਨੂੰ ਕਿਸੇ ਨੇ ਅਕਾਲ ਪੁਰਖ ਨੇ ਇਸ ਰਸਤੇ ਤੋਰਿਆ ਹੋਇਆ ਤਾਂ ਜਿੰਨਾ ਸੱਚ ਬੋਲ ਸਕਦੇ ਆ ਬੋਲਦਗੇ ਅਦਰਵਾਈਜ਼ ਤਾਂ ਹੈਗਾ ਹੀ ਹੈਗਾ ਮੈਂ ਗੱਲ ਇਹ ਕਰ ਰਿਹਾ ਸੀ ਵੀ ਇਹ ਕ੍ਰਾਈਟਰੀਆ ਕੀ ਹੈਗੀ ਹੈ ਕੁਝ ਲੋਕਾਂ ਤੇ ਜੇ ਦਿੱਕਤ ਆਉਂਦੀ ਆ ਤਾਂ ਉਹਦੀ ਹਾਈਪ ਬਣ ਕੇ ਤੇ ਕੀ ਦੀ ਕੀ ਬਣ ਜਾਂਦਾ ਤੇ ਸਿਸਟਮ ਲਾਉ ਕਰਦਾ ਚੁੱਪ ਕਰਕੇ ਨਾਲ ਖੜਦਾ ਠੀਕ ਹੈ ਵੱ ਕਿਤੇ ਆ ਕੇ ਤੁਸੀਂ ਮਤਲਬ ਚੁੱਪ ਕਰਕੇ ਜਾ ਕੇ ਮਤਲਬ ਪਤਾ ਵੀ ਨਹੀਂ ਲੱਗਣਦੇ ਇੱਕ ਬੰਦਾ ਛੋਟੀ ਜੀ ਗੱਲ ਵਿੱਚ ਕਿਤੇ ਬਾਹਰ ਤੇ ਉਹਦਾ এনਕਾਊਂਟਰ ਹੋ ਜਾਂਦਾ ਇਹ ਕੱਲੇ ਕਾਲੇ ਦੀ ਗੱਲ ਨਹੀਂ ਹੈਗੀ ਅਦਰਵਾਈਜ਼ ਹੋਰ ਵੀ ਕੁਝ ਹੋਣਾ ਕਾਲੇ ਦੀ ਕਹਾਣੀ ਹੀਰੇ ਦੀ ਵਿੱਚ ਵੀ ਕੁਝ ਹੋਇਆ ਜੇ ਦੱਸ ਸਕੋ ਮੈਂ 2 ਮਿੰਟ ਇਹਦੇ ਤੇ ਲੈਣਾ ਚਾਹਣਾ ਤੁਹਾਡੇ ਤੋਂ ਡਿਟੇਲ ਬਹੁਤੀ ਨਹੀਂ ਮੇਰੀ ਕਹੋਗੇ ਕਾਲੇ ਨਾਲ ਕੋਈ ਮੇਰੀ ਇਹ ਤਾਂ ਹੈ ਨਹੀਂ ਕਿ ਮੇਰੀ ਕੋਈ ਬਹੁਤ ਸਾਲਾਂ ਦੀ ਐਸੋਸੀਏਸ਼ਨ ਹੈ ਤੇ ਮੈਂ ਤਾਂ ਆ ਤਿੰਨ ਚਾਰ ਮਹੀਨਿਆਂ ਤੋਂ ਮਤਲਬ ਉਹਦੇ ਨਾਲ ਕਿਉਂ ਜੁੜਿਆ ਤੁਹਾਡੇ ਨਾਲ ਮੈਂ ਹੀ ਗਿਆ ਸੀ ਉਹਦੇ ਕੋਲ ਤੁਸੀਂ ਗਏ ਸੀ ਮੈਂ ਗਿਆ ਸੀ ਉਹਦੇ ਕੋਲ ਠੀਕ ਹੈ ਮੈਂ ਹੀ ਗਿਆ ਸੀ ਵੀ ਅਸੀਂ ਇਸ ਏਰੀਆ 'ਚ ਆਏ ਆ ਪਿੰਡ ਤੇ ਜੇ ਤੈਨੂੰ ਲੱਗਦਾ ਕਿ ਮੈਂ ਤੁਹਾਨੂੰ ਯਾਦ ਹੋਊਗਾ ਮੈਂ ਆਮ ਤੌਰ ਤੇ ਬਾਜ ਮਾਰਦਾ ਰਿਹਾ ਬਹੁਤ ਦਿਰ ਤੋਂ ਵੀ ਕੁਝ ਲੋਕ ਜਿਹੜੇ ਹੈਗੇ ਜੇ ਹੋਰ ਕੁਝ ਨਹੀਂ ਕਰ ਸਕਦੇ ਤੇ ਮੇਰੇ ਨਾਲ ਕੰਟੈਕਟ ਕਰਨ ਮੈਂ ਪੇਸ਼ਤਾ ਕਰਵਾ ਦਿਆਂ ਵੀ ਘਟੋ ਘਟ ਜੇ ਅਸੀਂ ਲੋਕ ਪੇਸ਼ ਕਰਵਾਵਾਂਗੇ ਅਸੀਂ ਗਰੁੱਪ ਆਫ ਪੀਪਲ ਹੈ ਕੁਝ ਲੋਕ ਮੇਰੇ ਨਾਲ ਨੇ ਰਾਜਵਿੰਦਰ ਸਿੰਘ ਬੈਸ ਹੈਗੇ ਆ ਦਰਸ਼ੀਆ ਦਾ ਹੋਰੀ ਹੈਗੇ ਆ ਵੀ ਅਸੀਂ ਕਿਸੇ ਨੂੰ ਪੇਸ਼ ਕਰਾਵਾਂਗੇ ਉਹਦਾ ਅਨਕਾਊਂਟਰ ਤਾਂ ਨਹੀਂ ਹੋਊਗਾ ਨਾ ਇਸੇ ਮਾਮਲੇ 'ਚ ਮੈਂ ਇਹ ਗੱਲ ਕਰਦਾ ਸੀ ਵੀ ਇਹ ਜਿਹੜੀ ਹੈ ਇਹ ਅਨਕਾਊਂਟਰ ਹੋ ਰਿਹਾ ਹੈ ਕਿੰਨੇ ਕੇਸ ਚੱਲਦੇ ਸੀ ਇਹਦੇ ਤੇ ਕੇਸ ਤਾਂ ਜਿਹੜੇ ਹੈਗੇ ਉਹ ਪੁਰਾਣੇ ਆ ਨਵਾਂ ਕੋਈ ਹੁਣ ਜੇ 2012 ਤੋਂ ਪਹਿਲਾਂ ਪਹਿਲਾਂ ਦੇ ਹੁਣ ਤਾਂ ਪੰਜ ਸੱਤ ਜਿਹੜੇ ਹੈਗੇ ਨਾ ਜੇ ਹੋਣਗੇ ਹਰੇਕ ਝੋਕ ਜਾਂ ਜਵਾਨ ਤੇ ਪੁਲਿਸਾਈਕੀ ਕੀ ਸੀ ਮੈਂ ਜਾਨਣਾ ਚਾਹੁੰਦਾ ਥੋੜਾ ਸਮਝਾਓ ਜਦੋਂ ਮਿਲੇ ਹੋ ਤੁਸੀਂ ਉਹ ਕੀ ਉਹ ਕੇਸਾਂ ਨੂੰ ਲੈ ਕੇ ਚਿੰਤਤ ਸੀਗਾ ਜਾਂ ਉਹ ਚਾਹੁੰਦਾ ਸੀ ਮੇਨਸਟ੍ਰੀਮ ਚ ਜਾਣਾ ਹੈ ਜਾਂ ਜਿਵੇਂ ਪੋਲਿਟਿਕਸ 'ਚ ਵੀ ਉਹ ਪਹਿਲਾਂ ਹੀ ਜੇਲ੍ਹ 'ਚ ਬੈਠਾ ਆਪਰੇਟ ਕਰ ਰਿਹਾ ਸੀ ਚੀਜ਼ਾਂ ਨੂੰ ਨਹੀਂ ਨਹੀਂ ਉਹ ਦੇਖੋ ਉਹ ਬੰਦਾ ਜਿਹੋ ਇਥੋਂ ਥੋੜੀ ਗੱਲ ਤੋਂ ਲੈ ਲਓ ਵੀ ਉਹ ਪੋਲਿਟਿਕਸ ਜਿੱਦਾ ਪਹਿਲੇ ਐਪਰੇਟ ਕਰ ਰਿਆ ਸੀ ਇਹਨਾਂ ਮਤਲਬ ਸਿਸਟਮ ਦੇ ਵਿੱਚ ਮਤਲਬ ਘਰ ਤੋਂ ਬਾਹਰ ਕੌਣ ਲੈਣਾ ਚਾਹੁੰਦਾ ਐਡਾ ਪੋਲਿਟਿਕਸ ਹੋਵੇ ਉਹ ਜਿਹੜਾ ਮਰਡਰ ਹੋਇਆ ਸੀਗਾ ਉਦੋਂ ਇਹ ਗਰੁੱਪ ਇਕੱਠਾ ਸੀਗਾ ਲੱਕੇ ਹੋ ਰਹੀ ਹੈ ਸਾਰੇ ਇਕੱਠੇ ਸੀਗੇ ਉਦੋਂ ਇਹ ਮਰਡਰ ਜਦੋਂ ਹੋਇਆ ਉਸ ਮਰਡਰ ਦਾ ਵੀ ਉਸ ਬੰਦੇ ਨੂੰ ਗਿਲਾ ਸੀ ਵੀ ਮੈਨੂੰ ਕਤਲ ਕਰਵਾ ਦਿੱਤਾ ਗਿਆ ਮੇਰੀ ਮਦਦ ਨਹੀਂ ਕੀਤੀ ਕਿਸੇ ਨੇ ਉਹ ਕਿਸੇ ਨੂੰ ਇਹ ਸਾਰਾ ਗਰੁੱਪ ਹੀ ਹੈ ਨਾ ਸਾਰੇ ਬਿਲਕੁਲ ਇਹਨੇ ਉਹਨਾਂ ਦੀ ਮਦਦ ਕੀਤੀ ਉਹ ਵੀ ਉਹਨੂੰ ਗਿਲਾ ਸੀਗਾ ਇਹ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹਦਾ ਆਊਟਕਮ ਹੁੰਦਾ ਉਹ ਜਿਹੜੀ ਕੇਸਾਂ ਦੀ ਤੁਸੀਂ ਗੱਲ ਕਰਦੇ ਹੋ ਕੇਸ ਤਾਂ ਜੇ ਮੈਂ ਕਹਿੰਦਾ ਜੇ ਇਨਕਾਊਂਟਰ ਨਹੀਂ ਕਰਨਾ ਸੀ ਤੇ ਜਦੋਂ 55 ਕੇਸ ਇਕੱਠੇ ਦਰਜ ਹੋਏ ਸੀ 5-7-10 ਸਾਲਾਂ ਜਦੋਂ ਉਦੋਂ ਕਰ ਦਿੱਤਾ ਜਾਂਦਾ ਅੱਜ ਜਦੋਂ ਉਹ 10 ਸਾਲ ਜੇਲ੍ਹ ਕੱਟ ਕੇ ਆਇਆ ਹੋਇਆ ਇੱਕ 307 ਦੇ ਮੁਕੱਦਮੇ ਦੇ ਵਿੱਚ ਜਿਹੜਾ ਕੋਈ ਮੇਰੀ ਜਾਣਕਾਰੀ ਮੁਤਾਬਕ ਉਹਨੂੰ ਕ੍ਰੀਏਟ ਕੀਤਾ ਗਿਆ ਪਹਿਲਾਂ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਉਹਨੂੰ ਪਹਿਲਾਂ ਇਹਨਾਂ ਨਾਲ ਕੋਈ ਗੱਲ ਹੋਈ ਸੀ ਮੈਂ ਭਾਨੇ ਸਿੱਧੂ ਬਾਰੇ ਜ਼ਿਕਰ ਕੀਤਾ ਸੀ ਉਹ ਕੋਈ ਮੈਨੂੰ ਦੱਸਿਆ ਉਹਨੇ ਵੀ ਮੈਂ ਭਾਨੇ ਸਿੱਧੂ ਨਾਲ ਗੱਲ ਕੀਤੀ ਹੈ ਤੇ ਉਹਨੇ ਮੈਨੂੰ ਬਹੁਤ ਮਾੜਾ ਚੰਗਾ ਬੋਲਿਆ ਸਰ ਤੇ ਮਤਲਬ ਮੈਂ ਜਿਵੇਂ ਨੇ ਕਿਹਾ ਵੀ ਮੈਂ ਤਾਂ ਤੋੜਨੀ ਮੈਂ ਨਾ ਭਾਈ ਇਹ ਕੰਮ ਨਾ ਕਰ ਕਿਉਂਕਿ ਤੂੰ ਹੁਣ ਸਾਡੇ ਕੋਲ ਆਇਆ ਹੋਇਆ ਅਸੀਂ ਕਟੇ ਇਹ ਕੰਮ ਆਪਾਂ ਹੁਣ ਨਹੀਂ ਕਰਨੇ ਇਹਨੂੰ ਬਰਦਾਸ਼ਤ ਕਰ ਇਸ ਲਾਈਫ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੰਦੇ ਨੂੰ ਜਿਗਰੇ ਵੱਡੇ ਰੱਖਣੇ ਚਾਹੀਦੇ ਉਸ ਤੋਂ ਬਾਅਦ ਫਿਰ ਮਤਲਬ ਇੱਕ ਕਾਰਨ ਕੀ ਬਣਿਆ ਉਹ ਤਾਂ ਬਾਅਦ ਉਹਨੇ ਹੀ ਮੈਨੂੰ ਦੱਸਿਆ ਨਾ ਵੀ ਇਹ ਬੰਦੇ ਨੇ ਜਿਹੜੇ ਨਾਲ ਹੁਣ ਉਹਦੀ ਦਿੱਕਤ ਆਈ ਹੈ ਇਥੋਂ ਮੈਸੇਜ ਗਿਆ ਵੀ ਤੇਰੇ ਪਿਓ ਦੀ ਪੱਗ ਸਾਡੇ ਕੋਲ ਪਈ ਹੈ ਜਾਂ ਪੱਗ ਮੈਂ ਲਾਈ ਸੀ ਕੁਝ ਇਸ ਤਰ੍ਹਾਂ ਦੀ ਗੱਲ ਹੈਗੀ ਹੈ 8-9 ਸਾਲ ਪੁਰਾਣੀ ਗੱ ਨਾਲੇ ਕੀਤੀ ਹੈ ਜਿਹੜੀ ਉਹਨੇ ਕੀਤੀ ਹੈ ਉਹਨੇ ਕਿਹਾ ਮੈਨੂੰ ਵੀ ਅਸੀਂ ਉਹ ਮੈਨੂੰ ਆਹ ਕਿਹਾ ਸੀਗਾ ਮੈਂ ਜਿਹੜਾ ਉਹਨੂੰ ਬਾਅਦ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਕਿਹਾ ਯਾਰ ਤੂੰ ਇਹ ਕੀ ਕੀਤਾ ਤੈਨੂੰ ਉੱਦੇ ਰੁਕਿਆ ਸੀ ਇਹ ਕੰਮ ਤੋਂ ਹੁਣ ਤੂੰ ਅਗਲਾ ਕਰ ਦਿੱਤਾ ਉਹ ਕਹਿੰਦਾ ਜੀ ਆਹ ਗੱਲ ਹੋਈ ਹੈ ਮੈਂ ਚਲੋ ਇਹ ਹੋਈ ਵੀ ਹੈ ਗਲਤ ਤੋਂ ਵੱਡਾ ਸਿਰ ਰੱਖਣਾ ਸੀ ਤੇ ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ ਜੀ ਹੁਣ ਇਸ ਤਰ੍ਹਾਂ ਹਾਲਾਤ ਸੀ ਬਣ ਗਏ ਤੇ ਮੈਨੂੰ ਉਹਨੇ ਇਹ ਕਿਹਾ ਤੇ ਮੇਥੋਂ ਇਹ ਹੋ ਗਿਆ ਇਹ ਵੀ ਕਾਉਂਸਲਿੰਗ ਪੋਸੀਬਲ ਹੈ ਜਿਵੇਂ ਤੁਸੀਂ ਜਾ ਕੇ ਆਏ ਤੁਸੀਂ ਸਮਝਾਇਆ ਉਸ ਤੋਂ ਬਾਅਦ ਵੀ ਉਹਨੂੰ ਕਿਸੇ ਨੇ ਬੈਠ ਕੀਤਾ ਉਹਨੂੰ ਉਹਨੂੰ ਪ੍ਰਵੋਕ ਕੀਤਾ ਤੇ ਉਹ ਜਾ ਕੇ ਉਹ ਉਹ ਕੰਮ ਕਰ ਦਿੰਦਾ ਅੜੀ ਸਰਕਾਰ 16 ਮਾਰਚ 22 ਨੂੰ ਸੌਂ ਚੱਕੀ ਸੀ ਇਹਨਾਂ ਨੇ ਤੇ ਉਸ ਤੋਂ 15 ਵੀ ਦਿਨ ਬਾਅਦ ਇਹਨਾਂ ਨੇ ਉਹ ਐਂਟੀ ਗੈਂਗਸਟਰ ਜਿਹੜੀ ਹੈਗੀ ਆ ਉਹਨੂੰ ਕਰ ਦਿੱਤਾ ਸੀ ਪਰਮਿਟ ਵੀ ਇਹ ਆਉਣ ਵਾਲੇ ਸਮੇਂ 'ਚ ਆਪਰੇਟ ਕਰੂਗੀ ਉਹੀ ਪੁਰਾਣੇ-ਪੁਰਾਣੀਆਂ ਜਿਹੜੀਆਂ ਸਰਕਾਰਾਂ ਵਾਲੇ ਅਫਸਰ ਜਿਹੜੀ ਟੀਮ ਤੁਹਾਨੂੰ ਪਤਾ ਸਾਰੇ ਹੈਗੇ ਤਾਂ ਮੈਂ 13 April 22 ਨੂੰ ਸਰਕਾਰ ਬਣੀ ਨੂੰ 27 ਦਿਨ ਹੋਏ ਸੀ ਪ੍ਰੈਸ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਵੀ ਫਰਕ ਹੀ ਹੈਗਾ ਤੁਸੀਂ ਰਿਵਿਊ ਕਿਉਂ ਨਹੀਂ ਕਰਦੇ ਤੁਸੀਂ ਇਹਨਾਂ ਨੂੰ ਕਾਲ ਕਿਉਂ ਨਹੀਂ ਕਰਦੇ ਇੱਕ ਵਾਰੀ ਵੀੜੇ ਬੰਦੇ ਐ ਇਹ ਸਟੈਂਡਰਡ ਡਾਇਲੌਗ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਅੱਜ ਪੰਜਾਬ ਚ ਮੈਂ ਤੁਹਾਨੂੰ ਪੁੱਛਦਾ ਕਿ ਇਹ ਪੋਸੀਬਲ ਹੈ ਦੇਖੋ ਸਿੱਖੋ ਸਾਹਿਬ ਕੇ ਸਰਕਾਰ ਆਕੇ ਗੱਲ ਕਵੇ ਕਿ ਆਓ ਜੀ ਜਿਹੜੇ ਗੈਂਗਸਟਰ ਨੇ ਉਹ ਆਓ ਅਸੀਂ ਰਾਹ ਖੋਲਤੇ ਆ ਉਹ ਆਕੇ ਡਾਇਲੌਗ ਕਰਨ ਸਰਕਾਰ ਕਿਉਂ ਨਾ ਕਰੇ ਸਰਕਾਰ ਦੀ ਆਪਣੀ ਇੱਕ ਇਮੇਜ ਹੈ ਸਰਕਾਰ ਇਸ ਗੱਲ ਦੇ ਵਿੱਚ ਸਰਕਾਰ ਕੀ ਹੈ ਸਰਕਾਰ ਕੋਈ ਬਖਰਾ ਕੋਈ ਇਹ ਜਾਂ ਕੋਈ ਹੈਗਾ ਸਿਸਟਮ ਹੈ ਆਹੀ ਤਾਂ ਬੰਦੇ ਜਿਹੜੇ ਜਿੱਤ ਕੇ ਐਮਐਲਏ ਜਾਵੜਦੇ ਇਹੀ ਸਰਕਾਰ ਇਹ ਮੈਸੇਜ ਨਹੀਂ ਜਾਊਗਾ ਕਿ ਸਰਕਾਰ ਸਰੈਂਡਰ ਕਰ ਰਹੀ ਹੈ ਉਹਨਾਂ ਦੀ ਨਹੀਂ ਨਹੀਂ ਕੁਸ ਸਰੈਂਡਰ ਥੋੜਾ ਇਹ ਤੁਸੀਂ ਕਿਸੇ ਬਾਹਰਲੇ ਮੁਰਖ ਨਾਲ ਲੜਾਈਏ ਤੁਹਾਡੇ ਆਪਦੇ ਪੁੱਤ ਨੇ ਜੇ ਇਹਨਾਂ ਦੇ ਘਰਾਂ ਵਿੱਚ ਹੁਣ ਫਿਰ ਪੁੱਛੀਏ ਨਾ ਅਸੀਂ ਅੱਜ ਤੁਸੀਂ ਕਹਿੰਦੇ ਤੁਸੀਂ ਸਰਕਾਰ ਹੋਗੇ ਤੇ ਤੁਹਾਡੇ ਦੁਸ਼ਮਣ ਹੋਗੇ ਕੀ ਪੰਜਾਬ ਦੇ ਵਿੱਚ ਅੱਜ ਇਹ 90 95 ਦੇ ਉਹਨਾਂ ਵੇਲੇ ਦਾ ਹਾਲ ਹੈ ਕਿ ਬਾਦਸ਼ਾਹਾਂ ਲੈ ਕੇ ਫੇਰਾਂਗਾ ਹੁੰਦੀਆਂ ਫਿਰਦੀਆਂ ਅੱਜ ਹੈ ਪੰਜਾਬ 'ਚ ਇਹ ਗੱਲ ਤੇ ਅੱਜ ਫਿਰ ਮਤਲਬ ਇਹ ਸਰਕਾਰ ਜਿਹੜੀ ਹੈਗੀ ਉਸੇ ਪਾਲਿਸੀ ਨੂੰ ਅਡਾਪਟ ਕਰਦੀ ਹੈ ਠੀਕ ਇਹ ਹਮਦਰਦੀ ਰੱਖਣੀ ਚਾਹੀਦੀ ਇਹ ਕਿਉਂ ਨਹੀਂ ਇਹਦਾ ਜੇ ਲੋ ਮੈਂ ਕਾਸ ਇਫੈਕਟ ਤੇ ਜਾ ਰਹੇ ਆਂ ਕਾਰਨ ਤੇ ਜਾਂਦੇ ਆਂ ਡਰਗ ਦਾ ਧੰਦਾ ਨਹੀਂ ਬੰਦ ਹੁੰਦਾ ਤੇ ਗੈਂਗਸਟਰ ਕਿੱਥੋਂ ਬੰਦ ਹੋਣਗੇ ਡਰਗ ਦਾ ਧੰਦਾ ਸਰਕਾਰ ਨੇ ਬੰਦ ਨਹੀਂ ਕਰਨਾ ਇਹਨਾਂ ਨੇ ਕਿੰਨਾ ਕੁਝ ਬੋਲਿਆ ਸੀ ਡਰਗ ਦੇ ਬਾਰੇ ਅੱਜ ਕੀ ਹਾਲਾਤ ਡਰਗ ਦਾ ਧੀਆ ਭੈਣਾ ਸਾਡੀਆਂ ਸੜਕਾਂ 'ਤੇ ਤੁਰੇ ਫਿਰਦੀਆਂ ਇਹ ਤਾਂ ਪਹਿਲਾਂ ਨਹੀਂ ਸੀਗੀਆਂ ਇਹਦਾ ਮਤਲਬ ਵਧਿਆ ਨਾ ਤਾਂ ਇਹ ਚੀਜ਼ਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਤੁਸੀਂ ਉਹਨੂੰ ਕਾਰਨ ਨੂੰ ਘਾਰ ਨੂੰ ਮਾਰਨ ਲੱਗ ਜਿਓ ਤੇ ਇਹਨਾਂ ਵੇਖੋ ਵੀ ਇਹ ਪੈਦਾ ਕਿਉਂ ਹੋਇਆ ਇਦੇ ਪਿੱਛੇ ਕਾਜ਼ ਕੀ ਹੈਗਾ ਰੂਟ ਕਾਸਟ ਦੇ ਦਿੰਦਾ ਕੋਈ ਨਹੀਂਗਾ ਤੇ ਇਹ ਰੂਟ ਕਾਸਟ ਤੇ ਜਾਣਾ ਸਰਕਾਰਾਂ ਦਾ ਕੰਮ ਹੁੰਦਾ ਥੋੜਾ 90 ਦੇ ਦਹਾਕੇ ਦੀ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਤੁਸੀਂ ਆਪ ਪੁਲਿਸ ਮੁਲਾਜ਼ਮ ਰਹੇ ਹੋ ਤੁਹਾਡੇ ਤੇ ਕਦੇ ਸਮਾਨੀ ਆਇਆ ਕਿ ਇਸ ਤਰੀਕੇ ਦਾ ਯਾਈ ਵਿਟਨੈਸ ਰਹੇ ਹੋ ਤੁਸੀਂ ਮੈਂ ਮੈਂ ਇਸ ਗੱਲ ਨੂੰ ਚੰਗੀ ਕਿਸਮਤ ਹੀ ਕਹੂੰਗਾ ਕਿ ਅਸੀਂ 90 ਚ ਜੁਆਇਨ ਕੀਤਾ ਸੀਗਾ ਤਾਂ 93 ਦੇ ਵਿੱਚ ਪੀਕ ਤੇ ਸੀਗਾ ਐਕਸਟ੍ਰੀਮ ਸਿਸਟਮ ਹੂੰ ਤਾਂ 93 ਦੇ ਲਾਸਟ ਤੋਂ ਲੈ ਕੇ 94 ਤੱਕ ਕਾਫੀ ਮਤਲਬ ਡਾਊਨ ਆ ਗਿਆ ਸੀਗਾ ਤੇ 95 ਤੱਕ ਖਤਮ ਹੋ ਗਿਆ ਸੀਗਾ ਤੇ ਅਸੀਂ 96 ਤੋਂ ਐਸਐਚਓ ਲੱਗਣੇ ਸ਼ੁਰੂ ਹੋਏ ਆਂ ਇਹ ਜਿਹੜੇ ਇਨਵੋਲਵਮੈਂਟ ਉਹ ਤੋਂ ਘਟ ਨਹੀਂ ਹੁੰਦੀ ਐਸ ਐਚਓ ਸ਼ਿਪ ਉਹ ਤੋਂ ਥੱਲੇ ਤਾਂ ਇੱਕ ਡੀਮ ਹੁੰਦੀ ਹੈ ਨਾ ਇਸ ਕਮ ਵਾਲੀ ਕਿਉਂਕਿ ਅਸੀਂ ਨਵੇਂ ਸੀ ਪਹਿਲੇ 2 3 4 5 ਸਾਲ ਤਾਂ ਮਹਿਕਮੇ 'ਚ ਬੰਦਾ ਜਿਹੜਾ ਹੁੰਦਾ ਉਹ ਪਰਪੱਕ ਹੋਣ ਜੀ ਲੱਗ ਜਾਂਦੇ ਉਹ ਸਾਡਾ ਉਹ ਟਾਈਮ ਦੇ ਕਰਕੇ ਇਹ ਚੀਜ਼ਾਂ ਜੋ ਬਚਾ ਹੋ ਗਿਆ ਜੀ ਅਸੀਂ ਉਸ ਤੋਂ ਪਹਿਲਾਂ 10 ਸਾਲ ਜੁਆਇਨ ਕੀਤਾ ਹੋਇਆ ਹੁੰਦਾ ਤਾਂ ਅਸੀਂ ਵੀ ਇਸ ਸੰਦੇ ਪਾਰਟ ਹੁੰਦੇ ਕਿਉਂ ਨਹੀਂ ਹੋਣਾ ਸੀਗਾ ਪਰ ਉਹ ਇਸ ਕਾਰਨ ਕਰਕੇ ਬਾਈ ਚਾਂਸ ਫਰਮਤਬਾਰੀ ਕਿਰਪਾ ਨਾਲ ਨਾ ਤਾਂ ਸਾਨੂੰ ਕੋਈ ਇਹ ਜਾਂ ਕੋਈ ਇਹ ਚੋਇਸ ਨਹੀਂ ਹੁੰਦੀ ਸੇਖੋ ਸਾਬ ਕਿਉਂ ਨਹੀਂ ਹੁੰਦੀ ਚੋਇਸ ਚੋਇਸ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਕ ਜਿੰਨੀਆਂ ਵੀ ਪਿਛਲੇ ਟਾਈਮ ਚ ਜਾਂ ਹੁਣ ਟਾਈਮ ਦੇ ਵਿੱਚ ਜਿਹੜੀ ਚੀਜ਼ਾਂ ਇਹ ਕੰਮ ਕਰ ਰਹੀਆਂ ਆਫਟਰ ਆਲੋ ਕਿਸੇ ਚੀਜ਼ ਦੇ ਤਾਂ ਉਹਨਾਂ ਨੂੰ ਲਾਲਚ ਹੈਗਾ ਆਪਣੀ ਕੋਲ ਕੁਰਸੀ ਦਾ ਆਪਣੀ ਬਰਦੀ ਦਾ ਆਪਣੇ ਕਿਸੇ ਅਹੁਦੇ ਦਾ ਇਹ ਚੀਜ਼ਾਂ ਨਾ ਹੁੰਦਾ ਕੁਝ ਨਹੀਂ ਉਹਨੂੰ ਆਪਸ ਚ ਪਤਾ ਤਾਂ ਲੱਗਦਾ ਰਹਿੰਦਾ ਹੋਗਾ ਵੀ ਅੱਜ ਯਾਰ ਆਹ ਫਲਾਨੇ ਐਸਐਸਪੀ ਨੇ ਆਹ ਕੀਤਾ ਸੀ ਇੱਥੇ ਆਹ ਗਲਤ ਹੈ ਇੱਥੇ ਉਸ ਦੌਰ ਦੀਆਂ ਸਾਰੀਆਂ ਬਰੀਕੀਆਂ ਨੂੰ ਜਾਣਦੇ ਤਾਂ ਹੈਗੇ ਹੁੰਦੇ ਸੀ ਉਹ ਤਾਂ ਸਾਰੇ ਲੋਕ ਜਮੈ ਬਲੰਦ ਸਿੰਘ ਕੱਲਾ ਨਹੀਂ ਜਾਣਦਾ ਉਹਨੂੰ ਬਹੁਤ ਲੋਕ ਜਾਣਦੇ ਉਹ 19-19 ਬੰਦਿਆਂ ਦੇ ਇਕੱਠੇ ਐਂਕਾਊਂਟਰ ਹੁੰਦੇ ਸੀ 19 ਬੰਦਿਆਂ ਦੇ ਐਂਕਾਊਂਟਰ ਹੁੰਦੇ ਹੁੰਦੇ ਠੀਕ ਹੈ ਉਹ ਕੰਪੀਟੀਸ਼ਨ ਸੀ ਜ਼ਿਲ੍ਹਿਆਂ ਦੇ ਵਿੱਚ ਐਸਐਸਐਸਪੀ ਨੇ 19 ਵਾਰੇ ਦੂਜੇ ਨੇ 12 ਵਾਰ ਮਾਰਨੇ ਇਹਨੇ 12 ਵਾਰ ਮਾਰ ਤੇ 15 ਵਾਰੇ ਉਹ ਤਾਂ ਸ਼ਿਕਾਰ ਚੱਲਦਾ ਸੀਗਾ ਇਹ ਉਸ ਟਾਈਮ ਦੇ ਜਿਹੜੇ ਅਫੀਸਰ ਹੁਣ ਤਾਂ ਡੀਜੀਪੀ ਹੋ ਕੇ ਰਿਟਾਇਰ ਟੂਰ ਵੀ ਹੋ ਗਿਆ ਉਸ ਟਾਈਮ ਦਾ ਜਿਹੜਾ ਦੌਰ ਦੇ ਐਸਐਸਐਸਪੀ ਸੀਗੇ ਸਾਰੇ ਉਹ ਹੁਣ ਰਿਫਾਰਮਸ ਹੋਏ ਹੈ ਮਾਈਂਡਸੈਟ ਬਦਲਿਆ ਪੁਲਿਸ ਦਾ ਐਸਐਸਪੀ ਲੈਵਲ ਤੇ ਉਦੋਂ ਉੱਤੇ ਆਪ ਦੇਖੋ ਬਦਲਿਆ ਤਾਂ ਹੈਗਾ ਪਰ ਹੁਣ ਪਿਛਲੇ ਕੁਝ ਦਿਨ ਤੋਂ ਜਿਹੜਾ ਹੈਗਾ ਆ ਸਰਕਾਰ ਆਉਣ ਤੋਂ ਬਾਅਦ ਡਿਫਰੈਂਟਲੀ ਚੇਂਜ ਹੈ ਕਿਉਂਕਿ ਇਹਨਾਂ ਦੇ ਦੀ ਕੋਈ ਪਕੜ ਨਹੀਂ ਹੈਗੀ ਸਿੱਧੀ ਗੱਲ ਇਹ ਗਵਰਨਮੈਂਟ ਇਸ ਗਵਰਨਮੈਂਟ ਦੀ ਆਪਣੇ ਐਡਮਿਨਿਸਟ੍ਰੇਸ਼ਨ ਤੇ ਕੋਈ ਪਕੜ ਨਹੀਂ ਨਾ ਸਿਵਲ ਤੇ ਨਾ ਪੁਲਿਸ ਤੇ 100% ਕਲੀਅਰ ਕੋਈ ਪਕੜ ਨਹੀਂ ਉਹ ਵੀ ਪਕੜਨੀ ਪਕੜ ਹੋਵੇ ਮਤਲਬ ਐਮ ਐਲ ਏ ਵੀ ਐਸ ਐਸ ਪੀ ਸੁਣਦੇ ਨਹੀਂ ਤੁਸੀਂ ਕਹਿੰਦੇ ਮੈਂ ਕਹਿੰਦਾ ਡਰਗ ਦੇ ਆ ਜਾਂਦੇ ਆਪਾਂ ਬਾਕੀ ਛੱਡੋ ਜੇ ਪਕੜ ਹੁੰਦੀ ਤੇ ਡਰਗ ਦਾ ਧੰਦਾ ਬੰਦ ਕਰਾਉਣਾ ਜੀ ਇਹ ਚਾਹੁੰਦੇ ਹੋਣ ਤਾਂ ਇਹ ਕਿ ਉਹਨਾਂ ਮੰਨ ਹੁੰਦਾ ਜੀ ਕਿਵੇਂ ਬੰਦ ਹੋਊਗਾ ਤੁਸੀਂ ਸੋਲੂਸ਼ਨ ਦਿਓ ਅਕਸਰ ਇਹ ਚਰਚਾ ਹੁੰਦੀ ਵੀ ਇਹ ਇੰਟਰਨੈਸ਼ਨਲ ਕਾਟਲ ਹੈ ਗੁਜਰਾਤ ਚ ਵੀ ਡਰਗ ਹੈ ਪੰਜਾਬ ਚ ਵੀ ਡਰਗ ਹੈ ਕਿਵੇਂ ਬੰਦ ਹੋਊਗਾ ਸਬਸਟੀਟਿਊਟ ਦਿਓ ਤੁਸੀਂ ਜੇ ਜ਼ਹਿਰ ਵਾਲੀ ਗੋਲੀ ਜਿਹੜੀ ਉਹ ਜ਼ਹਿਰ ਹੈ ਬਿਲਕੁਲ ਉਹੀ ਕੰਟੈਂਟਸ ਲੈ ਕੇ ਜਿਹੜੀ ਆਪਾਂ ਜੀਭ ਥਲੇ ਰੱਖਦੇ ਆ ਉਹਦੇ ਨਾਲ ਜੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਸਰਕਾਰਾਂ ਹਸਪਤਾਲਾਂ ਦੇ ਵਿੱਚ ਪਰਮਿਟ ਲੈ ਕੇ ਉਹਨੂੰ ਲੈਣਾ ਲੱਗੀਆਂ ਲੈਣ ਵਾਲੀਆਂ ਦੀਆਂ ਜ਼ਹਿਰ ਵੀ ਘਸਤੇ ਤੇ ਫਿਰ ਜਿਹੜੀ ਆਰਗੈਨਿਕ ਜਿਹੜੀ ਹੈਗੀ ਆ ਉਹ ਕਿਉਂ ਨਹੀਂ ਦਿੰਦੇ ਤੁਸੀਂ ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਫੀਮ ਦੀ ਕੀਤੇ ਨੀ ਗੱਲਾਂ ਕਰਦਾ ਰਹੇ ਚਰਚਾ ਹੋਈ ਹੈ ਵਿਧਾਨ ਸਭਾ ਨਹੀਂ ਨਹੀਂ ਕੱਲ ਤਾਂ ਹੋਈ ਹੈ ਮੈਂ ਪਹਿਲਾਂ ਦੀ ਗੱਲ ਕਰਦਾ ਕੱਲ ਹੋਈ ਹੈ ਚੰਗੀ ਗੱਲ ਹੈ ਹੋਈ ਹੈ ਹੋਰ ਤੁਹਾਡੇ ਕੋਲ ਹੱਲ ਕੀ ਹੈ ਤੁਸੀਂ ਜੇ ਆਰਗੇਨਿਕ ਤੇ ਲਿਆ ਕੇ ਇਹਨਾਂ ਨੂੰ ਇੱਕ ਵਾਰੀ ਆਪਦੇ ਬੱਚਿਆਂ ਨੂੰ ਬਚਾ ਲੋਂਗੇ ਤੇ ਮਰਤਾ ਨਾ ਜਾਣਗੇ ਇਹ ਘਟੋ ਘਟ ਵੱਜਦੇ ਤਾਂ ਹੈ ਉਹਦੇ ਨਾਲ ਤਾਂ ਸਿੱਧਾ ਮਾਰੀ ਰਹੇ ਤੇ ਇਹ ਦੂਜੀ ਗੱਲ ਇਹ ਮੈਸੇਜ ਜਸ਼ਨ ਥੋੜਾ ਦੇ ਰਿਹਾ ਇਹ ਤਾਂ ਪੁੱਛ ਰਿਹਾ ਵੀ ਤੂੰ ਕਹਿਆ ਸੀ ਵੀ ਅਸੀਂ ਕਰਾਂਗੇ ਹਰਾ ਪੈਨ ਜਨਵਾਊਗਾ ਅੱਜ ਦੇਵੇ ਜਵਾਬ ਇਹ ਅੱਜ ਕਹੇ ਵੀ ਕਿਉਂ ਨਹੀਂ ਅੱਜ ਕਿਉਂ ਚਰਚਾ ਹੋਵੇ ਹੁਣ ਪਰਸੋਂ ਚੌਥੀ ਦੀ ਗੱਲ ਤੁਸੀਂ ਮੈਨੂੰ ਕੁਐਸ ਯੂ ਨੋ ਇਹ ਬਹਿਸ ਚੱਲ ਰਹੀ ਸੀ ਅੰਦਰ ਤਾਂ ਇਹ ਰਾਜੇ ਵਡਿੰਗ ਨੂੰ ਕਹਿ ਰਿਹਾ ਚੁੱਪ ਕਰ ਚੁੱਪ ਕਰ ਪਰਸੋਂ ਚੌਥੇ ਵੀ ਦਾ ਕਰੇਗਾ ਉਹਦਾ ਪਰਪਸ ਹੈ ਫਾਈਲਾ ਦੀ ਵੀ ਗੱਲ ਕਰ ਰਿਆ ਸੀ ਕੋਈ ਇਹ ਸੀਐਮ ਹੈ ਕਿ ਬਲੈਕਮੇਲਰ ਹੈ ਹਮ ਮਤਲਬ ਇਹ ਇੱਕ ਲਫ਼ਜ਼ ਇਹਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਹਿ ਰਿਹਾ ਮੈਂ ਇੱਕ ਸੀਐਮ ਐ ਤੇ ਮੈਂ ਕਿਸੇ ਨੂੰ ਡਰਾ ਰਿਹਾ ਵੀ ਤੂੰ ਫਿਰ ਵੀ ਤੇਰਾ ਮਤਲਬ ਤੂੰ ਬਲੈਕਮੇਲ ਕਰ ਰਿਹਾ ਹਾਂ ਮੇਉ ਬੋਲ ਲੈਣਾ ਹੋ ਮਤਲਬ ਫਾਈਲਾਂ ਹੈਗੀਆਂ ਫਾਈਲਾਂ ਹੈਗੀਆਂ ਤਾਂ ਕੋਈ ਪੁੱਛਣਾ ਵਾਲਾ ਗੱਲ ਤਾਂ ਕੋਈ ਕਰੇ ਉਹ ਪੋਜੀਸ਼ਨ ਕਿਉਂ ਕਿ ਹੈ ਤਾਂ ਸਾਹ ਹਾਜੀ ਵਡਿੰਗ ਨੂੰ ਤਾਂ ਹੁਣ ਰੋਜ਼ ਹੀ ਮੈਂ ਵੀ ਇੰਟਰਵਿਊ ਕੀਤਾ ਨਾ ਕਿ ਇੰਨਾ ਡਰ ਕਾਦਾ ਇਹ ਤਾਂ ਦੱਸ ਦਿਓ ਡਰ ਕਿਉਂ ਨਹੀਂ ਹੈ ਸਭ ਨੂੰ ਪਤਾ ਹੁਣ ਆਪ ਬਸਾਂ ਨਹੀਂ ਬਾਡੀ ਨਾਲ ਕਰਦਾ ਭਗਵਾਨ ਜੀ ਇਸੇ ਬੋਲੇ ਉਹਦੇ ਬਸਾ ਬਾਹਰ ਕਿਵੇਂ ਜਾਵੜੀਆਂ ਤੇ ਫਿਰ ਇਹ ਤਵਦੀਸ਼ ਕਿਨੇ ਕਰਨੀ ਐ ਇਹਨੂੰ ਗਾਂ ਕੋਰੇ ਵਾਸਤੇ ਕੋਈ ਹੋਰ ਬੰਦੇ ਆਉਣਗੇ ਬਾਹਰਲੇ ਪਾਸੇ ਬਰਾਬਰ ਦੇ ਗੁਨਾਹਗਾਰੋਂ ਵੀ ਤੁਸੀਂ ਜੇ ਦੱਬ ਕੇ ਬੈਠੇ ਸਿਰ ਮਰੌਣ ਵਾਸਤੇ ਬਿਲਕੁਲ ਬਿਲਕੁਲ ਇਸੇ ਬਰਾਬਰ ਦੇ ਗੁਨਾਹਗਾਰ ਨਹੀਂ ਵੱਡੇ ਗੁਨਾਹਗਾਰ ਨੇ ਇਹਨਾਂ ਕਿਡਾ ਵੱਡਾ ਮੰਡਟ ਇਹਨਾਂ ਨੂੰ ਮਿਲਿਆ ਇਹ ਬਰਾਬਰ ਦੇ ਗੁਨਾਹ ਨਹੀਂ ਇਹ ਤਾਂ ਬਹੁਤ ਵੱਡੇ ਗੁਨਾਹ ਹਨ ਇਹਨਾਂ ਤੋਂ ਉਮੀਦਾਂ ਬਹੁਤ ਵੱਡੀਆਂ ਸੀਗੀਆਂ ਇਹਨਾਂ ਤੋਂ ਲੋਕ ਜਿਹੜੇ ਆ ਬਹੁਤ ਜ਼ਿਆਦਾ ਦੁਖੀ ਨੇ ਨਫ਼ਰਤ ਦੇ ਆਏ ਦੁਖੀ ਹੋਣਾ ਲੱਗ ਜੀ ਹੁੰਦਾ ਲੋਕ ਨਫ਼ਰਤ ਦੇ ਆਏ ਹੋਏ ਕਿਉਂਕਿ ਇਤਬਾਰ ਵੱਡਾ ਕੀਤਾ ਹੋਇਆ ਸੀ ਤਾਂ ਲੱਗਦਾ ਬੜਾ ਰੋਂਗ ਐਗਜ਼ਾਮਪਲ ਸੈੱਟ ਹੋਇਆ ਜੋ ਵਿਧਾਨ ਸਭਾ ਚ ਹੋਇਆ ਜਿਸ ਤਰੀਕੇ ਨਾਲ ਬਾਜਵਾ ਸਾਹਿਬ ਨਾਲ ਵੀ ਜਿਵੇਂ ਸੀਐਮ ਨੇ ਜੋ ਕੀਤਾ ਮੈਨੂੰ ਲੱਗਦਾ ਇਸ ਤੋਂ ਪਹਿਲਾਂ ਮੈਂ ਤਾਂ 15 20 ਸਾਲ ਤੋਂ ਜਰਨਲਿਜ਼ਮ ਦੇ ਵਿੱਚ ਮੈਂ ਕਦੇ ਇਹਨਾਂ ਨੂੰ ਨਹੀਂ ਦੇਖਿਆ ਤੁਸੀਂ ਉਸ ਤੋਂ ਪਿਛਲਾ ਦੌਰ ਵੀ ਦੇਖਿਆ ਹੋਊਗਾ ਕਦੇ ਨਹੀਂ ਇਹ ਕਦੇ ਨਹੀਂ ਅਜ ਠੀਕ ਹੈ ਇਹਦਾ ਨਿਗਾਰਤਾ ਹੋਣਾ ਸ਼ੁਰੂ ਹੋਇਆ ਬਹੁਤ دیر ਤੋਂ ਪਰ ਇਹ ਲੈਵਲ ਜਿਹੜਾ ਹੈਗਾ ਇਹ ਨਹੀਂ ਸੀ ਆਇਆ ਅੱਗੇ ਵੀ ਚੀਜ਼ਾਂ ਚੱਲਦੀਆਂ ਐ ਇੱਕ ਦੂਜੇ ਨੂੰ ਕੁਰਸੀਓ ਕੁਰਸੀ ਹੁੰਦੇ ਐ ਇਹ ਕਈ ਕੁਝ ਹੁੰਦੇ ਐ ਪਰਸਨਲ ਅਟੈਕ ਆ ਸੁਖਵੀਰ ਬਾਹਣ ਪਰਸੋ ਵਿਕਰਮ ਮਜੀਠੀਆ ਨੇ ਵੀ ਬੋਲਿਆ ਵੀ ਇਹ ਸ਼ਰਾਬ ਪੀਤੀ ਹੁੰਦੀ ਐ ਸ਼ਾਮ ਨੂੰ ਪਤਾ ਹੀ ਨਹੀਂ ਹੁੰਦਾ 7 ਵਜੇ ਤੋਂ ਬਾਅਦ ਤੁਸੀਂ ਮੈਥੋਂ ਇੱਕੋ ਵੀਡੀਓ ਲੈ ਜਾ ਜੀ ਤੁਹਾਡੇ ਕੋਲੇ ਵੀ ਹੋਣੀ ਐ ਪਿੱਛੇ ਅਰਪਤ ਸ਼ਕਲਾ ਡੀਜੀਪੀ ਖੜਕੇ ਮਗਰ ਖੜੇ ਐ ਤੇ ਲੈਕਚਰ ਦੇ ਰਹੇ ਆ ਭਵਨਤਮਨ ਜੀ ਠੀਕ ਐ ਮੈਂ ਤੁਹਾਨੂੰ ਦੇ ਦੂੰਗਾ ਤੁਸੀਂ ਆਪ ਜਜ ਕਰ ਲਿਆ ਜੀ ਵੀ ਉਹ ਬੋਲ ਰਹੇ ਐ ਤੇ ਮਤਲਬ ਕੀ ਪੋਜੀਸ਼ਨ ਕੀ ਹੈਗੀ ਉਦੋਂ ਜੋ ਦਿਖਾਈ ਦਿੰਦੀਆਂ ਚੀਜ਼ਾਂ ਇਹੋ ਜਿਹੀਆਂ ਕਮਜ਼ੋਰੀਆਂ ਹੈਗੀਆਂ ਤਾਂ ਮਤਲਬ ਇਹ ਬਦਕਸਮਤੀ ਸਟੇਟ ਦੀ ਹੈ ਵੀ ਯਾਰ ਜਿਹੜੇ ਬੰਦੇ ਇਸੇ ਲੈਵਲ ਤੇ ਬੈਠੇ ਆ ਉਹ ਬਲੈਕਮੇਲ ਕਰ ਰਹੇ ਪਹਿਲੀ ਗੱਲ ਤਾਂ ਸ਼ਰਮ ਖੜ ਕੇ ਕੈਮਰੇ ਦੇ ਸਾਹਮਣੇ ਤੁਸੀਂ ਕਾਰਵਾਈ ਕਰੋ ਤੁਹਾਡਾ ਫਰਜ ਹੈ ਤੁਹਾਡੀ ਡਿਊਟੀ ਹੈ ਤੁਹਾਨੂੰ ਇਸ ਵਾਸਤੇ ਸੀ ਸੀਐਮ ਚੁਣਿਆ ਜਾਂ ਮਤਲਬ ਐਮਐਲਏ ਬਣਾਇਆ ਸੀਗਾ ਤੇ ਤੁਸੀਂ ਮਤਲਬ ਉਹ ਉਸ ਤੋਂ ਉੱਪਰ ਚਲੇ ਗਏ ਦੂਜੇ ਕੋਈ ਇਹ ਤਾਂ ਨਹੀਂ ਕਹਿੰਦੇ ਸੀ ਕੈਮਰੇ ਦੇ ਸਾਹਮਣੇ ਜੇ ਕਾਰਵਾਈ ਨਹੀਂ ਕਰਤੀ ਤਾਂ ਫਾਈਲ ਦਬਲੀ ਧਮਕੀਆਂ ਤਾਂ ਨਹੀਂ ਸਾਹਮਣੇ ਲੋਕਾਂ ਦੇ ਸਾਹਮਣੇ ਦਿੰਦੇ ਜੇ ਦਿੰਦੇ ਆ ਤਾਂ ਅੰਦਰ ਵੜ ਕੇ ਦਿੰਦੇ ਆ ਇਹ ਤਾਂ ਸ਼ਰਮ ਉ ਓਪੋਜੀਸ਼ਨ ਚ ਜਾਂ ਸੱਤਾ ਚ ਦੁੱਖ ਨਾ ਕਹਿਣਾ ਬੈਰੇ ਸਿਮਰਲ ਤੇ ਅੱਜ ਦੀ ਡੇਟ ਵਿੱਚ ਪੰਜਾਬ ਦੇ ਵਿੱਚ ਲੀਡਰਸ਼ਿਪ ਜਿਹੜੀ ਹੈਗੀ ਹੈ ਐਡਾ ਵੱਡਾ ਖਲਾ ਹੈ ਇਹ ਕਹਿਣ ਲੱਗਾ ਤੋਂ ਖੁਦਾ ਫਿਰ ਮੈਨੂੰ ਤੇ ਕਹਿ ਦਿੰਦੇ ਵੀ ਹਰੇਕ ਨੂੰ ਤੁਸੀਂ ਉਹ ਕਹਿੰਦੇ ਹੋ ਅੱਜ ਤੁਸੀਂ ਤੁਹਾਡੇ ਤੋਂ ਸਵਾਲ ਹੈ ਤੁਸੀਂ ਜਾਗਦੇ ਹੋ ਤੁਸੀਂ ਮੈਨੂੰ ਇੱਕ ਨਾਮ ਲਾਓ ਕਿਸੇ ਲੀਡਰ ਦਾ ਫਿਰ ਮੈਂ ਉਹਦਾ ਆਪਣੇ ਤੌਰ ਤੇ ਐਕਸਪਲੇਨ ਕਰ ਦੂੰਗਾ ਵੀ ਚਾਰ ਪੰਜ ਲੀਡਰਸ ਜਿਹੜੇ ਵੱਡੇ ਪੰਜਾਬ ਚ ਲੋਕਾਂ ਨੇ ਦੇਖਿਆ ਕਿ ਸੁਖਬੀਰ ਬਾਦਲ ਬਾਰੇ ਕੀ ਕੀ ਅਕਾਲੀ ਦਲ ਰਿਵਾਈਵ ਕਰ ਸਕਦਾ ਹੈ ਕਦੇ ਜਿੰਨਾ ਚਿਰ ਸੁਖਵੀਰ ਬਾਦਲ ਇਹਦੀ ਕਮਾਂਡ ਕਰਦਾ ਕਦੇ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਪੋਲੀਟੀਸ਼ਨ ਨਹੀਂ ਹੈਗਾ ਉਹ ਬਿਜ਼ਨਸਮੈਨ ਸੀਗਾ ਸੁਖਵੀਰ ਬਾਦਲ ਐਜ਼ ਅ ਮੈਨ ਜਿਹੜਾ ਹੈਗਾ ਬੜੇ ਪੋਲੀਟੀਸ਼ਨ ਨਾਲੋਂ ਚੰਗਾ ਮੈਂ ਇਹਦੇ ਬਾਰੇ ਇਹ ਕਹਿਣਾ ਚਾਹਾਂਗਾ ਐਜ਼ ਅ ਹਿਊਮਨ ਬੀਿੰਗ ਜਿਹੜਾ ਬੜਿਆਂ ਨਾਲੋਂ ਚੰਗਾ ਬੜਿਆਂ ਨਾਲੋਂ ਚੰਗਾ ਠੀਕ ਹੈ ਪਰ ਉਹ ਪੋਲੀਟੀਸ਼ਨ ਨਹੀਂ ਹੈਗਾ ਜੇ ਪੋਲੀਟੀਸ਼ਨ ਹੁੰਦਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਉਹਦੀ ਉਹਦੇ ਤੇ ਪਰਛਾਵਾਂ ਉਵੇਂ ਪਿਆ ਹੁੰਦਾ ਤਾਂ ਇਹ ਕਾਲੀ ਦਲ ਦਾ ਹਾਲ ਕਿਵੇਂ ਹੋ ਜਾਂਦਾ ਹੂੰ ਠੀਕ ਹੈ ਮੈਂ ਕੋਈ ਬਾਦਲ ਫੈਮਿਲੀ ਦਾ ਕੋਈ ਐਵੇਂ ਵੀ ਨਹੀਂ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਮੇਰੇ ਕੋਲ ਕਿਉਂਕਿ ਪੰਜਾਬ ਤਾਂ ਸਟੇਟ ਬਰਬਾਦ ਹੋਈ ਹੈ ਨਾ ਜਦ ਆਪਾਂ ਕਹਿੰਦੇ ਆ ਵੀ ਪੰਜ ਵਾਰੀ ਕੋਈ सीएम ਰਹਿ ਗਿਆ ਤੇ ਸਾਡੀ ਸਟੇਟ ਕਿੱਥੇ ਆਈ ਹੈ ਕੋਈ ਉਹਨਾਂ ਤੋਂ ਵੀ ਚੰਗਾ ਕੁਝ ਨਹੀਂ ਹੋਇਆ ਸੀ ਪਰ ਇੱਕ ਇਨਫਰਾਸਟ੍ਰਕਚਰ ਬਣ ਕੇ ਇੱਕ ਬਹੁਤ ਵੱਡਾ ਇੱਕ ਸਤਾਪਤ ਪਾਰਟੀ ਤਾਂ ਬਣੀ ਹੋਈ ਸੀ ਅੱਜ ਤਿੰਨ ਪਾਰਟੀਆਂ ਅੱਜ ਤਿੰਨ ਸੀਟਾਂ ਦੀ ਪੀਛੇ ਵੀ ਨਹੀਂ ਹੈਗੇ ਇਹ ਯਾਰ ਜਿਹੜੀਆਂ ਸਮਝਾਉਤੇ ਕਰਦੇ ਪਰ ਸਵਾ ਦਾ ਕੀ ਲੱਗਦਾ ਕਾਲੀ ਦਲ ਕਿੱਥੇ ਖੜਦਾ ਨਜ਼ਰ ਆਉਂਦਾ ਤੁਹਾਨੂੰ ਦੇਖੋ ਤੁਸੀਂ ਇਹਨਾਂ ਦੇ ਲੀਡਰਾਂ ਨੂੰ ਗੱਲ ਦੇ ਆ ਸਿਆਸਦਾਨ ਕਹਿੰਦੇ ਆਪਿਆ ਸਸਦਾਨ ਦਾ ਮਤਲਬ ਹੁੰਦਾ ਸੂਝਵਾਨ ਸੋਚ ਵਾਲਾ ਭਾਵੇਂ ਚਲਾਕ ਹੀ ਹੋਵੇ ਪਰ ਇੱਥੇ ਤਾਂ ਬਿਲਕੁਲ ਨਕਮੇ ਫੈਸਲੇ ਇਹਨਾਂ ਦੇ ਆ ਰਹੇ ਆ ਅੱਜ ਦੀ ਡੇਟ ਦੇ ਵਿੱਚ ਜਿਹੜੀ ਇਹ ਗੱਠਜੋੜ ਹੋ ਰਿਹਾ ਤੁਸੀਂ ਆ ਇੱਥੇ ਲਾਲੋ ਸੰਗਰੂਰ ਦਾ ਢੀਂਡ ਸੇ ਵਾਪਸ ਗਏ ਆ ਉਹੀ ਗੱਲਾਂ ਤੇ ਵਾਪਸ ਗਏ ਜਿਹੜੀ ਕਰਕੇ ਗਏ ਸੀ ਵੀ ਇਹ ਇਹਦੀ ਅਗਵਾਈ ਨਹੀਂ ਚਾਹੀਦੀ ਸਾਨੂੰ ਜਿੰਨੀਆਂ ਗੱਲਾਂ ਕੁਐਸਚਨ ਕੀਤੀਆਂ ਸੋਚ ਚੇਂਜ ਕੀ ਹੋਈ ਵੀ ਉਸੇ ਅਗਵਾਈ ਚ ਗਏ ਫਿਰ ਉਹ ਤਾਂ ਸੋਸ਼ਲ ਮੀਡੀਆ ਤੇ इवन ਮੈਂ ਕੱਲ ਖਬਰ ਵੇਖ ਰਿਹਾ ਸੀ ਟੀਨਦਾ ਸਾਹਿਬ ਦੀ ਖਬਰ ਲੱਗੀ ਵੀ ਚੰਦੂ ਮਾਦਰਾ ਜਿਹੜਾ ਪਛਾਗ ਦੇ ਕੇ ਆਇਆ ਉਹ ਬਾਬੇ ਰਾਮ ਰਹੀਮ ਵਾਲੀ ਉਹਦਾ ਸਪਸ਼ਟੀਕਰਨ ਦੇ ਵਿੱਚ ਕਿ ਅੱਜ ਬਲ ਫਿਰ ਤੇ ਲੋਕ ਤਾਂ ਉਹੀ ਨੇ ਨਾ ਖਾਸ ਤੌਰ ਤੇ ਸੰਗਰੂਰ ਵਾਲੇ ਤਾਂ ਇਹਨਾਂ ਨੂੰ ਤਾਂ ਕੁਝ ਡਰਨਾ ਚਾਹੀਦਾ ਹੈ ਥੋੜਾ ਜਿਹੀ ਜਿਹੜੀ ਇਹ ਚੀਜ਼ਾਂ ਚੱਲ ਰਹੀਆਂ ਆ ਇਹਦਾਗਾ ਲੋਕਾਂ ਲੋਕਾਂ 'ਚ ਨਫ਼ਰਤ ਪੈ ਰਹੀ ਮੈਂ ਅੱਗੇ ਕਹਿ ਰਿਹਾ ਅੱਗੇ ਤਾਂ ਸੀ ਗੁੱਸਾ ਗੁੱਸਾ ਕਰ ਲਿਆ ਉਹਨਾਂ ਨੇ ਹੁਣ ਨਫ਼ਰਤ ਹੈ ਉਹਨੂੰ ਅੱਜ ਦੀ ਡੇਟ ਅੱਜ ਦੀ ਡੇਟ ਵਿੱਚ ਕਿਸੇ ਪਾਰਟੀ ਕੋਲ ਕੋਈ ਐਸਾ ਲੀਡਰ ਨਹੀਂ ਹੈਗਾ ਕੋਈ ਐਸਾ ਇਹਨਾਂ ਦਾ ਪਾਲੇ ਮਿਲ ਨਹੀਂ ਹੈਗਾ ਤੁਸੀਂ ਇਹਨਾਂ ਦੇ ਗੱਟ ਜੋੜ ਦੀ ਕਾਂਗਰਸ ਦੇ ਇਹਨਾਂ ਦੀ ਆਪ ਦੀ ਲਾ ਲਓ 92 ਸੀਟਾਂ ਕਾਂਗਰਸ ਦੇ ਅਗੇਂਸਟ ਦਿੱਤੀਆਂ ਲੋਕਾਂ ਨੇ ਕਿਉਂਕਿ ਕਾਂਗਰਸ ਨੂੰ ਹਰਾਉਣਾ ਸੀ ਇਹ ਬਰਲਿੰਗ ਸਟੇਟਾਂ ਵਿੱਚ ਤਾਂ ਓਪਨ ਫੈਸਲਾ ਕਰ ਲਿਆ ਵਿਚਰਾਈ ਨਾ ਵਾ ਇਹਨਾਂ ਨੇ ਇੱਥੇ ਲੁਕਮਾ ਕਰ ਲਿਆ ਇਥੇ ਉਹਨਾਂ ਜਿੰਨੀਆਂ ਸੀਟਾਂ ਦੀ ਉਹਦੀ ਵੰਡ ਹੋਈ ਹੈ ਅੰਦਰ ਬਾਤੇ ਉੱਥੇ ਇੱਕ ਪਾਸੇ ਕੈਂਡੀਡੇਟ ਤਕੜਾ ਹੋਊਗਾ ਇੱਕ ਪਾਸੇ ਕਮਜ਼ੋਰ ਹੋਊਗਾ ਜਿੱਥੇ ਆਪ ਵਾਲਾ ਦਿਤਾਉਣਾ ਇਹਨਾਂ ਨੇ ਉੱਥੇ ਕਾਂਗਰਸ ਆਪਣਾ ਕਮਜ਼ੋਰ ਕੈਂਡੀਡੇਟ ਕੀ ਲੋਕਾਂ ਨੂੰ ਦਿਖਾਈ ਦੇਦਾ ਤੁਸੀਂ ਇਹ ਕਹਿ ਰਹੇ ਹੋ ਵੀ ਲੋਕਾਂ ਨੂੰ ਦਿਖਾਉਣ ਵਾਸਤੇ ਆੜਾ ੜਾ ਲੜ ਰਹੇ ਐ ਪਰ ਇਕੱਠੇ ਨਹੀਂ ਔਰ ਜਿੱਥੇ ਜਿੱਥੇ ਆਪ ਦਾ ਕੈਂਡੀਡੇਟ ਸਟਰੋਂਗ ਹੋਊਗਾ ਉੱਥੇ ਦੂਜਾ ਕੈਂਡੀਡੇਟ ਕਾਂਗਰਸ ਦਾ ਮਾੜਾ ਤੇ ਬਿਲਕੁਲ ਕਲੀਅਰ ਹੈ ਬਿਲਕੁਲ ਕਲੀਅਰ ਆ ਇੱਥੇ ਹੁਣ ਆਵਾਜ਼ ਇੱਥੋਂ ਦੀ ਅੱਜ ਦੀ ਆਵਾਜ਼ ਆ ਰਹੀ ਆ ਬਸ ਗਰੂਰ ਚ ਬੈਠੇ ਦਲਵੀਰ ਗੋਲਡੀ ਇ ਮਰੇ ਕੈਂਡੀਡੇਟ ਸਮਝ ਦਿਓ ਬਿਲਕੁਲ ਉਹ ਕੰਪੈਰੀਟਿਵਲੀ ਤਾਂ ਵੱਲੋ ਕੁਝ ਵੀ ਨਹੀਂ ਇਹਨਾਂ ਦੇ ਸਾਹਮਣੇ ਉਹ ਹੈ ਜਿਹੜੇ ਬਾਕੀ ਆਪਾਂ ਜਾ ਰਹੇ ਹਾਂ ਜੇ ਕਰਮਜੀਤ ਅਨਮੋਲ ਆਉਂਦੇ ਇਧਰੋਂ ਤੇ ਕਰਮਜੀਤ ਅਨਮੋਲ ਦੇ ਬਾਰੇ ਵੀ ਜਿੰਨਾ ਕੁ ਸੁਣਿਆ ਕਿ ਉਹ ਦੇਖੋ ਉਹ ਐਕਚੁਅਲੀ ਤਾਂ ਕਲਾਕਾਰ ਨੇ ਨਾ ਤੇ ਜੇ ਉਹਨੂੰ ਦਿਖਾਈ ਨਾ ਦਿੰਦਾ ਹੋਊਗਾ ਵੀ ਇੱਥੇ ਆ ਕੇ ਮੇਰੇ ਪੁਸ਼ਪ ਪੱਲੇ ਪਹਿਣਾ ਤਾਂ ਜਿੰਨਾ ਕੁ ਸੁਣਿਆ ਸੁਣੀ ਸੁਣਾਈ ਗੱਲ ਹੈ ਕਿ ਉਹ ਚੈਟ ਟਲਦਾ ਇਥੋਂ ਵੀ ਪਈ ਨਹੀਂ ਮੈਨੂੰ ਲੋਡ ਕਿਉਂਕਿ ਦੱਸਣ ਨੂੰ ਕੀ ਹੈਗਾ ਲੋਕ ਸਵਾਲ ਪੁੱਛਣਗੇ ਇੱਥੇ ਤਾਂ ਨਿੱਕੀਆਂ ਨਿੱਕੀਆਂ ਪ੍ਰੋਬਲਮਾਂ ਸਮਰਨਜੀਤ ਮਾਨ ਨੇ ਬਰਾਬਰ ਤੇ ਸੰਗਰੂਰ ਦੀ ਮੈਂ ਗੱਲ ਕਰਦਾ ਇੱਥੇ ਤਾਂ ਛੋਟੀਆਂ ਛੋਟੀਆਂ ਪ੍ਰੋਬਲਮਾਂ ਹਰ ਲਈ ਹੋਈਆਂ ਇੱਥੇ ਹੱਡਾ ਰੋੜੀ ਦੀ ਪ੍ਰੋਬਲਮ ਹੈ ਇੱਥੇ ਪਾਰਕਿੰਗ ਦੀ ਪ੍ਰੋਬਲਮ ਹੈ ਇੱਥੇ ਟ੍ਰੈਫਿਕ ਦੀ ਪ੍ਰੋਬਲਮ ਹੈ ਨਿੱਕੀਆਂ ਨਿੱਕੀਆਂ ਪ੍ਰੋਬਲਮਾਂ ਹੈ ਇੱਥੇ ਪੀਜੀਆਈ ਨਾਮ ਦੀ ਇੱਕ ਇਹਨਾਂ ਨੇ ਸਸਤਾ ਬਹੁਤ ਵੱਡਾ ਹਸਪੀਟਲ ਬਣਿਆ ਹੈ ਉੱਥੇ ਬਾਹਰਲੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਹ ਪ੍ਰੋਬਲਮ ਹੈਗੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹਦੇ ਨਾਲ ਅਸੀਂ ਨੌਕਰੀਆਂ ਰੋਕ ਲਈਏ ਬਾਹਰ ਲੈਣ ਨੂੰ ਅਸੀਂ ਪੰਜਾਬੀ ਲਾਜ਼ਮੀ ਕਰ ਸਕਦੇ ਸੀ ਉਹ ਕਰਤੀ ਹੁਣ ਬਾਹਰਲੇ ਪੰਜਾਬੀ ਦਾ ਪੇਪਰ ਦੇ ਕੇ ਵੀ ਆ ਜਾਂਦੇ ਕਿਵੇਂ ਰੋਕ ਲਈਏ ਅਸੀਂ ਮੈਨੂੰ ਉਹ ਇਹ ਤਾਂ ਇਹਨਾਂ ਕੋਲ ਉਹ ਐਕਸਕਿਊਜ਼ ਹੈਗੇ ਆ ਬਹੁਤ ਕੁਝ ਹੈਗਾ ਜਿਹੜਾ ਦਿੱਤਾ ਜਾ ਸਕਦਾ ਕੱਲੀਆਂ ਨੌਕਰੀਆਂ ਨਹੀਂ ਗੱਲ ਨਹੀਂ ਹੈਗੀ ਤੁਸੀਂ ਰੁਜ਼ਗਾਰ ਦੇ ਮਹੀਏ ਹੋਰ ਨਹੀਂ ਪ੍ਰੋਵਾਈਡ ਕਰ ਸਕਦੇ ਯੂਥ ਨੂੰ ਸਾਰੇ ਨੌਕਰੀ ਦੇ ਕੇ ਮੈਂ ਦੇਵਾਂਗੇ ਕਿੰਨੀਆਂ ਕੁ ਨੌਕਰੀ ਦੇ ਦੋਗੇ ਮੇਰਾ ਜਵਾਬ ਨੌਕਰੀਆਂ ਨਾ ਪੰਜਾਬ ਦੇ ਵਿੱਚੋਂ ਸਭ ਕੁਝ ਹੱਲ ਹੋ ਜਾਊਗਾ ਲੱਖਾਂ ਨੌਕਰੀਆਂ ਦੇ ਕੇ ਵੀ ਪੰਜਾਬ ਦਾ ਯੂਥ ਜਿਹੜਾ ਬਚਦਾ ਇਸ ਕਰਕੇ ਕੋਈ ਸਬਸਟੀਟਿਊਟ ਰੁਜ਼ਗਾਰ ਦੇਣਾ ਪਊਗਾ ਕੁਤੋਂ ਨਾ ਬੈਂਕਾ ਨਗਰ ਸਰ ਜੋ ਵੀ ਮੇਰੀ ਅਹਿ ਵਿਸ਼ਾ ਨਹੀਂ ਹੈਗਾ ਜਿਹੜੀ ਸਰਕਾਰ ਵੇਖੇ ਨਾ ਵੀ ਅਸੀਂ ਆਪਣੇ ਯੂਥ ਨੂੰ ਕਿਵੇਂ ਕੰਮ ਲਾਉਣਾ ਇਸ ਕਰਕੇ ਬਹੁਤ ਸਕੀਮਾਂ ਹੁੰਦੀਆਂ ਨੇ ਸਰਕਾਰ ਕੋਲੇ ਜਿਹੜੀਆਂ ਕੋਈ ਵਰਲਡ ਬੈਂਕ ਨਾਲ ਕਿਸੇ ਹੋਰ ਪਾਸੇੋਂ ਸੌਤਰਾਂ ਦੀ ਹੈਲਪ ਲੈ ਕੇ ਜਿਹੜੀ ਹੈਗੀ ਆ ਪੰਜਾਬ ਦੇ ਯੂਥ ਨੂੰ ਕਿਸੇ ਰਜਗਾਰ ਜਿਹੜੇ ਸਾਡੇ ਖੇਤੀਬਾੜੀ ਦਾ ਕੰਸਰਨ ਹੈ ਜਿਹੜੀ ਇਥੇ ਉਪਜ ਹੁੰਦੀ ਹੈ ਉਹਦੇ ਨਾਲ ਛੋਟੀ ਇੰਡਸਟਰੀ ਕਿਉਂ ਨਹੀਂ ਲਾਈ ਜਾ ਸਕਦੀ ਕਿਉਂ ਨਹੀਂ ਲੋਕਾਂ ਨੂੰ ਕਿਸਾਨਾਂ ਨੂੰ ਜਿਹੜਾ ਹੈਗਾ ਉਹਦੇ ਬਾਰੇ ਇਤਿਹਾਸ ਕੀਤਾ ਜਾ ਸਕਦਾ ਉਸ ਪਾਸੇ ਦਾ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਮੈਂ ਲੀਡਰਾਂ ਦੀ ਗੱਲ ਕਰ ਰਿਹਾ ਸੁਖਵੀਰ ਬਾਦਲ ਤੋਂ ਅੱਗੇ ਵੱਧਦੇ ਆ ਨਵਜੋਤ ਸਿੱਧੂ 'ਚ ਕਿਤੇ ਨਜ਼ਰ ਆਉਂਦਾ ਕਿ ਉਹ ਜਿਵੇਂ ਜਿਸ ਤਰੀਕੇ ਨਾਲ ਅੱਜ ਕੱਲ੍ਹ ਵੀ ਉਹ ਗੱਲ ਕਰ ਰਹੇ ਆ ਉਹ ਇੱਕ ਲੀਡਰ ਹੈਗੇ ਜਿਹੜੇ ਪੰਜਾਬ ਦੀ ਗੱਲ ਕਰਦੇ। ਦੇਖੋ ਨਵਜੋਤ ਸਿੱਧੂ ਬਾਰੇ ਜਦੋਂ ਮੈਂ ਗੱਲ ਕਰਦਾ ਤਾਂ ਲੋਕਾਂ ਨੂੰ ਕਈ ਵਾਰੀ ਪਰਸਨਲ ਹੋ ਜਾਂਦਾ ਵੀ ਮੇਰੇ ਖਾਤਰ ਉਹਨੇ ਕੋਈ ਮੇਰੀ ਮਦਦ ਨਹੀਂ ਕੀਤੀ ਤੇ ਬੰਦ ਦੱਸੇ ਖੋ ਤਾਂ ਕਹਿੰਦਾ। ਠੀਕ ਹੈ ਇਹ ਵੀ ਕਾਰਨ ਹੈਗਾ ਪਹਿਲੀ ਗੱਲ ਤਾਂ। ਕਿਉਂ ਨਹੀਂ ਹੋਊਗਾ? ਇਹ ਕੋਈ ਨਹੀਂ ਇੱਕ ਬੰਦੇ ਨੇ ਮੈਂ ਤੁਹਾਨੂੰ ਕਿਹਾ ਕੋਈ ਡਿਊਟੀ ਨਹੀਂ। ਆਸ਼ੂ ਨਾਲ ਜਿਹੜੀ ਲੜਾਈ ਕੀਤੀ ਉਹ ਨਵਜੋਤ ਸਿੱਧੂ ਕਰਕੇ ਕੀਤੀ। ਨਵਜੋਤ ਸਿੱਧੂ ਦੀ ਬਿਲਕੁਲ ਉਹਦੀ ਬੈਕਅਪ ਕਰਕੇ ਕੀਤੀ ਠੀਕ ਹੈ ਜੇ ਉਹਨੇ ਪਿੱਠ ਤੇ ਛੁਰਾ ਮਾਰਿਆ ਤੇ ਮੈਂ ਕਿਉਂ ਨਹੀਂ ਬੋਲੂਗਾ ਮੈਂ ਤਾਂ ਸਪਸ਼ਟ ਆਦਮੀ ਹੈ ਉਹ ਕਰਨਾ ਪਰ ਉਹਨੇ ਕਰਤੇ ਗਏ ਫਿਰ ਤੁਹਾ ਜਿਵੇਂ ਸਿਆਣਾ ਹੁੰਦਾ ਮੈਂ ਨੌਕਰੀ ਕਰਦਾ ਆਪਣੀ ਤੁਹਾਨੂੰ ਪੋਲੀਟੀਸ਼ੀਨ ਵਰਤ ਗਿਆ ਨਹੀਂ ਚਲੋ ਜੋ ਵੀ ਹੈ ਮੈਂ ਆਪਣੇ ਤੁਹਾਨੂੰ ਕੀ ਲੱਗਦਾ ਸੀ ਉਦੋਂ ਆਪਣੇ ਜੋ ਸਿੱਧੂ ਪਾਵਰ ਚ ਬੈਠੇ ਆ ਮਨਿਸਟਰ ਨੇ ਉਹਨਾਂ ਦੇ ਕਹੇ ਤੇ ਜੇ ਮੈਂ ਆਸ਼ੂ ਨਾਲ ਪੰਗਾ ਲੈ ਰਿਆਂ ਤਾਂ ਕੀ ਅਚੀਵ ਕਰਨਾ ਚਾਹੁੰਦੇ ਸੀ ਯਾਰ ਕੋਈ ਵੀ ਆਪਣਾ ਕੰਮ ਕਰ ਰਿਹਾ ਬੰਦਾ ਜਿਹੜਾ ਹੈਗਾ ਇੱਕ ਡਿਪਾਰਟਮੈਂਟ ਦੀ ਇੱਕ ਮੈਂ ਰੂਟੀਨ ਦੀ ਨੌਕਰੀ ਕਰਦਾ ਉਹਦੇ ਚ ਮੈਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਕਿਸੇ ਪ੍ਰੀਡਿਕਲ ਬੰਦੇ ਦੀ ਬੈਕ ਤੇ ਤਾਂ ਕੋਈ ਵੀ ਕਰੂਗਾ ਬੰਦਰ ਸਿੱਖੂ ਨਹੀਂ ਕਰੂਗਾ ਪਰ ਮੋਟਿਵ ਤਾਂ ਕਿਸੇ ਹੋਰ ਦਾ ਸਕਸੈਸਫੁਲ ਹੋ ਰਿਹਾ ਸੀ ਨਾ ਉਹਦੇ ਚ ਨਹੀਂ ਮੋਟਿਵ ਦਾ ਦੋ ਸਾਨਾਂ ਦੇ ਪੇੜ ਦੇ ਵਿੱਚ ਤੁਸੀਂ ਫਸੇ ਹੋ ਨਾ ਕਿ ਕਿਹ ਜਾ ਕੇ ਦੇਖੋ ਦੋ ਸਾਨਾਂ ਦੇ ਪੇੜ ਵਿੱਚ ਕਿਸੇ ਨੂੰ ਤਾਂ ਫਸਣਾ ਹੀ ਹੁੰਦਾ ਹੈ ਜੇ ਆਸਾਨ ਪੇੜ ਦੇ ਦਾ ਵਿੱਚ ਫਸਣ ਵਾਲੇ ਵੀ ਹੁੰਦੇ ਆ ਬੰਦਰ ਸਿੱਖੂ ਆ ਗਿਆ ਜਾਂ ਆਸ਼ੂ ਦਾ ਫਾਇਦਾ ਸੀਗਾ ਨਹੀਂ ਨਹੀਂ ਇਹਦੇ ਵਿੱਚ ਲੋਕਾਂ ਦਾ ਕੀ ਫਾਇਦਾ ਸੀ ਕਿਉਂ ਨਹੀਂ ਸੀਗਾ ਉਹ ਸਾਰੀ ਸਰ ਜਿਹੜੀ ਗੱਲ ਸੀ ਉਹ ਜਿਹੜਾ ਉਹ ਬਣਾਇਆ ਹੋਇਆ ਅੱਜ ਵੀ ਜਿਹੜਾ ਉਹ 128 ਫਲੈਟਾਂ ਦਾ ਜਿਹੜਾ ਮੈਂ ਕੁਐਰੀ ਕੀਤੀ ਸੀ ਉਹ ਜਿਹੜੇ ਬੰਦੇ ਵੀ ਕਿਤੇ ਲੈਣਗੇ ਠੱਗੇ ਜਾਣਗੇ ਉਹ ਕਿਸੇ ਸਟੇਜ ਤੇ ਆ ਕੇ ਤਾਂ ਇਲੀਗਲ ਹੈਗਾ ਕਿਉਂ ਨਹੀਂ ਲੋਕਾਂ ਦਾ ਫਾਇਦਾ ਹੀ ਲੋਕਾਂ ਦਾ ਸੀ ਸਾਰਾ ਇਸੇ ਕਰਕੇ ਹੀ ਨੰਦਪ੍ਰੀਤ ਸਿੰਘ ਸਿੱਧੂ ਨੇ ਕਿਹਾ ਸੀ ਚਲੋ ਆਪਾਂ ਉਸ ਪਾਸੇ ਨਾ ਜਾਈਏ ਬਹੁਤਾ ਬਿਲਕੁਲ ਠੀਕ ਹੈ ਉਹ ਗੱਲ ਹੋ ਚੁੱਕੀ ਠੀਕ ਹੈ ਮੈਂ ਸਮਝਦਾ ਸਿੱਧੂ ਤੇ ਉਹਨੇ ਵੀ ਇਹ ਵੀ ਕਾਰਨ ਸੀਗਾ ਕਿਉਂਕਿ ਇਹ ਪੂਰਾ ਨਹੀਂ ਆਇਆ ਫਿਰ ਅਗਲੀ ਗੱਲ ਮੈਨੂੰ ਉਹ 2-2.5 ਸਾਲ ਜਦੋਂ ਮੈਂ ਕਲੋਸਲੀ ਇਸ ਪਰਿਵਾਰ ਦੇ ਨੇੜੇ ਰਿਹਾ ਹਾਂ ਅੰਦਰ ਰਿਹਾ ਹਾਂ ਨੇਚਰਲੀ ਜਦੋਂ ਨੇੜੇ ਕਲੋਸ ਸੀਗੇ ਨਾਲ ਰਕਮ ਕੀਤਾ ਤਾਂ ਮੈਨੂੰ ਬਹੁਤ ਚੀਜ਼ਾਂ ਉਹ ਦਿਖਾਈ ਦਿੱਤੀਆਂ ਜਿਹੜੀਆਂ ਕਦੇ ਸੋਚਿਆ ਨਹੀਂ ਸੀ ਜਿਵੇਂ ਲੋਕਾਂ ਨੂੰ ਭੁਲੇਖਾ ਤੋ ਉਹਨੂੰ ਭੁਲੇਖਾ ਨਵਜੋਤ ਸਿੰਘ ਸਿੱਧੂ ਬਾਰੇ ਵੀ ਕ੍ਰਪਸ਼ਨ ਨਹੀਂ ਕਰਦਾ ਇਹ ਝੂਠ ਨਹੀਂ ਬੋਲਦਾ ਇਹ ਕੈਰੈਕਟਰ ਦਾ ਬੰਦਾ ਹੈ ਇਹਨਾਂ ਚ ਕੋਈ ਵੀ ਕੁਆਲਿਟੀ ਨਹੀਂ ਉਹ ਬੰਦੇ ਦੇ ਵਿੱਚ ਸਿਰੇ ਦੇ ਕ੍ਰਪਟ ਨੇ ਫਾਈਲ ਬਣੀ ਹੋਈ ਹੈ ਨਵਜੋਤ ਸਿੰਘ ਸਿੱਧੂ ਦੀ ਵਿਜੀਲੈਂਸ ਦੀ ਜਿਹੜੀ ਸੋਨੀ ਗਾਂਧੀ ਕੋਲੇ ਵੀ ਹੈਗੀ ਹੈ ਜਿਹੜੀ ਪ੍ਰਤਾਪ ਬਾਜਵੇ ਕੋਲੇ ਵੀ ਹੈਗੀ ਹੈ ਜਿਹੜੀ ਕੈਪਟਨ ਅ ਠੀਕ ਹੈ ਹੋਰ ਵੀ اپوزیشن ਦੇ ਲੀਡਰਾਂ ਕੋਲ ਹੈਗੀ ਹੈ ਮੈਨੂੰ ਤਾਂ ਇਹ ਵੀ ਪਤਾ ਹੈ ਕਿ ਉਹ ਮੰਨੇ ਕੋਲ ਵੀ ਕੁਛ ਨਾ ਕੁਛ 파ਰਟ ਹੋਦਾ ਹੈਗਾ ਅਮਰਸਨ ਕਲੇਮ ਕਰਦੇ ਹੈਗਾ ਉਹ ਕੱਲ ਮੇਰੇ ਇੰਟਰਵਿਊ ਚ ਵੀ ਉਹਨਾਂ ਨੇ ਕਲੇਮ ਕੀਤਾ ਕਿ ਮੇਰੇ ਕੋਲੇ ਫਾਈਲ ਹੈ ਜਿੱਦਾਂ ਲੋਡ ਪਈ ਮੈਂ ਸਾਹਮਣੇ ਲਿਆ ਕੇ ਹੁਣ ਮੈਨੂੰ ਨਹੀਂ ਪਤਾ ਉਹਨੂੰ ਕਿੱਦਾਂ ਲੋਡ ਪਾਉਗੀ ਉਹਨੂੰ ਲਿਆਉਣੀ ਚਾਹੀਦੀ ਸੀ ਇਹ ਪਰ ਹੈ ਮੇਰੇ ਕੋਲ ਹੁੰਦੀ ਮੈਂ ਤਾਂ ਹੁਣ ਐਕਸਪੋਜ਼ ਕਰਨਾ ਸੀ ਹੁਣ ਤੱਕ ਪਰ ਉਹ ਫਾਈਲ ਹੈ ਕਲੀਅਰ ਹੈ ਈਵਨ ਡਰਾਫਟਾਂ ਦੇ ਰੂਪ ਵਿੱਚ ਰਿਸ਼ਵਤ ਗਈ ਹੋਈ ਹੈ ਠੀਕ ਹੈ ਮੈਂ ਤਾਂ ਬੜੀ ਵੱਡੀ ਗੱਲ ਕੀਤੀ ਹੈ ਹੋਰ ਇਧਰ ਜੀਰਕਪੁਰ ਦੇ ਏਰੀਆ ਦੇ ਵਿੱਚੋਂ ਉਸ ਅਫਸਰਾਂ ਨੇ ਕਰਕੇ ਜਿਹੜੀ ਹੈ ਇਨਕੁਆਰੀ ਸਾਰਿਆਂ ਦੀ ਸਾਰੀ ਇੱਕ ਪੂਰੀ ਦੀ ਪੂਰੀ ਫਾਈਲ ਬਣਾਤੀ ਸੀ ਜਦੋਂ ਇਹ ਮਿਨਿਸਟਰ ਦੇ ਤੌਰ ਤੇ ਜੁਆਇਨ ਨਹੀਂ ਕਰ ਰਿਹਾ ਸੀਗਾ ਆਫਟਰ ਆਲ ਕੋਈ ਚੀਜ਼ ਹੋਊਗੀ ਕਿਤੇ ਕੋਈ ਮਾੜੀ ਮੋਟੀ ਨੁਕਸੂਰ ਉੱਥੇ ਚੱਲੂਗੀ ਉਹਨੂੰ ਫੋਰਜ ਕਰ ਲਾਂਗੇ ਸੇਖੋ ਸਾਹਿਬ ਤੁਸੀਂ ਇੰਨੇ ਸਾਲ ਨੌਕਰੀ ਕੀਤੀ ਹੈ ਪੁਲਿਸ ਦੀ ਤਾਂ ਗੱਲ ਇਹ ਦੋ ਰਾਏ ਨਹੀਂ ਵੀ ਕਰਪਟ ਹੈ ਸੇਖੋ ਸਾਹਿਬ ਨੇ ਕਦੇ ਰੁਪਿਆ ਨਹੀਂ ਲਿਆ ਕਿਉਂ ਮੈਂ ਤਾਂ ਕਰੇ ਵੀ ਨਹੀਂ ਕਿਹਾ ਆਪਣੇ ਬਾਰੇ ਵੀ ਮੈਂ ਕਦੇ ਮਤਲਬ ਮੈਂ ਤਾਂ ਇਮਾਨਦਾਰੀ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਮੈਂ ਸਿਸਟਮ ਦਾ ਪਾਰਟ ਰਿਹਾ ਹੋਊਗਾ ਤਾਂ ਮੈਂ ਕਿਵੇਂ ਨਹੀਂ ਮਤਲਬ ਇਸ ਸਿਸਟਮ ਤੋਂ ਐਡਮਿਟ ਕਰਦੇ ਹਾਂ ਗੱਲ ਕਿ ਮੈਂ ਬੜੀ ਵਾਰੀ ਕੀਤੀ ਹੋਈ ਹੈ ਨਵੀਂ ਗੱਲ ਥੋੜਾ ਹੈਗੀ ਜਦੋਂ ਮੈਂ ਸਿਸਟਮ ਦਾ ਪਾਰਟ ਹੈ ਮੈਂ ਇਹ ਕਹਿੰਦਾ ਕਿ ਮਤਲਬ ਮੇਰੇ ਤੇ ਉਂਗਲ ਨਹੀਂ ਕੋਈ ਹੈਗੀ ਪਰ ਮੈਂ ਸਿਸਟਮ ਦਾ ਅੰਗ ਨਹੀਂ ਕੀਤਾ ਕਿ ਸਾਨੂੰ ਬਲੈਕਮੇਲ ਨਹੀਂ ਕੀਤਾ ਜੇ ਮੈਂ ਕੀਤਾ ਹੁੰਦਾ ਅੱਜ ਦੀ ਡੇਟ ਵਿੱਚ ਇੰਨੇ ਜਦੋਂ ਮੈਂ ਤੀਜੀ ਗਵਰਨਮੈਂਟ ਦੇਗੇਸਟ ਕਰਕੇ ਲੜ ਰਹੇ ਆ ਕਿ ਹਰ ਕੋਈ ਬੰਦਾ ਖੜਾ ਹੋ ਕੇ ਕਹਿੰਦਾ ਨਾ ਵੀ ਸਾਡੇ ਨਾਲ ਧੱਕਾ ਕੀਤਾ ਬੰਦੇ ਨੇ ਮੈਂ ਆਪਣੀ ਨੌਕਰੀ ਕੀਤੀ ਹੈ ਕਿਸੇ ਕਾਊਂਟਰ ਦਾ ਹਿੱਸਾ ਨਹੀਂ ਰਹੇ ਕਦੇ ਬਿਲਕੁਲ ਨਾ ਹੋ ਰਿਹਾ ਨਾ ਕੋਈ ਮੇਰੇ ਤੇ ਕੋਈ ਇਹ ਜਿਹਾ ਅਲੀਗੇਸ਼ਨ ਰਹੇ ਹੈ ਅਲੀਗੇਸ਼ਨ ਜਿਹੜੇ ਮੇਰੇ ਤੇ ਕਦੇ ਲੱਗੇ ਹੈ ਉਹਨਾਂ ਦੇ ਵਿੱਚੋਂ ਮੈਂ ਬਿਲਕੁਲ ਇਲਜ਼ਾਮਾ ਦੇ ਵਿੱਚੋਂ ਨਿਕਲ ਕੇ ਬਾਹਰ ਹੋਇਆ ਪਿਆ ਪਰ ਮੈਂ ਇਸ ਸਿਸਟਮ ਦਾ ਪਾਰਟ ਰਹਿਆ ਹਾਂ ਜੀ ਸਸਪੈਂਡ ਹੋਇਆ ਹਾਂ ਕਦੇ ਮੈਂ ਕਈ ਵਾਰੀ ਸਸਪੈਂਡ ਆ ਇਸ ਤੋਂ ਪਹਿਲਾਂ ਬਹੁਤ ਇਸ ਤੋਂ ਵੀ ਡਿਸਮਿਸ ਵੀ ਹੋਇਆ ਇਸ ਡਿਸਮਿਸਲ ਤੋਂ ਪਹਿਲਾਂ ਵੀ ਡਿਸਮਿਸ ਹੋਇਆ ਮੈਂ ਡਿਸਮਿਸ ਹੋਇਆ ਡਿਸਮਿਸ ਵੀ ਹੋਇਆ ਬਤੌਰ ਨੌਕਰੀ ਬਤੌਰ ਨੌਕਰੀ ਮੈਂ ਸਬ ਇੰਸਪੈਕਟਰ ਦੇ ਤੌਰ ਤੇ ਹੋਇਆ ਸੀ 6 ਮੇਰੇ ਖਿਲਾਫ ਕ੍ਰਿਮੀਨਲ ਕੇ ਜੇਲ੍ਹ ਮੈਂ ਕਦੋਂ ਗਿਆ ਜਦੋਂ ਮੈਂ ਕਰਾ ਪਰਚੇ ਦਰਜ ਨਹੀਂ ਹੋਇਆ ਕਿਹੜੇ ਮੈਟਰ ਚ ਡਿਸਮਿਸ ਹੋ ਗਏ ਸੀਗੇ ਕਈ ਹੋਣ ਲੰਬੀਆਂ ਕਹਾਣੀਆਂ ਆਪਾਂ ਉਸ ਪਾਸੇ ਨਾ ਜਾਈਏ ਕਿਉਂਕਿ ਇਹ ਵਿਸ਼ਾ ਨਹੀਂ ਆਪਣਾ ਹੈ ਮੈਂ ਤੁਹਾਨੂੰ ਦੱਸ ਦਤਾ ਇਹ ਗੱਲ ਇੱਥੇ ਕਰਕੇ ਆਪਾਂ ਅੱਗੇ ਤੁਰੀਏ ਜਿਹੜੇ ਤੇ ਆਪਾਂ ਅੱਜ ਬੈਠੇ ਆ ਕੋਈ ਗੱਲ ਨੂੰ ਡਿਮਿਟ ਕਰਦਾ ਤੁਸੀਂ ਤਾਂ ਪੁੱਛਿਆ ਨਹੀਂ ਮੈਂ ਤਾਂ ਮੈਂ ਦੱਸਿਆ ਤੁਹਾਨੂੰ ਬਿਲਕੁਲ ਤੁਸੀਂ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚੋਂ ਨਿਕਲ ਕੇ ਅੱਜ ਵੀ ਬੈਠੇ ਆ ਤੇ ਅੱਜ ਵੀ ਜਿਹੜੀ ਹੈਗੀ ਹੈ ਸਾਫ਼ ਸੁਥਰੀ ਤਰੀਕੇ ਨਾਲ ਗੱਲ ਜੇ ਅੱਜ ਕਰ ਰਹੇ ਆ ਜੇ ਮੇਰੇ ਖਿਲਾਫ ਲੈ ਕੇ ਆਉਣਾ ਹੁੰਦਾ ਤਾਂ ਬਹੁਤ ਕੁਝ ਲੈ ਆਉਂਦੇ ਹ ਮਾੜੇ ਨਹੀਂ ਸੀਗੇ ਅਸੀਂ ਜੇ ਠੀਕ ਸੀ ਤਾਂ ਅੱਜ ਇਸ ਸਿਸਟਮ ਦੇ ਅੱਖਾਂ ਚੱਕਾ ਪਾ ਸਕੀ ਜੇ ਮੈਂ ਕੋਈ ਇਲੀਗਲ ਮੀਨਸ ਨਾਲ ਧਨ ਇਕੱਠਾ ਕੀਤਾ ਹੁੰਦਾ ਜਾਇਦਾਤਾਂ ਬਣਾਈਆਂ ਹੁੰਦੀਆਂ ਪ੍ਰੋਪਰਟੀਆਂ ਬਣਾਈਆਂ ਹੁੰਦੀਆਂ ਅੱਜ ਮੈਨੂੰ ਛੱਡਦੇ ਸੰਤੁਸ਼ਟੀ ਹੈ ਤੁਹਾਨੂੰ ਇਸ ਗੱਲ ਕਿਉਂ ਨਹੀਂ ਹੈਗੀ ਸੰਤੁਸ਼ਟੀ ਪਰਿਵਾਰ ਨੂੰ ਸੰਤੁਸ਼ਟੀ ਹੈ ਪਰਿਵਾਰ ਜਦੋਂ ਅੰਦਰ ਗਏ ਸੀ ਤੁਹਾਡੀ ਬੇਟੀ ਵੀ ਸਾਹਮਣੇ ਆਏ ਸੀ ਉਹਨਾਂ ਨੇ ਇੰਟਰਵਿਊਜ਼ ਵੀ ਦਿੱਤੇ ਇਮੋਸ਼ਨਲ ਸਮਾਂ ਵੀ ਸੀਗਾ ਸੀ ਬਿਲਕੁਲ ਸੀਗਾ ਕਿਉਂ ਦੇਖੋ ਜੇਰੋਂ ਕੋਈ ਤਕਲੀਫ ਹੈ ਰਹੀ ਹੈ ਹੋਰ ਇਹ ਤਾਂ ਸਾਰੀ ਫੈਮਿਲੀ ਨੂੰ ਉਹਦੇ ਵਿੱਚ ਟਪਣਾ ਪੈਣਾ ਹੈ ਨਾ ਤੇ ਜੇ ਰਸਤਾ ਮੈਂ ਚੁਣਿਆ ਮੈਂ ਇਹਦੇ ਮੈਂ ਉਦੋਂ ਵੀ ਜਦੋਂ ਮੇਰੇ ਤੇ ਪ੍ਰੋਬਲਮ ਆਈ ਸੀਗੀ ਮੈਂ ਇਹਨਾਂ ਦੀ ਗੱਲ ਨਿਬੜ ਸਕਦਾ ਸੀਗਾ ਮੈਂ ਉਹ ਕੈਪਟਨ ਦੀ ਸਰਕਾਰ ਵਾਲੀ ਆਪਣੀ ਗੱਲ ਨਿਬੜ ਲੈਂਦਾ ਆਸ਼ੂ ਨਾਲ ਨਿਬੜ ਲੈਂਦਾ ਨਿਬੜ ਜਾਣੀ ਸੀ ਜੇ ਮੈਂ ਨਹੀਂ ਨਿਬੜੀ ਤਾਂ ਮੇਰਾ ਰਸਤਾ ਨਾ ਹੋ ਤੁਹਾਡੀ ਬੇਟੀ ਨੇ ਕਿਹਾ ਨਹੀਂ ਕੀ ਲੋੜ ਸੀ ਜੁਡੀਸ਼ਰੀ ਬਾਰੇ ਬੋਲਣ ਦੀ ਹੋਰ ਚੀਜ਼ਾਂ ਕਰੀ ਜਾਂਦੇ ਆ ਕਰੀ ਜਾਈਏ ਨਹੀਂ ਨਹੀਂ ਪਤਾ ਨਹੀਂ ਹੋ ਤੁਸੀਂ ਜਿਹੜੇ ਜ਼ਿਕਰ ਕਰ ਰਹੇ ਹੋ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਉਹਨਾਂ ਨੇ ਬੋਲਿਆ ਉਹਨਾਂ ਨੂੰ ਨਹੀਂ ਚੰਗਾ ਲੱਗਿਆ ਹੂੰ ਕੀ ਬੋਲਿਆ ਗਲਤ ਬੋਲਿਆ ਨਹੀਂ ਇਸ ਤਰ੍ਹਾਂ ਉਹ ਨਹੀਂ ਕਰੇ ਉਹਨੇ ਕਿਹਾ ਹੁਣ ਇਹੋ ਜੀ ਗੱਲ ਮੇਰੇ ਧਿਆਨ 'ਚ ਨਹੀਂ ਹੈਗੀ ਸੇਖੋ ਸਾਹਿਬ ਚੋਣਾ ਲੜੋ ਮਕੜ ਸਾਹਿਬ ਮੈਂ ਕਦੇ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ ਮੈਂ ਇਵਨ ਬਾਈ ਦੇ ਵਿੱਚ ਆਜ਼ਾਦ ਆਸ਼ੂਰਾਂ ਦੇ ਕਲੱਬ ਇਲੈਕਸ਼ਨ ਪਹਿਲਾਂ ਵੀ ਲੜਕੇ ਆ ਤਾਂ ਇਹ ਨਹੀਂ ਕਿ ਚੋਣਾਂ ਤੋਂ ਇਨਕਾਰ ਹੈ ਜਾਂ ਚੋਣ ਲੜਨ ਵਾਸਤੇ ਤੁਰੇ ਫਿਰਦੇ ਆ ਜਦੋਂ ਹਾਲਾਤ ਇਹ ਜੇ ਬਣਨਗੇ ਅੱਜ ਵੀ ਮੈਂ ਇਸ ਏਰੀਆ 'ਚ ਫਿਰਦਾ ਮੈਂ ਬਹੁਤ ਦਿਨ ਤੋਂ ਕਿਹਾ ਜਾ ਰਿਹਾ ਵੀ ਇਹ ਇਲੈਕਸ਼ਨ ਲੜੂਗਾ ਮੈਂ ਕਹਿੰਦਾ ਜੇ ਹਾਲਾਤ ਇਹ ਜੇ ਬਣਦੇ ਦਿਖਾਈ ਦੇਣਗੇ ਤਾਂ ਇਲੈਕਸ਼ਨ ਕਿਉਂ ਨਾ ਲੜਗੀ ਹੋਰ ਪ੍ਰੋਸੀਜਰ ਕੀ ਹੈਗਾ ਪਰ ਸੰਗਰੂਰ ਤੋਂ ਅਜੇ ਨਹੀਂ ਕੁਝ ਮੈਂ ਇਸ ਬਾਰੇ ਤੁਸੀਂ ਮੇਰਾ ਜਵਾਬ ਬਣਾ ਸੀ ਉਹਨਾਂ ਲੋਜਨਾਂ ਹੈਗਾ ਕੈਂਡੀਟ 'ਚ ਵੀ ਇਲੈਕਸ਼ਨ ਲੜਨ ਦੀ ਗੱਲ ਕਰ ਰਹੇ ਆ ਅਜੇ ਇਲ ਕੁਝ ਚੀਜ਼ਾਂ ਨੂੰ ਵਾਚ ਰਹੇ ਆਂ ਦੇਖ ਰਹੇ ਆਂ ਜੇ ਹਾਲਾਤ ਲੱਗਦੇ ਹੋਏ ਫਿਰ ਜੂਲੜ ਲਾਂਗੇ ਜ਼ਰੂਰ ਤੋਂ ਵੀ ਲੜੀ ਜਾ ਸਕਦੀ ਹੈ ਇੱਥੇ ਕੰਮ ਕੀਤਾ ਲੁਧਿਆਣੇ ਦੇ ਵਿੱਚ ਆਸ਼ੂ ਹਰਨ ਨਾਲ ਤੁਹਾਡੇ ਸਾਹਮਣੇ ਮੇਰੀ ਜੜੀ ਹੋਈ ਹੈ ਉਹਦੇ ਚ ਪੂਰਾ ਪੂਰਾ ਇੱਕ ਸਾਮਰਾਜ ਖਤਮ ਹੋਇਆ ਆਸ਼ੂ ਦਾ ਮੈਂ ਸਾਡਾ ਪੂਰਾ ਪੂਰੀ ਪਾਰਟੀ ਅੱਜ ਖਤਮ ਹੋ ਰਗੀ ਉਹ ਹੀ ਹੈ ਉਹਦੀ ਰੀਜ਼ਨ ਅਸੀਂ ਬੈਠੇ ਹਾਂ ਨਾ ਤਾਂ ਉਹ ਕਿਉਂ ਨਹੀਂ ਲੜਿਆ ਜਾ ਸਕਦਾ ਉੱਥੋਂ ਵੀ ਲੜਿਆ ਜਾ ਸਕਦਾ ਪਰ ਗੱਲ ਇਹ ਹੈ ਕਿ ਜੇ ਲੱਗਦਾ ਹੋਇਆ ਕਿ ਅੱਜ ਇਸ ਚੀਜ਼ ਨੂੰ ਕਿਤੇ ਵੱਡਾ ਕਰਨ ਵਾਸਤੇ ਇਹਦੀ ਲੋੜ ਹੈ ਤਾਂ ਮੈਂ ਇਕੱਲਾ ਥੋੜਾ ਹੈਗਾ ਮੇਰੇ ਨਾਲ ਵੀ ਤਾਂ ਗਰੁੱਪ ਆਫ ਪੀਪਲਸ ਹੈਗੇ ਆ ਫਿਰ ਲੋਕਾਂ ਦੀ ਆਵਾਜ਼ ਹੈ ਜੇ ਕੋਈ ਇਹੋ ਜਿਹੇ ਹਾਲਾਤ ਬਣ ਗਏ ਇਨਕਾਰ ਨਹੀਂ ਹੈਗਾ ਪਰ ਅੱਜ ਹੀ ਡੇਟ ਵਿੱਚ ਇਹ ਲ ਰਿਹਾ ਪੋਲਿਟਿਕਲ ਜਿੱਥੇ ਮੇਨਸਟ੍ਰੀਮ ਪਾਰਟੀਆਂ ਅੱਜ ਤਕੜੀਆਂ ਹੋ ਕੇ ਲੜ ਰਹੀਆਂ ਕਿ ਦੁਬਾਰਾ 92 ਵਰਗਾ ਵੇਵ ਆਜੇ ਜਾਂ ਦੁਬਾਰਾ 99 ਵਰਗਾ ਜਦੋਂ 1999 ਦੇ ਵਿੱਚ ਅਸੀਂ ਦੇਖਿਆ ਸੀਗਾ ਉਹ ਸੀਟਾਂ ਇਸ ਤਰ੍ਹਾਂ ਦੀ ਪੋਸਿਬਿਲਟੀ ਕੋਈ ਹੈ ਔਰ ਪੋਸਿਬਿਲਟੀ ਹੈਗੀ ਜੇ ਆਪਸ਼ਨ ਹੋਈ ਤਾਂ ਜੇ ਆਪਸ਼ਨ ਹੋਏ ਪਿਛਲੀ ਵਾਰੀ ਆਪਸ਼ਨ ਸੀ ਬਣੇ ਸੀਟਾਂ ਕਿਉਂ ਆਣਾਂ ਲੋਕ ਜਿਹੜੇ ਹੈਗੇ ਸੀ ਬਿਲਕੁਲ ਅੱਕੇ ਹੋਏ ਸੀਗੇ ਦੋਨਾਂ ਪਾਰਟੀਆਂ ਤੋਂ ਬਿਲਕੁਲ ਦੁਖੀ ਹੋਏ ਹੋਏ ਸੀਗੇ ਤੇ ਆਪਸ਼ਨ ਆਈ ਆਮ ਆਦਮੀ ਪਾਰਟੀ ਹੁਣ ਇਹਨਾਂ ਨੇ ਤਾਂ ਸੀਟਾਂ ਵੀ ਪਹਿਲਾਂ ਤਾਂ ਵੇਚੀਆਂ ਆਪਣੀਆਂ ਪੈਸੇ ਵਟੇ ਠੀਕ ਹੈ ਉਸ ਤੋਂ ਬਾਅਦ ਕੋਈ ਸ਼ਰਾਬ ਨਹੀਂ ਮੰਡੀ ਕੋਈ ਪੈਸਾ ਨਹੀਂ ਦਿੱਤਾ ਤੇ ਸੀਟਾਂ ਨਹੀਂ ਹੈ 92 ਕਿ ਲੋਕਾਂ ਦਾ ਰੋਸ ਹੀ ਨਾ ਇੱਕ ਲੋਕਾਂ ਦੇ ਵਿੱਚ ਸੀ ਉਹ ਤਾਂ ਰੋ ਕਿਤੇ ਕਦਮ ਨਹੀਂ ਵਧ ਗਿਆ ਅੱਗੇ ਨੂੰ ਕਿਉਂਕਿ ਇਹਨਾਂ ਨੇ ਵੀ ਧੋਖਾ ਦਿੱਤਾ ਤਾਂ ਲੋਕਾਂ ਦਾ ਰੋਸ ਤਾਂ ਜਿਹੜਾ ਉਸ ਤੋਂ ਕਿਤੇ ਵੱਡਾ ਹੈਗਾ ਇਹ ਚੀਜ਼ਾਂ ਹੋ ਸਕਦੀਆਂ ਪਰ ਨਵੀਂ ਆਪਸ਼ਨ ਤੇ ਜੇ ਇਹ ਹੀ ਜਿਹੜਾ ਸਿਸਟਮ ਸਾਡੇ ਸਾਹਮਣੇ ਸੈਟਅਪ ਖੜਾ ਆ ਚਾਰਾ ਪਾਰਟੀਆਂ ਦਾ ਇਹਦੇ ਵਿੱਚ ਤਾਂ ਫਿਰ ਡਿਵਾਈਡ ਹੀ ਹੋਊਗਾ ਇਹਦੇ ਚ ਲੋਕ ਕੀ ਕਰਨਗੇ ਕਿਉਂਕਿ ਐਜੂਕੇਸ਼ਨ ਦੀ ਘਾਟ ਹੈ ਨੋਟਾ ਦਾ ਜਿਹੜਾ ਹੈਗਾ ਫੈਸਿਲਿਟੀ ਹੈ ਉਹਦੇ ਬਾਰੇ ਲੋਕਾਂ ਨੂੰ ਜਾਗਰੂਕਤਾ ਨਹੀਂ ਹੈਗੀ ਪਰ ਤੁਸੀਂ ਗਰਾਉਂਡ ਤੇ ਰਹਿੰਦੇ ਹੋ opinion ਕੀ ਹੈ ਲੋਕਾਂ ਦੇ ਅੰਦਰ ਚੱਲ ਕੀ ਰਿਹਾ ਸੀ ਦੇਖਿਆ ਵੱਡੇ ਇਕੱਠ ਹੁੰਦੇ ਆ ਪਾਨਾ ਸਿੱਧੂ ਦਾ ਹੋਇਆ ਮੈਟਰ ਉੱਥੇ ਵੱਡਾ ਇਕੱਠ ਹੋ ਗਿਆ ਹੁਣ ਅੰਦੋਲਨ ਕਰਕੇ ਲੋਕ ਉੱਥੇ ਪਹੁੰਚੇ ਆ ਸ਼ੰਭੂ ਦੇ ਵਿੱਚ ਤੇ ਖਨੌਰੀ ਮੌਤ ਵੀ ਹੋ ਜਾਂਦੀ ਏ ਇੱਕ ਚੱਲ ਕੀ ਰਿਹਾ ਹੈ ਯੂਥ ਦਾ opinion ਕੀ ਚੱਲ ਰਿਹਾ ਹੈ ਯੂਥ ਸੈਂਸੀਅਰ ਹੈ ਸੋਚਦਾ ਹੈ ਪੰਜਾਬ ਬਾਰੇ ਅੰਦੋਲਨ ਦੀ ਤੁਸੀਂ ਗੱਲ ਨਹੀਂ ਕੋ ਯੂਥ ਨੂੰ ਅਸੀਂ ਉਹ ਚੀਜ਼ ਪ੍ਰੋਵਾਈਡ ਨਹੀਂ ਕਰਾਈ ਕਿ ਅੱਜ ਆਪਾਂ ਯੂਥ ਦੀ ਗੱਲ ਕਰਕੇ ਇਹ ਸੋਚ ਲਈਏ ਕਿ ਯੂਥ ਏਡਾ ਸੋਚ ਰਿਹਾ ਹੈ ਜਿਹੜਾ ਤਾਂ ਯੂਥ ਅੱਜ ਟੈਲੈਂਟਡ ਹੈ ਉਹ ਤਾਂ ਜਿਆਦਾ ਅਸੀਂ ਬਾਹਰ ਭੇਜ ਬੈਠੇ ਆ ਜਾਂ ਉਹ ਆਪਣੇ ਕਿਸੇ ਸਿਸਟਮ ਦੇ ਵਿੱਚ এডੂਕੇਸ਼ਨ ਤੋਂ ਬਾਅਦ ਆਪਣੇ ਕਿਸੇ ਉੱਥੇ ਬੈਠਾ ਹੈ ਦੂਸਰਾ ਯੂਥ ਹੈਗਾ ਸਾਡਾ तकरीबन ਭਟਕਿਆ ਹੋਇਆ ਜੇ ਪਿੰਡੂ ਗਹਿੜ ਲਈਏ ਤਾਂ ਨਸ਼ਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਸ਼ਹਿਰਾਂ ਦੇ ਵਿੱਚ ਵੀ ਬਹੁਤ ਹੋਇਆ ਹੋਵੇ ਇਹ ਨਾ ਕਈ ਇਕੱਲੇ ਪਿੰਡਾਂ ਦੇ ਵਿੱਚ ਹੈ ਸ਼ਹਿਰਾਂ ਦੇ ਵਿੱਚ ਨਸ਼ਿਆਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਅੱਜ ਅਸੀਂ ਇਸ ਯੂਥ ਤੋਂ ਕੋਈ ਐਕਸਪੈਕਟ ਕਰੀਏ ਵੀ ਇਹਗਾ ਹਾਂ ਜਿਹੜਾ ਬੰਦਾ ਪੁਰਾਣਾ ਸਿਆਣਾ ਬੈਠਾ ਮੈਂ ਬਹੁਤ ਵਾਰੀ ਗੱਲ ਕਰਦਾ ਹਾਂ ਕਿ ਜਿਹੜੇ ਲੋਕ ਅੱਜ ਸੀਨੀਅਰ ਨੇ 60 ਸਾਲ ਜਾਂ ਉਸ ਤੋਂ ਉੱਪਰ ਦੇ ਉਮਰ ਦੇ ਲੋਕ ਨੇ ਉਹ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਗਵਾਉਣ ਵਾਸਤੇ ਕੁਝ ਨਹੀਂ ਹੈਗਾ ਅੱਜ ਵੀ ਅਸੀਂ ਸਹੀ ਡਾਇਰੈਕਸ਼ਨਸ ਦੇ ਕੇ ਸਹੀ ਰਾਹ ਵਖਾ ਕੇ ਇਸ ਯੂਥ ਨੂੰ ਵੀ ਠੀਕ ਕਰ ਸਕਦੇ ਆ ਜਿਹੜੇ ਹਾਲਾਤ ਐਸ ਟਾਈਮ ਜੜੀਆਂ ਅਗਲੀਆਂ ਡੀਪ ਰੂਟਡ ਸੜਸ਼ਾ ਹੈਗੀਆਂ ਉਹ ਜ਼ਮੀਨਾਂ ਨੂੰ ਖੋਣ ਦੀਆਂ ਹੈਗੀਆਂ ਜਿਹਨਾਂ ਲੈਂਡਲੈਸ ਕਰ ਦਿੰਦੀਆਂ ਹੈਗੀਆਂ ਇਹ ਕਿਸਾਨ ਅੰਦੋਲਨ ਕੋਈ ਛੋਟੀ ਕੜਨਾ ਨਾ ਸਮਝੋ ਇਹ ਦੁਨੀਆ ਦਾ ਇੱਕ ਅੰਦੋਲਨ ਹੈ ਇਦੇ ਵਿੱਚ ਮਤਲਬ ਯੂਰਪ ਇਨਵੋਲਵ ਹੈਗਾ ਫਰਾਂਸ ਵਰ ਮਨਵਲੋ ਇਹ ਹੈਗੇ ਆ ਅਮਰੀਕਾ ਕੈਨੇਡਾ ਦੇ ਜਿਹੜੇ ਵੱਡੇ ਜਿਹੜੇ ਜ਼ਿਮੀਦਾਰ ਸੀ ਲੈਂਡਲੈਸ ਕਰਕੇ ਉਹਨਾਂ ਨੇ ਕਾਰਪੋਰੇਟ ਨੇ ਕਬਜ਼ਾ ਕੀਤਾ ਹੋਇਆ ਆ ਖੇਤਾ ਬਚਦਾ ਇਹਦੇ ਤੇ ਸਾਸ਼ਾ ਚੱਲ ਰਹੀਆਂ ਤਾਂ ਕਿਸਾਨਾਂ ਦਾ ਅंदोलਨ ਇੱਕ ਇਸ ਟਾਈਮ ਦੀ ਕਰਵਟ ਬਦਲੀ ਜਾ ਰਹੀ ਹੈ ਜੇ ਇਹ ਚੀਜ਼ ਨਾ ਹੋਣੀ ਹੋਈ ਤਾਂ ਹੋਰ 5 ਸਾਲ ਤੁਸੀਂ ਵਰਡ ਆਰਡਰ 30 ਬਾਰੇ ਸੁਣੇ ਹੋ ਤਾਂ 30 ਕੀ ਜੋ ਵੀ ਹੋਗੀ ਸਾਲ ਤਾਂ 5 ਇਹ ਵਿੱਚ ਤੇ ਇਹ 5 ਸਾਲਾਂ ਦੇ ਵਿੱਚ ਸਾਰੇ ਪਲਾਨ ਇਹਨਾਂ ਨੇ ਐਗਜ਼ੀਕਿਊਟ ਕਰਨ ਵਾਸਤੇ ਸਾਰਾ ਕੁਝ ਕਰ ਦਿੱਤਾ ਹੈ 인ਫਰਾਸਟਰਕਚਰ ਦਿਖਾਈ ਦੇ ਰਿਹਾ ਹੈ ਸੜਕਾਂ ਬਣ ਰਹੀਆਂ ਨੇ ਗਲ ਇੰਟਰਨੈਸ਼ਨਲ ਤੋਂ ਦਿਖਾਈ ਦੇ ਰਿਹਾ। ਤੋਂ ਇਹ ਸਾਰੀਆਂ ਸਾਜਿਸ਼ਾਂ ਦੇ ਵਿੱਚ ਜਿਹੜਾ ਹੈਗਾ ਇਸ ਟਾਈਮ ਸਾਡੇ ਯੂਥ ਦਾ ਵੀ ਉਹ ਜਾਗਿਆ ਹੋਇਆ ਨਾ ਹੋਣਾ ਇੱਕ ਮਿਸਫਾਇਰ ਤਾਂ ਨਹੀਂ ਹੋ ਗਿਆ ਇਲੈਕਸ਼ਨ ਤੋਂ ਆ ਅੰਦੋਲਨ ਜਿਹੜਾ ਨਹੀਂ ਨਹੀਂ ਮਿਸਫਾਇਰ ਤਾਂ ਨਹੀਂ ਹੋਇਆ ਮਿਸਫਾਇਰ ਹੋਣਾ ਵੀ ਨਹੀਂ ਚਾਹੀਦਾ ਪਰ ਮਾਤਮਾ ਨਾ ਵੀ ਕਰੇ ਕਿਉਂਕਿ ਆਫਟਰ ਆਲ ਬੇਸ਼ੱਕ ਕਿਸਾਨ ਜੱਥੇਬੰਦੀਆਂ ਚ ਮਤ ਪੇਦਾ ਹੈ। ਮੰਨ ਲਈ ਗੱਲ ਇਸ ਚਾਹੀ ਪਰ ਗੱਲ ਤਾਂ ਹੈ ਵੀ ਕਾਜ਼ ਤਾਂ ਨਹੀਂ ਨਾ ਗਲਤ ਹੈਗਾ। ਜੇ ਕਾਜ਼ ਦੁਨੀ ਇੱਕ ਇੱਕ ਤੁਹਾਨੂੰ ਇੱਕ ਸਿਹਰਾ ਵੱਜ ਰਿਹਾ ਵੀ ਆਮ ਤੌਰ ਤੇ ਕਿਹਾ ਜਾਂਦਾ ਵੀ ਪੰਜਾਬ ਤੋਂ ਗੱਲ ਉੱਠੀ ਪਿਛਲੀ ਵਾਰੀ ਵੀ ਪੰਜਾਬ ਤੋਂ ਗੱਲ ਤਾਂ ਕਾਮਨ ਹੈ ਨਾ ਗੱਲ ਤਾਂ ਆਪਣੇ ਸਾਰੇ ਮੁਲਕ ਦੀ ਹੈ ਗੱਲ ਤਾਂ ਸਾਰੀ ਦੁਨੀਆ ਦੀ ਹੈਗੀ ਉਸ ਲੈਵਲ ਤੇ ਜਾਊਗੀ ਗੱਲ ਗੱਲ ਤਾਂ ਗਈ ਹੋਈ ਹੈ ਉਹਨੂੰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਵੋਟਰਲੀ ਪੋਲਰਾਈਜੇਸ਼ਨ ਜਿਹੜੀ ਹੈਗੀ ਇਹਨਾਂ ਚੀਜ਼ਾਂ ਨਾ ਹੋ ਜਾਂਦੀ ਹੁੰਦੀ ਹੈ ਤਾਂ ਇਹਨੂੰ ਇੱਕ ਮਤਲਬ ਜ਼ਿਆਦਾ ਹਾਈਪ ਦੇ ਕੇ ਹਰਿਆਣੇ ਦੇ ਜੋ ਡਰਾਮਾ ਕੀਤਾ ਜਾ ਰਿਹਾ ਇਹਦਾ ਦੇਖੋ ਅਜੇ ਤੱਕ ਤਾਂ ਸੁੱਖ ਸ਼ਾਂਤੀ ਹੈ ਅਜੇ ਤਾਂ ਇੱਕ ਮੌਤ ਹੋਈ ਹੈ ਤੇ ਕੋਈ ਬਹੁਤਾ ਉੱਥੇ ਗੱਲ ਨਹੀਂ ਗਈਗੀ ਤੇ ਇਹਦਾ ਫੈਕਟਰ ਜੇ ਕ ਕੋਈ ਇਹ ਹਿੰਸਕ ਹਾਲਾਤ ਨਾ ਹੋ ਜਾਣ ਜਿਹੜੇ ਕਿ ਪ੍ਰਮਾਤਮਾ ਕਰੇ ਨਾ ਹੋਣ ਤੇ ਫਿਰ ਕਿਉਂ ਨਹੀਂ ਬੋਲ ਰਹੇ ਇਸ ਨੂੰ ਹੋਊਗੀ ਸਾਨੂੰ ਪਹਿਲਾਂ ਤਾਂ ਇਹਨੂੰ ਪਰਮ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਇਹਨੂੰ ਸਿੱਖਾਂ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਦੋਨੋਂ ਗੱਲਾਂ ਝੂਠ ਹੈ ਇਹ ਤਾਂ ਸਾਰੀ ਦੁਨੀਆ ਦਾ ਹੈ ਤਾਂ ਹਰ ਇੱਕ ਮਤਲਬ ਵਪਾਰੀ ਦਾ ਛੋਟੇ ਵਪਾਰੀ ਦਾ ਵੱਡੇ ਦਾ ਮਜ਼ਦੂਰ ਦਾ ਕਿਸਾਨ ਹਰੇਕ ਦਾ ਹੈਗਾ ਹਾਂ ਕਿਸਾਨ ਅੱਗੇ ਤੁਰਿਆ ਹੋਇਆ ਹੈ ਦਖਾਈ ਦਿੰਦਾ ਅਦਰਵਾਈਜ਼ ਸਭ ਦਾ ਹੈਗਾ ਬਿਲਕੁਲ ਜਿਹੜਾ ਆਉਣ ਵਾਲਾ ਸਮੇਂ ਦੇ ਵਿੱਚ ਹਰ ਇੱਕ ਨੂੰ ਜਾਗਣਾ ਪਊਗਾ ਜਦੋਂ ਆਪਾਂ ਇਹਨਾਂ ਦਰਮਾਂ ਤੋਂ ਇਹਨਾਂ ਵੱਡੀਆਂ ਤੋਂ ਕਿਸਾਨ ਦੀ ਮਜ਼ਦੂਰ ਦੀ ਤੇ ਜਿਹੜੀ ਵਪਾਰੀ ਦੀ ਇਹਨਾਂ ਤੋਂ ਵੀ ਉੱਠ ਕੇ ਉੱਪਰ ਵੇਖਾਂਗੇ ਤਾਂ ਫਿਰ ਤੁਹਾਨੂੰ ਦਿਖਾਈ ਦੇਊਗਾ ਕਿ ਆਉਣ ਵਾਲਾ ਸਮਾਂ ਜਿਹੜਾ ਅਨਾਜ ਤੇ ਜਿਹੜਾ ਕੰਟਰੋਲ ਹੋ ਗਿਆ ਫਿਰ ਤਾਂ ਟੋਟਲ ਗਲਮੀ ਹੈ ਮਤਲਬ ਬਾਕੀ ਬਚਿਆ ਕੁਝ ਨਹੀਂ ਹੈ ਤੇ ਅਸੀਂ ਤਕਰੀਬਨ ਉਸ ਜਗ੍ਹਾ ਦੇ ਨੇੜੇ ਪਹੁੰਚੇ ਹੋਏ ਹਾਂ ਆ ਆਖਰੀ ਮੇਰਾ ਸਵਾਲ ਹੈ ਤੁਹਾਨੂੰ ਭਾਜੀਪੀ ਬਾਰੇ ਕੀ ਓਪੀਨੀਅਨ ਹੈ ਅਕਸਰ ਇਹ ਚਰਚਾ ਹੁਣ ਹਰ ਰੋਜ਼ ਜਿੱਥੇ ਜਾਈਦਾ ਉੱਥੇ ਹੋ ਰਹੀ ਹੈ ਕਿ ਭਾਜਪਾ ਪੰਜਾਬ ਚ ਗੇਨ ਕਰ ਸਕਦੀ ਹੈ ਜੇ ਅਕਾਲੀ ਦਲ ਨਾਲ ਆਉਂਦਾ ਫੇਰ ਜੇ ਅਡ ਰਹਿੰਦੀ ਹੈ ਭਾਜਪਾ ਤੁਹਾਡਾ opinion ਕੀ ਹੈ ਤੁਸੀਂ ਗਰਾਉਂਡ ਤੇ ਅਬਜ਼ਰਵ ਕਰ ਰਹੇ ਹੋਗੇ ਜੀ ਦੇਖੋ ਪਹਿਲੀ ਗੱਲ ਤਾਂ ਮਕਰ ਸਾਹਿਬ ਮੈਂ ਪੋਲੀਟਿਸ਼ੀਅਨ ਤਾਂ ਨਹੀਂਗਾ ਪਰ ਮੈਂ ਇਸ ਸਿਸਟਮ ਦੇ ਵਿੱਚ ਵੜਿਆ ਹੋਇਆ ਤਾਂ ਕੋਈ ਚੀਜ਼ਾਂ ਤੁਹਾਨੂੰ ਡੇਲੀ ਬੇਸਿਸ ਤੇ ਅਵੇਅਰਨੈਸ ਆਉਂਦੀ ਹੈ ਆਪਾਂ ਸੁਣਦੇ ਆ ਕਰਦੇ ਆ ਦੇਖਦੇ ਆ ਤੇ ਜੇ ਆਪਾਂ ਇਹ ਗੱਲ ਕਰੀ ਅੱਜ ਦੀ ਡੇਟ ਵਿੱਚ ਇਹਨਾਂ ਦੇ ਲੀਡਰਾਂ ਨੂੰ ਪਤਾ ਨਹੀਂ ਕੀ ਭਲੇਖਾ ਹੋਊਗਾ ਕਿ ਇਹ ਇਕੱਠੇ ਹੋ ਕੇ ਕੀ ਹੋ ਜਾਣਾ ਹੈ ਅੱਜ ਜੇ ਭਾਜਪਾ ਇਕੱਲੀ ਹੈਗੀ ਆ ਤਾਂ ਉਹਦੀ ਐਗਜ਼ਿਸਟੈਂਸ ਬਹੁਤ ਵੱਡੀ ਹੈ ਅੱਜ ਭਾਜਪਾ ਨੂੰ ਪਿਛਲੇ ਵਾਰੀ ਵੀ ਜਦੋਂ 22 ਦੇ ਇਲੈਕਸ਼ਨ ਚ ਵੀ ਇਹਨਾਂ ਦਾ ਵੋਟ ਬੈਂਕ ਵੱਡਾ ਹੋਇਆ ਹੂੰ ਉਸ ਤੋਂ ਬਾਅਦ ਆ ਹੁਣ ਰਾਮ ਮੰਦਰ ਦੀ ਜਿਹੜੀ ਗੱਲ ਹੋਈ ਹੈ ਜਾਂ ਹੋਰ ਵਕਫ ਵਕਤ ਚੀਜ਼ਾਂ ਜਿਹੜੀਆਂ ਸੈਂਟਰ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਉਹਦੇ ਨਾਲ ਮਤਲਬ ਇੱਕ ਖਾਸ ਵੋਟਰ ਰਹੇ ਨੇ ਹਿੰਦੂ ਵੋਟਰ ਕਹਿ ਸਕਦੇ ਆ ਉਹਦੇ ਬਹੁਤ ਵੱਡਾ ਪ੍ਰਭਾਵ ਹੈ ਤੇ ਇਹਨਾਂ ਦਾ ਵੋਟ ਬੈਂਕ ਜਿਹੜਾ ਹੈਗਾ ਵੱਡਾ ਹੋਇਆ ਪਿਆ ਪਰ ਜੇ ਇਕੱਲੇ ਦਲਾਂ ਸਮਝੌਤਾ ਹੋ ਗਿਆ ਤਾਂ ਇਹਨੂੰ ਬਹੁਤ ਵੱਡੀ 60 ਵਜੂਗੀ ਇਹ ਬਹੁਤ ਥੱਲੇ ਆਊਗਾ ਬਿਲਕੁਲ ਹੋਊਗਾ ਕਦੀ ਵੀ ਜਿਹੜੀ ਮਤਲਬ ਅੱਜ ਦੇ ਡੇਟ ਜੋ ਹਾਲਾਤ ਬਣੇ ਆ ਜਿਹੜੇ ਵੋਟ ਜਿਹੜੀ ਡਾਇਵਰਟ ਹੋ ਕੇ ਅੱਜ ਭਾਜਪਾ ਵੱਲ ਆਈ ਹੈ ਉਹਨਾਂ ਨੇ ਅਕਾਲੀਆਂ ਨੂੰ ਵੋਟ ਨਹੀਂ ਪਾਉਣੀ ਅਕਾਲੀਆਂ ਨੂੰ ਪਹਿਲੀ ਗੱਲ ਤਾਂ ਪੰਜਾਬ ਦਾ ਹਿੰਦੂ ਕਿੱਥੇ ਵੋਟ ਪਾਉਣਾ ਪਿੰਡਾਂ ਦੇ ਵਿੱਚੋਂ ਤਾਂ ਜੇ ਆਪਾਂ ਕਹੀਏ ਤਾਂ ਜਿਹੜਾ ਬੇਅਦਮੀਆਂ ਦਾ ਮਾਮਲਾ ਹੈ ਲੈ ਕੇ ਬਹਿ ਗਿਆ ਇਹਨਾਂ ਨੂੰ ਠੀਕ ਹੈ ਤੇ ਸ਼ਹਿਰਾਂ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਵਪਾਰ ਬਰਬਾਦ ਹੋ ਗਿਆ ਠੀਕ ਹੈ ਆ ਕਲਚਰ ਨੇ ਸਾਰੇ ਸਿਸਟਮ ਨੇ ਆਮ ਵਪਾਰੀ ਮਾਰ ਕੇ ਰੱਖ ਦਿੱਤਾ ਛੋਟਾ ਠੀਕ ਹੈ ਤੇ ਉਹ ਕਿੱਥੋਂ ਖੁਸ਼ ਹੈਗੇ ਉਹ ਤਾਂ ਕਿਸੇ ਤੋਂ ਵੀ ਖੁਸ਼ ਨਹੀਂ ਹੈਗੇ ਤਾਂ ਭਾਜਪਾ ਦੀ ਜਿਹੜੀ ਹੈਗੀ ਹੈ ਇਨੇ ਵੱਡਾ ਹੋਣਾ ਉਹ ਅਲੱਗ ਹੈ ਕਿ ਸੀਟ ਕਨਵਰਸ਼ਨ 'ਚ ਨਹੀਂ ਜਾਂਦੀ ਅੱਜ ਅੱਜ ਜਿਹੜੀ ਇਹ ਵੋਟ ਭਾਵੇਂ ਵੱਡੀ ਹੈ ਉਹ ਸੀਟ ਨਹੀਂ ਕਨਵਰਟ ਹੁੰਦੀ ਬਿਨਾਂ ਕਿਸੇ ਹੋਰ ਸਹਿਯੋਗ ਤੋਂ ਪਰ ਇਸ ਪਾਰਟੀ ਨੂੰ ਜੇ ਮਤਲਬ ਇਹ ਬੁੱਧੀ ਦੇ ਨਾਲ ਇਹਦੇ ਤੇ ਕੰਮ ਕਰਨਾ ਹੋਵੇ ਤੇ ਇਹਨਾਂ ਨੂੰ ਆਪਣੇ ਆਪ ਨੂੰ ਵੱਡਾ ਕਰਨ ਵਾਸਤੇ ਇਕੱਲੇ ਰਹਿਣਾ ਜਿਹੜਾ ਅੱਜ ਦੀ ਰੇਟ ਵਿੱਚ ਇਹਨਾਂ ਦਾ ਵੋਟ ਬੈਂਕ ਵੱਡਾ ਹੋ ਰਿਹਾ ਪਰ ਜੇ ਇਹ ਇਕੱਠਾ ਕਰਨਗੇ ਫਿਰ ਇਹ ਵੋਟ ਜਿਹੜੀ ਹੈਗੀ ਵਕਫ ਵਕਫਾਂ ਤੇ ਕਾਂਗਰਸ ਨੂੰ ਦੇਖੋ ਸ਼ਹਿਰੀ ਵੋਟ ਮੋਸਟਲੀ ਜੇ ਇੱਧਰ ਨਹੀਂ ਬੰਦੀ ਤਾਂ ਕਾਂਗਰਸ ਵਾਲੇ ਪਾਸੇ ਪੈ ਜਾਂਦੀ ਹੈ ਤੇ ਜੇ ਇਹ ਸਮਝੌਤਾ ਹੋਇਆ ਤਾਂ ਪਿੰਡਾਂ ਦੇ ਵਿੱਚੋਂ ਗਾਲੀਆਂ ਦਾ ਨੁਕਸਾਨ ਤਾਂ ਹੋਊਗਾ ਕਿ ਇਹਨਾਂ ਨੇ ਸਮਝੌਤਾ ਕਰ ਲਿਆ ਉਹ ਹੀ ਕਿਸਾਨਾਂ ਦੀਆਂ ਗੱਲਾਂ ਸੀ ਜੋ ਸਾਰਾ ਕੁਝ ਉੱਥੇ ਖੜਾ ਸਾਰਾ ਕੁਝ ਜਿਵੇਂ ਆਪਾਂ ਟਿੰਸਰੀ ਗੱਲ ਕੀਤੀ ਹੈ ਤੇ ਸ਼ਹਿਰ ਵਾਲੇ ਨੂੰ ਜਿਹੜਾ ਇਹ ਹੋਊਗਾ ਕਿ ਅਸੀਂ ਮਤਲਬ ਇਹ ਇਹਨਾਂ ਨੂੰ ਵੋਟ ਜਿਹੜੀ ਹੈਗੀ ਗਾਲੀ ਗੱਲ ਨੂੰ ਪਾਉਣੀ ਨਹੀਂ ਹੈਗੀ ਉਹ ਵੋਟ ਸਾਰੀ ਕਾਂਗਰਸ ਨੂੰ ਜਾਂ ਹੋਰ ਜਿਹੜੀ ਅਵੇਲੇਬਲ ਫੋਰਸਸ ਹੈਗੀਆਂ ਠੀਕ ਹੈ ਉਹਨਾਂ ਨੂੰ ਅਲੱਗ-ਅਲੱਗ ਵੰਡੀ ਜਾਊਗੀ ਬੀਜੇਪੀ ਦਾ ਨੁਕਸਾਨ ਹੋਊਗਾ ਇਹ ਵਿੱਚ ਕੋਈ ਹੁਣ ਤੁਹਾਡੇ ਪਿੱਛੇ ਜਿਵੇਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਪਿੱਛੇ ਸੀਗੇ ਤੇ ਫਿਰ ਤੁਸੀਂ ਜਾ ਕੇ ਉਹ ਪੰਗਾ ਲਿਆ ਜੋ ਕੁਝ ਐਪੀਸੋਡ ਅਕਾਲਪੁਰਖ ਜੇ ਕਾਲਪੁਰਖ ਮਿਲ ਨਾ ਮੇਰੇ ਕੋਲ ਮਗਰ ਨਾ ਹੁੰਦਾ ਤੇ ਮੇਰੇ ਕੋਲ ਅੱਜ ਇੱਥੇ ਤੱਕ ਪਹੁੰਚ ਦੀ ਸਮਰੱਥਾ ਹੀ ਨਹੀਂ ਹੋਣੀ ਸੀ ਤੇ ਮੇਰੇ ਕੋਲ ਸਭ ਤੋਂ ਵੱਡੀ ਤਾਕਤ ਉਹ ਕਾਲਪੁਰਖ ਦੀ ਹੈ ਜੋ ਉਹ ਕਹਿੰਦਾ ਜੋ ਉਹਦੇ ਹੁਕਮ ਹੁੰਦਾ ਉਹਦੇ ਮੁਤਾਬਕ ਮੈਂ ਅੱਜ ਦੀ ਰੇਟ ਤੇ ਤੁਰਿਆ ਹੋਣਾ ਨਾ ਮੇਰੀਆਂ ਕੋਈ ਪਲੈਨਿੰਗਾਂ ਸੀ ਨਾ ਮੇਰੇ ਕੋਲ ਕੋਈ ਬਹੁਤ ਵੱਡੀ ਟੀਮ ਹੈ ਨਾ ਸਾਡੇ ਕੋਲ ਕੋਈ ਬਹੁਤ ਵੱਡੇ ਫਾਈਨੈਂਸਸ ਹੈਗੇ ਜੇ ਮੈਂ ਸਮਰੱਥਾवान ਹੁੰਦਾ ਤੇ ਅੱਜ ਤਾਂ ਮੈਂ ਇਹਨਾਂ ਨੂੰ ਖੁਜੇ ਲਾਉਂਦਾ ਕਿਤੇ ਪਰ ਅਸੀਂ ਆਪਣੇ ਲਿਮਿਟਡ ਸੋਰਸਸ ਦੇ ਨਾਲ ਨਾ ਕਰੇ ਕਿਸੇ ਤੋਂ ਮੰਗਿਆ ਕਦੇ ਕੁਛ ਇੱਥੋਂ ਤੱਕ ਦੀ ਜਿਹੜੀ ਯਾਤਰਾ ਹੈਗੀ ਮੈਂ ਤਾਂ ਬਹੁਤ ਸੈਟੀਸਫਾਈਡ ਆ ਮੇਰੇ ਪਿੱਛੇ ਬਹੁਤ ਵੱਡੀ ਅਕਾਲਪੁਰਖ ਦੀ ਕਿਰਪਾ ਨਾ ਹੁੰਦੀ ਅੱਜ ਮੈਨੂੰ ਇਹਨਾਂ ਨੇ ਜਿਉਂਦੇ ਨਹੀਂ ਛੱਡਣਾ ਸੀ ਜਿੰਨਾ ਮੈਂ ਸੱਚ ਬੋਲਿਆ ਹੁਣ ਤੱਕ ਤੇ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਵੀ ਜਿੰਨਾ ਚਿਰ ਉਹਦੀ ਕਿਰਪਾ ਹੋਗੀ ਮੈਂ ਕੋਈ ਨਿਆਣਾ ਨਹੀਂ ਹੈਗਾ ਮੈਂ ਕੋਈ ਯੰਗ ਨਹੀਂ ਹੈਗਾ ਜਾਂ ਮੇਰਾ ਕੋਈ ਇਹ ਜੇ ਪੈਂਡਿੰਗ ਕੰਮ ਨਹੀਂ ਹੈਗੇ ਜਿਹੜੇ ਪੈਂਡਿੰਗ ਪਏ ਠੀਕ ਹੈ ਉਹ ਜਿੰਨਾ ਚਿਰ ਉਹਦਾ ਹੁਕਮ ਹੈ ਕੋਸ਼ਿਸ਼ ਕਰਦੇ ਰਹਾਂਗੇ ਹੱਕ ਸੱਚ ਦੀ ਆਵਾਜ਼ ਜਿਹੜੀ ਹੈਗੀ ਹੈ ਇੱਕ ਮੇਰੇ ਵਰਗੇ ਬੰਦੇ ਨੂੰ ਜੇ ਉਠਾਉਣ ਦਾ ਮੌਕਾ ਮਿਲਿਆ ਫਾਈਲ ਹੁੰਦੀ ਤਾਂ ਸ਼ਾਇਦ ਫਿਰ ਮੈਂ ਨਹੀਂ ਬੋਲ ਸਕਦਾ ਸੀ ਤੇ ਫਾਈਲ ਤਾਂ ਹੋਣੀ ਵੀ ਨਹੀਂ ਇਹ ਮੈਂ ਥੋੜੀ ਥੁਰਾ ਜ ਮੈਸੇਜ ਦੇ ਦਿੰਦਾ ਵੀ ਫਾਈਲ ਜੇ ਹੁਣ ਤੱਕ ਨਹੀਂ ਹੋਈ ਨਾ ਹੁਣ ਨਹੀਂ ਫਾਈਲ ਹੋਣੀ ਮੇਰੀ ਪਿਛਲੀ ਤਾਂ ਕੋਈ ਹੋ ਲੱਭ ਲੈਂਦੇ ਤਾਂ ਲੱਭ ਲੈਂਦੇ ਜਿਹੜੀ ਹੈ ਨਹੀਂਗੀ ਤੇ ਜੇ ਕੋਈ ਨਵੀਂ ਕੋ ਮੇਰੇ ਬਾਰੇ ਪਲੇਖਾ ਰੱਖੇ ਤਾਂ ਉਹ ਉਹ ਵਹਿਮ ਚ ਹੀ ਹੋਊਗਾ ਨਵੀਆਂ ਫੈਲਾ ਮੇਰੇ ਤੇ ਵਰਗੇ ਬੰਦਿਆਂ ਦੀਆਂ ਨਹੀਂ ਬਣਦੀਆਂ ਹੁੰਦੀਆਂ ਕਿਉਂਕਿ ਮੈਂ ਬਹੁਤ ਅਮੀਰ ਆਦਮੀ ਆ ਇਹ ਤਾਂ ਸਾਰੇ ਭੁੱਖੇ ਐ ਪੈਸੇ ਨਾਲ ਜੇ ਕੋਈ ਅਮੀਰ ਹੋਇਆ ਹੁੰਦਾ ਫਿਰ ਬਾਦਲ ਵਾਲੇ ਹੋ ਜਾਂਦੇ ਕੈਪਟਨ ਹੋ ਜਾਂਦਾ ਹੋਰ ਹੋ ਜਾਂਦੇ ਅਸੀਂ ਜਿਹੜਾ ਹੈਗਾ ਹਿਰਦੇ ਤੋਂ ਅੰਦਰੋਂ ਅਮੀਰ ਹੈਗੇ ਆ ਮੈਨੂੰ ਪਤਾ ਮੈਂ ਕਿੱਥੋਂ ਚੱਲਿਆ ਸੀ ਆਪਣੇ ਘਰ ਦੇ ਵਿੱਚੋਂ ਅੱਜ ਮੈਂ ਆਪਣੇ ਬੱਚਿਆਂ ਦੇ ਨਾਲ ਆਪਣੇ ਫੈਮਲੀ ਦੇ ਨਾਲ ਜਿੱਥੇ ਬੈਠਾ ਮੇਰੇ ਤੇ ਜਿੱਡੀ ਕਾਲਪੁਰ ਦੀ ਕਿਰਪਾ ਇਹਨਾਂ ਤੇ ਕਿਸੇ ਵੀ ਨਹੀਂ ਹੈਗੀ ਇਹ ਉਹ ਚੀਜ਼ ਨੂੰ ਦੇਖਦੇ ਹੀ ਨਹੀਂ ਜੋ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਮੈਂ ਤਾਂ ਪਹਿਲਾਂ ਹੀ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਮੈਂ ਤਾਂ ਜੋ ਕੁਝ ਕਰ ਰਿਹਾ ਸ਼ੁਕਰਾਨੇ ਚ ਕਰ ਰਿਹਾ ਜ਼ਿੰਦਗੀ ਦੇ ਉਸ ਪੜਾਅ ਤੇ ਜਦੋਂ ਮੇਰੇ ਕੋਲ ਬੋਰਨ ਕੁਝ ਨਹੀਂ ਹੈ ਤਾਂ ਮੈਨੂੰ ਜੋ ਰੱਬ ਨੇ ਦਿੱਤਾ ਕੀ ਹਾਸਲ ਕੀ ਕਰਨਾ ਹੈ ਫਿਰ ਕੁਝ ਨਹੀਂ ਹਾਸਲ ਪੈਸਾ ਤੁਸੀਂ ਕਹਿੰਦੇ ਹੋ ਚਾਹੀਦਾ ਨਹੀਂ ਪੈਸੇ ਦੀ ਅਮੀਰੀਤਾ ਤੁਹਾਨੂੰ ਚਾਹੀਦੀ ਨਹੀਂ ਹਾਂ ਮੈਂ ਦੱਸਦਾ ਕੋਈ ਕੋਈ ਫਾਇਲ ਤੁਸੀਂ ਕਹਿ ਰਹੇ ਹੋ ਬਣਨੀ ਨਹੀਂ ਮਤਲਬ ਕਿ ਕੋਈ ਇਹੋ ਜੇ ਕੰਮ ਤੁਸੀਂ ਪੈਣਾ ਨਹੀਂ ਚਾਹੁੰਦੇ ਫਿਰ ਕੀ ਹਾਸਲ ਕਰਨ ਹਾਸਲ ਇਹੀ ਇੱਕ ਕੁਦਰਤ ਨੇ ਪਰਮਾਤਮਾ ਨੇ ਰੱਬ ਨੇ ਜੇ ਮੈਨੂੰ ਇੰਨਾ ਕੁਝ ਇੱਕ ਸਿੰਪਲ ਸਿਸਟਮ ਤੇ ਲਿਆ ਕੇ ਇੱਥੇ ਲੈ ਕੇ ਆਂਦਾ ਮੈਂ ਕੁਝ ਮੋੜਾ ਪੰਜਾਬ ਬਰਬਾਦ ਹੋਇਆ ਸਾਡੇ ਸਾਹਮਣੇ ਹੋਇਆ ਅਸੀਂ ਉਹਦਾ ਪਾਰਟ ਰਹੇ ਹਾਂ ਸਾਰੇ ਰਹੇ ਹਾਂ ਜਿਨ੍ਹਾਂ ਲੋਕਾਂ ਕੋਈ ਕਲੇਮ ਨਹੀਂ ਕਰਦਾ ਮੰਨਦਾ ਜੇ ਪੰਜਾਬ ਦੀ ਬਰਬਾਦੀ ਹੋਈ ਹੈ ਤਾਂ 32 ਸਾਲ ਦੀ ਪੁਲਿਸ ਨੌਕਰੀ 'ਚ ਮੇਰਾ ਵੀ ਤਾਂ 파ਟ ਰਿਹਾ ਹੈ ਨਾ ਅਸੀਂ ਕੁਝ ਮੋੜੀਏ ਪਛਤਾਤਾ ਪੈ ਹੈ ਹਾਸਲ ਕਰਨਾ ਹੀ ਹਰ ਚੀਜ਼ ਨਹੀਂ ਹੁੰਦੀ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਪਛਤਾਤਾ ਪ ਵੀ ਕਰਨੇ ਬਣਦੇ ਹੁੰਦੇ ਆ ਸਾਰੇ ਕਰਨ ਮੈਂ ਇਕੱਲੇ ਦੀ ਗੱਲ ਨਹੀਂ ਕਰਦਾ ਮੈਂ ਤਾਂ ਲੋਕਾਂ ਨੂੰ ਸੁਣਿਆ ਦਿੰਨਾ ਹੈ ਵੀ ਜਿਹੜੇ ਹੋਰ ਵੀ ਬੁੱਧੀ ਜੀ ਵੀ ਕਲਮ ਵਾਲੇ ਹੋਰ ਬਹੁਤ ਵੱਡਾ ਇੱਕ ਸੈਗਮੈਂਟ ਹੈ ਜਿਹੜੇ ਕਲੇਮ ਵੀ ਕਰਦੇ ਆ ਵੀ ਅਸੀਂ ਬਹੁਤ ਕੀਤਾ ਪੰਜਾਬ ਪਿੱਛੇ ਜਿਵੇਂ ਕਿ ਇਹ ਪਾਰਟੀਆਂ ਕਹਿੰਦੀਆਂ ਅੱਜ ਪੰਜਾਬ ਬਚਾਉਣਾ ਕੀ ਤੋਂ ਬਚਾਉਣਾ ਪੰਜਾਬ ਲੋਕਾਂ ਨੇ ਲੁੱਟ ਲਿਆ ਪੰਜਾਬ ਤੁਸੀਂ ਹੀ ਲੁੱਟਿਆ ਤੁਸੀਂ ਬਚਾਉਣ ਵਾਲੇ ਇਵੇਂ ਹੋਰ ਜਿਹੜੇ ਬਾਕੀ ਵਰਗ ਹੈ ਜਿਹੜਾ ਸੀਨੀਅਰ ਬੈਠਾ ਹੈ ਅੱਜ ਉਹਨੂੰ ਬਿਲਕੁਲ ਪਛਤਾਤਾਪ ਕਰਨਾ ਬਣਦਾ ਹੈ ਕਿ ਪੰਜਾਬ ਸਾਡੇ ਸਾਹਮਣੇ ਬਰਬਾਦ ਹੋਇਆ ਹੈ ਰਿਗਰਟ ਹੈ ਬਿਲਕੁਲ ਕਿਉਂ ਨਹੀਂ ਹੈ ਤੁਹਾਡੇ ਸਾਹਮਣੇ ਬਰਬਾਦ ਹੋਇਆ ਸੀ ਇਹਦਾ ਪਾਰਟ ਹੈਗੇ ਰਿਗਰਟ ਸਭ ਨੂੰ ਕਰਨਾ ਬਣਦਾ ਮੈਂ ਇਸ ਪਿੱਛੇ ਕਹਿਣਾ ਚਾਹਣਾ ਵੀ ਸਭ ਕਰਨ ਇਹ ਬਿਲੰਦਰ ਸੇਖੋ ਕੱਲੇ ਦੀ ਪ੍ਰੋਬਲਮ ਨਹੀਂ ਮੈਂ ਨਹੀਂ ਇਹ ਬਰਬਾਦ ਕੀਤਾ ਹੋਇਆ ਮੈਂ ਤਾਂ ਵੀ ਮੰਨਦਾ ਤੇ ਜਿਹੜੇ ਇਹਦਾ ਜਿਹਨਾਂ ਦਾ ਪਾਰਟ ਹੈ ਉਹ ਮੰਨੇ ਆਪਾਂ ਵੇਖੀਏ ਅਜੇ ਵੀ ਕੁਝ ਨਹੀਂ ਹੋਇਆ ਬਾਬੇ ਨਾਨਕ ਦੀ ਅਕਾਲ ਪੁਰਖ ਦੀ ਧਰਤੀ ਹੈ ਬਹੁਤ ਕੁਝ ਥਾਵਾਂ ਤੋਂ ਪਰ ਮਸਲੇ ਪਾਰ ਨਹੀਂ ਲੰਘਦੇ ਨਾ 2-4 ਦਿਨ ਵੀਊ ਆਏ ਰੌਲਾ ਪਿਆ ਸੋਸ਼ਲ ਮੀਡੀਆ ਤੇ ਗੱਲ ਖਤਮ ਹੋ ਗਈ ਗੱਲ ਖਤਮ ਨਹੀਂ ਹੋਈ ਗੱਲ ਨਵੀਂ ਪੈਦਾ ਕਰ ਲੈਂਦੇ ਜਦੋਂ ਉਸ ਗੱਲ ਨੂੰ ਨਪੜਣਾ ਸੀਗਾ ਉਦੋਂ ਆ ਇਹਨਾਂ ਦਾ ਐਪੀਸੋਡ ਭਾਨੇ ਸਿੱਧੂ ਹਰਾਂ ਵਾਲਾ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਮੇਰੇ ਖਿਆਲ ਜਾ ਰਹਾ ਤਾਂ ਇਹਦੇ ਕਰਕੇ ਰਪੈ ਗਿਆ ਨਾ ਉਹ ਤਾਂ ਗੱਲ ਹੈ ਵੀ ਇਹ ਮੁੱਦੇ ਜਿਹੜੇ ਹੈਗੇ ਆ ਕਿਸੇ ਨੂੰ ਵਾਰਾ ਨਹੀਂ ਖਾਂਦੇ ਕਾਂਗਰਸ ਦੇ ਸਰਕਾਰ ਦੇ ਰਾਜ ਦੇ ਵਿੱਚ ਉਹ ਹੋਈ ਉਹਨਾਂ ਨੂੰ ਐਲੀਮੀਨੇਟ ਕੀਤਾ ਗਿਆ ਹਮ ਅਕਾਲੀਆਂ ਨੇ ਉਹਦੀ ਰਿਪੋਰਟ ਲੱਪੀ ਹਮ ਠੀਕ ਹੈ ਤਦ ਗਾ ਇਹਨਾਂ ਕੋਲ ਤਾਂ ਗਵਾਉਣ ਨੂੰ ਵੀ ਕੁਝ ਨਹੀਂ ਸੀ ਪਤਾ ਨਹੀਂ ਕਿ ਕਿਹੜੀ ਇਥੋਂ ਸਿੱਧ ਹੁੰਦਾ ਨਾ ਵੀ ਉਹ ਫੋਰਸਿਸ ਕਿੰਨੀਆਂ ਸਟਰੋਂਗ ਹੈਗੀਆਂ ਜਿਹੜੀ ਕਿ ਇਹਨਾਂ ਦੀ ਹਿੰਮਤ ਹੀ ਨਹੀਂ ਅੱਜ ਉਹ ਫਾਈਲਾਂ ਲੈ ਕੇ ਜਿਹੜੀਆਂ ਧਮਕੀਆਂ ਦੇ ਰਿਹਾ ਹੈ ਵੀ ਇਹਦੇ ਤੇ ਕਾਰਵਾਈ ਨਹੀਂ ਕਰ ਸਕਦਾ ਤੇ ਕੌਂਗਰੇਸ ਸਾਹਿਬ ਵਾਲੇ ਕੰਮ ਤੇ ਕਿੱਥੇ ਹੋਏ ਮਤਲਬ ਇਹ ਸੀਐਮ ਤੋਂ ਉਮੀਦ ਕਰ ਲਓਗੇ ਤੁਸੀਂ ਜੀ ਤਾਂ ਇਸ ਕਰਕੇ ਇਹ ਵੀ ਕਮਜ਼ੋਰ ਲੋਕ ਨੇ ਇਹ ਸਾਰਾ ਸਿਕਸ ਨੈਕਸਸ ਇਕੱਠਾ ਆਇਆ ਹੈਗਾ ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਲੋਕਾਂ ਨੂੰ ਤੱਕ ਲਜਾਣ ਦੀ ਗੱਲ ਇਹੀ ਹੈ ਜਿਹੜੀ ਸਾਡੇ ਕੋਲ ਬੱਕਰੀ ਜਾ ਰਹੀ ਹੈ ਕਿ ਲੋਕ ਸਮਝ ਲੈਣ ਇਕੱਠੇ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚੋਂ ਨਵੇਂ ਲੋਕਾਂ ਦੇ ਵਿੱਚੋਂ ਪੰਜਾਬ ਦੇ ਪੁੱਤਾਂ ਦੇ ਵਿੱਚੋਂ ਨਵੇਂ ਬਦਲ ਜਿਹੜੇ ਹੈਗੇ ਆ ਆਮਕਰਾਂ ਦੇ ਵਿੱਚੋਂ ਲੋਕ ਉੱਠ ਕੇ ਸ਼ਹਿਰ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਅੱਜ ਇਲੈਕਸ਼ਨ ਜਿਹੜੇ ਉਹਦੇ ਪੰਚਾਇਤਾਂ ਦੇ ਆਉਣ ਵਾਲੀਆਂ ਆ ਉਹਦੇ ਵਿੱਚ ਮੈਂ ਅਪੀਲ ਕਰਦਾ ਹਾਂ ਕਿ ਸਰਬਸੰਮਤੀ ਨਾਲ ਆਪਣੇ ਸਰਪੰਚ ਚੁਣੀਏ ਆਪਾਂ ਪਿੰਡ ਬਚਾਈਏ ਆਪਣੇ ਜੇ ਪਿੰਡ ਬਚਾ ਲਾਂਗੇ ਤਾਂ ਪੰਜਾਬ ਬਚ ਜਾਊਗਾ ਇਨਰ ਨੇ ਸਰਕਾਰਾਂ ਨੇ ਕਿਸੇ ਨੇ ਵੀ ਨਾ ਤਾਂ ਕਰੇ ਪਹਿਲਾਂ ਬਚਾਇਆ ਨਾ ਇਹਨਾਂ ਦੀ ਬਚਾਉਣ ਦੀ ਸਮਰੱਥਾ ਹੈ ਕੋਈ ਵੀ ਸਰਕਾਰ ਕੱਲ ਨੂੰ ਜੀ ਸਾਡੇ ਵਰਗੇ ਬੰਦਿਆਂ ਨੂੰ ਤੁਸੀਂ ਕਿਥੇ ਭੇਜ ਦਿਓਗੇ ਅਸੀਂ ਫੈਸਿਲਿਟਾਈਜ਼ ਕਰ ਸਕਦੇ ਹਾਂ ਅਸੀਂ ਕੁਝ ਚੀਜ਼ਾਂ ਸਹਾਇਤਾ ਕਰ ਸਕਦੇ ਹਾਂ ਵੀ ਇਹੀਂ ਬਚੋ ਬਚਣਾ ਲੋਕਾਂ ਨੇ ਆਪ ਜਗਰਤੀ ਆਪ ਕਰਨੀ ਪਊਗੀ ਆਪਣੇ ਆਪ ਨੂੰ ਪਿੱਛੇ ਲੈ ਕੇ ਆਉਣਾ ਪਊਗਾ ਫੋਗਰਾ ਪੰਥੀਆਂ ਚੜ੍ਹਣੀਆਂ ਪੈਣਗੀਆਂ ਖਰਚੇ ਘਟਾਉਣੇ ਪੈਣਗੇ ਆ ਜਮੀਨ ਇਹ ਤਾਂ ਰੋ ਵੀ ਨਹੀਂ ਸਕਦੀ ਜਿਹਨਾਂ ਸ਼ੇ ਤੇ ਲੱਗੀ ਹੋਈ ਹੈ ਇਹਦਾ ਧਿਆਨ ਕਰਨਾ ਪਊਗਾ ਵੀ ਇਹ ਇਹਦਾ ਵੀ ਧਿਆਨ ਕਰੀਏ ਇਹਨੂੰ ਗੁਸਾ ਲੈਣ ਦੀ ਹੈ ਇਹਨੂੰ ਨਿਚੋੜ ਨਿਚੋੜ ਕੇ ਅਸੀਂ ਆ ਖੜੇ ਕਰ ਠੀਕ ਹੈ ਇਹ ਇਹਦੇ ਵਿੱਚੋਂ ਆਪਾਂ ਇਹਨੂੰ ਜ਼ਮੀਨ ਨੂੰ ਵੇਚ-ਵੇਚ ਕੇ ਖੱਟੇ ਨਾ ਅੱਜ ਜੇ ਇਹ ਦੀ ਹਾਲਤ ਇੰਨੀ ਮਾੜੀ ਹੈ ਇਹਦੇ ਬਾਰੇ ਹਾਧਾ ਨਾਰਾ ਕੌਣ ਮਰੂਗਾ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਸਰਕਾਰੀ ਤੌਰ ਤੇ ਜੇ ਸਰਕਾਰ ਸਿਹਰਦ ਲੋਕਾਂ ਦੀ ਹੋਵੇ ਤੇ ਧਰਤੀ ਮਾਂ ਜਿਹੜੀ ਹੈਗੀ ਹੈ ਇਹਦਾ ਵੀ ਕੋਈ ਕਰਜ ਬੋੜਨਾ ਪੈਂਦਾ ਤੋਂ ਬਹੁਤ ਚੀਜ਼ਾਂ ਹੈਗੀਆਂ ਕੀਤੀਆਂ ਜਾ ਸਕਦੀਆਂ ਪਰ ਕਰਨ ਵਾਲੇ ਜਿਹੜੇ ਹੈਗੇ ਆ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਇਹ ਜੀਆਂ ਥਾਵਾਂ ਤੇ ਪਹੁੰਚਦੇ ਆ ਉਮੀਦ ਕਰਦੇ ਹਾਂ ਕਿ ਪਰਮਾਤਮਾਉਣ ਵਾਲੇ ਸਮਝ ਪੰਜਾਬ ਵਾਸਤੇ ਕੋਈ ਚੰਗਾ ਰਸਤਾ ਹਾਵੇ ਕਿ ਚੰਗੇ ਲੋਕ ਜਿਹੜੇ ਹੈਗੇ ਆ ਇਹਦੀ ਗਵਾਹੀ ਕਰਨ ਵਾਸਤੇ ਜੇ ਮਿਲਣ ਤਾਂ ਹੋ ਸਕਦਾ ਆਪਣੇ ਆਪ ਦਾ ਕੋਈ ਪਲਾ ਹੋਵੇ ਬਹੁਤ ਧੰਨਵਾਦ ਸਿੱਖੋ ਸਭ ਸਮਾਂ ਦੇਣ ਵਾਸਤੇ ਗੁਰਵਿੰਦਰ ਸਿੱਖੋ ਹੁਣਾਂ ਦੇ ਨਾਲ ਬਹੁਤ ਵਿਸ਼ਿਆਂ ਦੇ ਉੱਤੇ ਚਰਚਾ ਹੋਈ ਹੈ ਪੰਜਾਬ ਦਾ ਆਉਣ ਵਾਲਾ ਸਮਾਂ ਖਾਸ ਤੌਰ ਤੇ ਪੋਲੀਟੀਕਲੀ ਜੇ ਅਸੀਂ ਦੇਖੀਏ ਤਾਂ ਇਹ ਸਾਨੂੰ ਤੈਅ ਕਰਨਾ ਪਊਗਾ ਕਿ ਅਸੀਂ ਕਿੱਥੇ ਖੜਨਾ ਹੈ ਔਰ ਉਹ ਕਿਹੜੇ ਚੂਜ਼ ਕਰਨੇ ਆ ਜਿਹੜੇ ਜਾ ਕੇ ਸਾਨੂੰ ਰਿਪਰੈਜ਼ੈਂਟ ਕਰਨਗੇ ਸਾਡੇ ਮੁੱਦੇ ਬਹੁਤ ਵੱਡੇ ਨੇ ਔਰ ਬਾਕੀ ਸਟੇਟਾਂ ਨਾਲੋਂ ਅਸੀਂ ਵੱਧ ਗੰਭੀਰਤਾ ਦੇ ਨਾਲ ਇਸ ਨੂੰ ਵਿਚਾਰੀਏ ਧੰਨਵਾਦ